ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕੁਲਮੀਤ ਸਿੰਘ ਜੀ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਕਾਫੀ ਟਾਈਮ ਦੇ ਬਾਅਦ ਅਸੀਂ ਇਕੱਠੇ ਹੋਏ ਹਾਂ ਤੇ ਤੁਹਾਡੇ ਨਵੇਂ ਆਫਿਸ, ਨਵੇਂ ਰੇਡੀਓ ਸਟੇਸ਼ਨ ਵਿੱਚ ਆਏ ਹਾਂ, ਨਵੇਂ ਇਕਵਿਪਮੈਂਟ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਸਮੁੱਚੇ ਦੇਸ਼ ਪੰਜਾਬ ਰੇਡੀਓ ਦੇ ਜਿਹੜੇ ਆਡੀਅੰਸ ਹੈ ਸੁਣਨ ਵਾਲੇ, ਭਾਵੇਂ ਉਹ ਐਡਮਿੰਟਨ ਰਹਿ ਰਹੇ ਹੈ ਜਾਂ ਇੰਡੀਆ ਰਹਿ ਰਹੇ ਹੈ ਜਾਂ ਹੋਰ ਵੀ ਕਿਸੇ ਕੰਟਰੀ ਰਹਿ ਰਹੇ ਹੈ, ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ, ਆਦਾਬ, ਸਲਾਮ ਤੇ ਜੀ ਆਇਆਂ ਨੂੰ ਇਸ ਪ੍ਰੋਗਰਾਮ ਤੇ। ਇਮੀਗ੍ਰੇਸ਼ਨ ਦੇ ਪ੍ਰੇਮੀ ਜਿਹੜੇ ਇੰਡੀਆ ਦੇ ਖਬਰਾਂ ਨੂੰ ਛੱਡ ਕੇ ਇਮੀਗ੍ਰੇਸ਼ਨ ਵਾਲਾ ਇੱਧਰ ਆ ਕੇ ਸੁਣ ਰਹੇ ਹੈ, ਉਹਨਾਂ ਨੂੰ ਵੀ ਮੈਂ ਵੈਲਕਮ ਕਰਦਾ। ਫੇਸਬੁੱਕ ਤੇ ਵੀ ਕਾਫੀ ਲੋਕ ਜੁੜ ਚੁੱਕੇ ਹੈ, 5-6 ਲੋਕ ਆਲਰੇਡੀ ਜੁੜ ਚੁੱਕੇ ਹੈ, ਉਹਨਾਂ ਨੂੰ ਵੀ ਮੈਂ ਵੈਲਕਮ ਕਹਿੰਦਾ। ਤੇ ਆਈ ਐਮ ਬੈਕ ਅਗੇਨ, ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਇਮੀਗ੍ਰੇਸ਼ਨ ਦੀ ਜੋ ਵੀ ਕੋਈ ਗਤੀਵਿਧੀਆਂ ਲੇਟੈਸਟ ਚੱਲ ਰਹੀ ਹੈ, ਅਪਡੇਟ ਵਾਲਾ ਕੋਈ ਲੇਟੈਸਟ ਕੋਈ ਇਮੀਗ੍ਰੇਸ਼ਨ ਪ੍ਰੋਬਲਮ ਵਾਲਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਦੇਸ਼ ਪੰਜਾਬ ਰੇਡੀਓ ਇਹ ਇੰਟਰਨੈਟ ਤੇ ਵੀ ਤੁਸੀਂ ਸੁਣ ਸਕਦੇ ਹੋ, ਦੇਸ਼ ਪੰਜਾਬ ਰੇਡੀਓ .com ਤੇ ਜਾ ਕੇ ਰੇਡੀਓ ਦੇ, ਅੱਛਾ ਇਟਸ ਨਾਟ ਰੇਡੀਓ, ਅੱਛਾ ਦੋਨੋਂ ਸਾਈਡ ਤੇ, ਤੇ ਇੱਕ ਹੋਰ ਨੰਬਰ ਵੀ ਹੈ ਜਿਹੜੇ ਟੋਲ ਫ੍ਰੀ ਨੰਬਰ ਕਰਕੇ ਉਹ ਆਨਲਾਈਨ ਆਨਲਾਈਨ ਵੀ ਸੁਣ ਸਕਦੇ, 957-35 ਡਾਇਲ ਕਰਕੇ ਉਹ ਟੈਲੀਫੋਨ ਤੇ ਵੀ ਪ੍ਰੋਗਰਾਮ ਸੁਣ ਸਕਦੇ ਆ। ਠੀਕ ਹੈ, ਕਾਫੀ ਲੋਕ ਆਲਰੇਡੀ ਫੇਸਬੁੱਕ ਤੇ ਜੁੜ ਚੁੱਕੇ ਹਨ, ਰਾਜੀਵ ਮਹਿਤਾ, ਮਿਲਾਪ ਸ਼ਾਹ, ਕੁਲਬੀਰ ਸਿੰਘ, ਗਗਨ ਸਿੰਘਾ, ਰਣਜੀਤ ਸਿੰਘ, ਕਾਫੀ ਲੋਕ ਆਲਰੇਡੀ ਜੁੜ ਚੁੱਕੇ ਹਨ। ਤੇ ਆਈ ਐਮ ਬੈਕ ਤੇ ਆਪਾਂ ਕੁਝ ਗੱਲਬਾਤ ਕਰਾਂਗੇ। ਕੁਲਬੀਰ ਸਿੰਘ ਜੀ, ਮੈਂ ਤੁਹਾਨੂੰ ਪਹਿਲਾਂ ਦੇ ਸਵਾਲ ਇਹ ਪੁੱਛ ਰਿਹਾ ਸੀ ਵੀ ਤੁਹਾਡਾ ਭਾਰਤ ਦੀ ਫੇਰੀ ਕਿੱਦਾਂ ਰਹੀ? ਮੈਨੂੰ ਪਤਾ ਹੈ ਕਿ ਤੁਸੀਂ ਸਵਾਲ ਜ਼ਰੂਰ ਪੁੱਛੋਗੇ। ਦੇਖੋ, ਇਸ ਤਰ੍ਹਾਂ ਕਿ ਭਾਰਤ ਜਾਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ, ਇੱਕ ਥੋੜ੍ਹਾ ਜਿਹਾ ਐਕਸਪੋਜ਼ਰ ਉੱਥੇ ਦਾ, ਜਿਹੜਾ ਹਵਾ ਪਾਣੀ, ਖਾਣ ਪੀਣ ਤੇ ਉੱਥੇ ਦੀ ਲੋਕਾਂ ਦੀ ਇਮੀਗ੍ਰੇਸ਼ਨ ਸਮੱਸਿਆ, ਜਦ ਮੈਂ ਰੂਬਰੂ ਹੁੰਦਾ ਲੋਕਾਂ ਤੋਂ ਕਿ ਵੀ ਉਹਨਾਂ ਦੀ ਰਿਫਿਊਜ਼ਲ ਕਿਸ ਤਰ੍ਹਾਂ ਲੱਗੀ, ਕਿਸ ਤਰ੍ਹਾਂ ਫਰੋਡ ਹੋਇਆ, ਅਗਰ ਜੇ ਮੈਂ ਉਹਨਾਂ ਨੂੰ ਕੋਈ ਸਲਿਊਸ਼ਨ ਮੈਂ ਦੱਸ ਸਕਦਾ ਤੇ ਉਹਨਾਂ ਦਾ ਕੋਈ ਹੱਲ ਹੁੰਦਾ ਹੈ ਤੇ ਉਹਦੇ ਨਾਲ ਵੀ ਮੈਨੂੰ ਬੜੀ ਤਸੱਲੀ ਮਿਲਦੀ ਹੈ। ਤੇ ਮੈਂ ਲੁਧਿਆਣੇ 2 ਵਾਰ ਮੈਂ ਸੈਮੀਨਾਰ ਕੀਤਾ, ਇੱਕ ਤੁਹਾਡੇ ਉੱਥੇ ਹੈ ਨਾ ਜਿਹੜੇ MBD ਮਾਲ ਹੈ, ਤੁਸੀਂ ਦੇਖਿਆ ਨਾ ਫਿਰੋਜ਼ ਸ਼ਾਹ ਰੋਡ ਤੇ, ਸੋਰੀ ਫਿਰੋਜ਼ਪੁਰ ਰੋਡ, ਨਾ ਸਿਰਫ ਫਿਰੋਜ਼ ਸ਼ਾਹ, ਫਿਰੋਜ਼ਪੁਰ ਰੋਡ, MBD ਉੱਥੇ ਨਾਲ ਇੱਕ ਹੋਟਲ ਹੈ ਹਯਾਤ ਹੋਟਲ, ਉੱਥੇ ਮੈਂ ਡੇਰਾ ਲਾਇਆ ਸੀ 2 ਵਾਰ, 4-4 ਵਾਰ ਇੱਕ ਦਿਹਾੜੀ ਕਰਕੇ ਪੂਰਾ ਸੈਮੀਨਾਰ, ਕਾਫੀ ਲੋਕ ਆਏ ਤੇ ਗੱਲਬਾਤ ਉਹਨਾਂ ਨੇ ਪੁੱਛੀ ਆਪਣੀ ਇਮੀਗ੍ਰੇਸ਼ਨ ਦੇ ਬਾਰੇ ਜਾਂ ਰਿਫਿਊਜ਼ਲ ਬਾਰੇ। ਫਿਰ ਦੁਬਾਰਾ ਫਿਰ ਮੈਂ ਗਿਆ, ਫਿਰ ਉਹਦੇ ਬਾਅਦ ਦਿੱਲੀ ਮੈਂ ਲਾਇਆ, ਕਾਫੀ ਜਿਹੜੇ ਆਲ ਓਵਰ ਨੇਸ਼ਨ ਵਾਈਡ ਲੋਕ ਆਏ। ਸੋ ਕਾਫੀ ਇੰਟਰਸਟਿੰਗ ਲੱਗਿਆ ਮੈਨੂੰ, ਕਾਫੀ ਮੈਨੂੰ ਮਤਲਬ ਅੰਦਰੋਂ ਸਕੂਨ ਮਿਲਿਆ, ਤਸੱਲੀ ਹੋਈ। ਤੇ ਹੁਣ ਤੱਕ ਫੋਨ ਆਈ ਜਾ ਰਹੇ ਹਾਂ ਉੱਥੋਂ ਵੀ ਕਿ ਵੀ ਸਾਡੀ ਆਹ ਫੋਲੋ ਅਪ ਕਰਨੀ ਜੀ, ਪ੍ਰੋਬਲਮ ਆ, ਕਿਸ ਤਰ੍ਹਾਂ ਹੋਏਗਾ, ਇਸ ਤਰ੍ਹਾਂ ਹੋਏਗਾ। ਤੇ ਹੁਣ ਮੇਰਾ ਮਨ, ਹੁਣ ਮੈਨੂੰ ਆਏ ਹੋਏ ਇੱਥੇ ਐਕਚੁਲੀ ਮੇਰੇ ਖਿਆਲ ਹੈ ਕਿ 1.5 ਮਹੀਨਾ ਹੋਇਆ ਸ਼ਾਇਦ, ਤੇ ਫੇਰ ਉੱਥੋਂ ਇਨਵੀਟੇਸ਼ਨ ਆਈ ਜਾ ਰਹੇ ਕਿ ਵੀ ਵਾਪਿਸ ਆਓ। ਇਹ ਤੇ ਹੈ, ਇਹ ਐਕਚੁਅਲੀ ਸਵਾਲ ਮੈਂ ਕਈਆਂ ਨੂੰ ਮੈਂ ਆਪ ਪੁੱਛਿਆ ਇਸ ਤਰ੍ਹਾਂ, ਕਿਉਂਕਿ ਮੇਰਾ ਜਿਹੜਾ ਸੰਬੰਧ ਹੈ, ਜਿਹੜਾ ਲੋਕੀ ਮੈਨੂੰ ਮਿਲਦੇ ਆ, ਉਹੀ ਮਿਲਦੇ ਆ ਜਿਹਨਾਂ ਨੂੰ ਵੀਜ਼ਾ ਲੱਗ ਗਿਆ ਜਾਂ ਲੱਗਣਾ ਹੈ। ਸੋ ਕਈ ਵਾਰ ਮੈਂ ਹੱਸਦਾ ਹੁੰਦਾ ਕਿ ਵੀ ਤੁਸੀਂ ਚਲੇ ਗਏ ਤੇ ਪੰਜਾਬ ਵਿੱਚ ਕੌਣ ਇੱਥੇ ਰਹੇਗਾ, ਕੌਣ ਇੱਥੇ ਕੰਮ ਕਰੇਗਾ, ਯੂਥ ਪਾਪੂਲੇਸ਼ਨ, ਯੰਗ ਪਾਪੂਲੇਸ਼ਨ ਕਿੱਥੇ ਜਾਏਗੀ? ਉਹ ਕਹਿੰਦੇ ਭਾਜੀ ਤੁਸੀਂ ਫਿਕਰ ਨਾ ਕਰੋ, ਇੱਥੇ ਬਥੇਰੀ ਪਾਪੂਲੇਸ਼ਨ ਬੈਠੀ ਹੈ, ਜੇ ਅਗਰ 10,000, 15,000, 20,000 ਬੰਦੇ ਇੱਥੋਂ ਚਲੇ ਵੀ ਗਏ, ਕੁਛ ਨਹੀਂ ਹੋਣਾ, ਇਸ ਤਰ੍ਹਾਂ ਹੋਣਾ ਜੇ ਸਮੁੰਦਰ ਵਿੱਚ ਇੱਕ ਬੂੰਦ ਕੱਢ ਲਈ, ਕੁਛ ਵੀ ਨਹੀਂ ਹੋਣਾ। ਇੱਥੇ ਬੇਨਤਾ ਪਾਪੂਲੇਸ਼ਨ ਤਿਆਰ ਬੈਠੀ ਹੈ, ਆਈ ਜਾ ਰਹੀ, ਆਈ ਜਾ ਰਹੀ, ਆਈ ਜਾ ਰਹੀ, ਇਟਸ ਨੋਟ ਗੋਇੰਗ ਟੂ ਮੈਟਰ ਮੱਚ। ਪਰ ਮੇਰੇ ਖਿਆਲ ਪਿਛਲੇ ਸ਼ਾਇਦ 2-3 ਹਫ਼ਤੇ ਪਹਿਲਾਂ ਇੱਕ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਗੱਲ ਕੀਤੀ ਸੀ ਕਿ ਵੀ ਇਹ 3 ਪ੍ਰੋਬਲਮ ਹੈ ਪੰਜਾਬ ਦੀ, ਇੱਕ ਤੇ ਹੈ ਡਰੱਗ ਪ੍ਰੋਬਲਮ, ਦੂਸਰੀ ਹੈ ਆਪਣੀ ਜਿਹੜੀ ਆਈ ਫੋਰਗੋਟ ਦੈਟ ਇਟਸ ਮਾਫੀਆ ਪ੍ਰੋਬਲਮ ਆ ਸਮਥਿੰਗ, ਤੀਸਰੀ ਹੈ ਜਿਹੜੀ ਜਵਾਨੀ ਇੱਥੋਂ ਜਾ ਰਹੀ ਹੈ, ਬਾਹਰ ਜਾ ਰਹੀ ਹੈ, ਉਹ ਤੀਸਰੀ ਪ੍ਰੋਬਲਮ ਦਾ ਜ਼ਿਕਰ ਕੀਤਾ। ਹੁਣ ਉਸ ਤਰ੍ਹਾਂ ਪ੍ਰਿਅੰਕਾ ਗਾਂਧੀ ਆਈ ਸੀ ਉਸ ਨੂੰ, ਤੇ ਇਹ ਮਤਲਬ ਇੱਕ ਮੇਨ ਪ੍ਰੋਬਲਮ ਨੂੰ ਰਿਕਗਨਾਈਜ਼ ਕਰਦੇ ਹੈ ਕਿ ਇੱਥੇ ਪੰਜਾਬ ਦਾ ਜਿਹੜਾ ਯੰਗ ਟੈਲੈਂਟ ਹੈ ਉਹ ਨਿਕਲ ਕੇ ਕੋਈ ਆਸਟ੍ਰੇਲੀਆ, ਕੋਈ ਕੈਨੇਡਾ, ਕੋਈ ਅਮਰੀਕਾ, ਕੋਈ ਕਿਊਬਾ, ਕੋਈ ਸਾਈਪਰਸ, ਕੋਈ ਨਿਊਜ਼ੀਲੈਂਡ, ਜਿਹਨੂੰ ਜਿੱਥੇ ਮਿਲਦਾ ਹੈ ਉਹ ਜਾ ਰਿਹਾ। ਅੱਛਾ, ਦੂਸਰਾ ਅੱਜ ਕੱਲ੍ਹ ਇੱਕ ਬਹਾਰ ਵੀ ਆਈ ਹੋਈ ਹੈ ਇੱਕ ਸਪਾਊਸ ਵੀਜ਼ਾ ਦੀ, ਮੈਰਿਜ ਵੀਜ਼ਾ ਦੀ, ਕਈ ਕੇਸਿਸ ਇਸ ਤਰ੍ਹਾਂ ਦੇ ਵੀ ਲੋਕੀ ਮਤਲਬ ਡਿਸਕਸ ਕਰਦੇ, ਮੈਨੂੰ ਵੀ ਕਾਲ ਕਰਕੇ ਦੱਸਦੇ ਹੁੰਦੇ ਕਿ
ਉੱਥੇ ਸਿਸਟਮ ਇਹ ਹੈ ਕਿ ਵੀ ਰਿਸ਼ਤਾ ਕਰਨਾ ਮੁੰਡੇ ਦਾ, ਲੜਕੀ ਇਸ ਤਰ੍ਹਾਂ ਦੇਖੋ ਜਿਹਦੇ ਕੋਲ ਹੋਰ ਕੋਈ ਗੁਣ ਹੋਣਾ ਹੋ, ਲੇਕਿਨ ਆਈਲੈਟਸ ਜ਼ਰੂਰ ਹੋ ਬਸ। ਪਹਿਲਾਂ ਤਾਂ ਇਸ਼ਤਿਹਾਰਾਂ 'ਚ ਲਿਖਿਆ ਹੁੰਦਾ ਸੀ ਲੜਕੀ ਜੀ ਸੋਹਣੀ ਸੁਨੱਖੀ ਹੋ ਜੀ, ਗੋਰੀ ਹੋ, ਫਲਾਨਾ ਹੋ, BA MA ਵਾਲਾ ਇਸ ਤਰ੍ਹਾਂ ਹੋ, ਹਾਂ ਜੋ ਵੀ ਕੁਛ ਸੰਸਕਾਰ ਹੋ ਸਾਰੇ। ਅੱਜ ਕੱਲ੍ਹ ਤਾਂ ਸਿਰਫ ਇਸ ਤਰ੍ਹਾਂ ਹੈ ਕਿ ਬਈ ਆਈਲੈਟਸ ਹੈ, ਆਈਲੈਟਸ ਕਿੰਨਾ ਸਕੋਰ ਹੈ ਉਸ ਹਿਸਾਬ ਨਾਲ ਬੋਲੀ ਲੱਗਦੀ ਉਹਦੀ। ਬਟ ਫਿਰ ਉਹ ਫਿਰ ਦੇਖਦੇ ਹਾਂ ਕਿ ਹਾਂ ਵੀ ਆਈਲੈਟਸ ਹੈ, ਇਹਦੇ ਚਾਂਸ ਬਣਦੇ ਹੈ ਜਾਂਦੇ, ਜਾਂ PR ਦੇ ਜਾਂ ਸਟੱਡੀ ਵੀਜ਼ਾ ਤੇ, ਤੇ ਜੇਕਰ ਸਟੱਡੀ ਵੀਜ਼ਾ ਲਾਇਕ ਵੀ ਆਈਲੈਟਸ ਹੈ ਤੇ ਫਿਰ ਆਪਾਂ ਰਿਸ਼ਤਾ ਕਰ ਦਿਆਂਗੇ। ਰਿਸ਼ਤਾ ਕਰਕੇ ਸਾਰੇ ਮੁੰਡੇ ਨੂੰ ਬਾਹਰ ਲੈ ਜਾਏਗੀ ਔਨ ਅ ਸਪਾਊਸ ਵੀਜ਼ਾ। ਇੱਕ ਬਹੁਤ ਵੱਡੀ ਇੱਕ ਗੇਮ ਜਿਹਨੂੰ ਕਹਿੰਦੇ ਪੰਜਾਬ ਦੇ ਲੋਕ, ਗੇਮ ਆ ਗਈ ਜੀ, ਮਾਰਕੀਟ ਵਿੱਚ ਗੇਮ ਹੈ, ਇਹ ਗੇਮ ਚੱਲ ਰਹੀ ਹੈ ਕੁਛ ਟਾਈਮ ਤੋਂ, ਤੇ ਕਈ ਫਰੋਡ ਕੇਸਿਸ ਵੀ ਹੋ ਰਹੇ। ਕੱਲ ਪਰਸੋਂ ਵੀ ਮੈਂ ਇੱਕ ਪੋਸਟ ਕੀਤੀ ਸੀ ਫੇਸਬੁੱਕ ਤੇ ਕਿ ਵੀ ਪੈਸਾ ਤੇ ਚਲਾ ਗਿਆ, ਪੈਸਾ ਦਿੱਤਾ ਲੜਕੀ ਨੂੰ ਕਿ ਵੀ ਤੁਸੀਂ ਪੜ੍ਹਾਈ ਕਰੋ, ਜਾਓ ਸਟੱਡੀ ਵੀਜ਼ਾ ਲੈ ਕੇ, ਯੂ ਨੋ ਯੂ ਗੋ ਐਂਡ ਸਟੱਡੀ, ਤੇ ਲੇਕਿਨ ਉੱਥੇ ਲੜਕੀ ਦਾ ਦਿਮਾਗ ਪਲਟ ਗਿਆ, ਉੱਥੇ ਜਾ ਕੇ ਉਹਨਾਂ ਨੇ ਕੁਛ ਹੋਰ ਕਿਸ਼ਕਬਾਜ਼ੀ ਹੋ ਗਈ, ਤੇ ਇੱਥੇ ਜਿਹਨਾਂ ਨੇ ਇਨਵੈਸਟਮੈਂਟ ਕੀਤਾ ਸੀ ਇਹਨਾਂ ਨੂੰ ਪਾਸੇ ਕਰਤਾ, ਤੇ ਅਗਲੇ ਹੁਣ ਰੋ ਪਿੱਟ ਰਹੇ ਹਾਂ ਕਿ ਵੀ ਸਾਡਾ ਇਨਵੈਸਟਮੈਂਟ ਖਤਮ ਹੋ ਗਿਆ ਤੇ ਸਾਡੇ ਮੁੰਡੇ ਨੂੰ ਕੌਣ ਲੈ ਕੇ ਜਾਏਗਾ, ਐਂਡ ਦੈਨ ਦੇ ਆਰ ਪਰਸੂਇੰਗ ਲੀਗਲ ਲਿਟੀਗੇਸ਼ਨ। ਇਸ ਤਰ੍ਹਾਂ ਦੇ ਦੋ ਤਿੰਨ ਕੇਸਿਸ ਮੇਰੇ ਕੋਲ ਮੇਰੇ ਸਾਹਮਣੇ ਹੀ ਆਏ ਤੇ ਮੈਂ ਉਹਦਾ ਜ਼ਿਕਰ ਵੀ ਕੀਤਾ ਫੇਸਬੁੱਕ ਤੇ ਆਪਣੇ। ਸੋ ਨਨ ਦ ਵੇ ਸਪਾਊਸ ਵੀਜ਼ਾ ਇਜ਼ ਅ ਮੇਜਰ ਗੇਮ ਅੱਜ ਕੱਲ੍ਹ ਪੰਜਾਬ ਵਿੱਚ ਚੱਲ ਰਹੀ ਹੈ, ਕਿਉਂਕਿ ਕਰੀਬ ਕਰੀਬ ਹਰੇਕ ਸਾਲ ਕਰੀਬ ਕਰੀਬ 50 to 60,000 ਯੰਗ ਸਟੂਡੈਂਟ, ਯੰਗ ਬੱਚਾ ਉੱਥੋਂ ਨਿਕਲ ਰਿਹਾ ਹੈ ਸਿਰਫ ਕੈਨੇਡਾ ਨੂੰ, ਆਸਟ੍ਰੇਲੀਆ ਨਿਊਜ਼ੀਲੈਂਡ ਦੀ ਗੱਲ ਨਹੀਂ ਕੀਤੀ, ਸਿਰਫ ਕੈਨੇਡਾ ਨੂੰ, ਮਿਨੀਮਮ 50,000 ਪਲੱਸ ਸਿਰਫ ਕੈਨੇਡਾ ਨੂੰ ਜਾ ਰਿਹਾ। ਅਤੇ 50,000 ਵਿੱਚ ਤੁਸੀਂ ਦੇਖ ਲਓ ਕਿ ਜਦ ਇੱਥੇ ਪਹੁੰਚਦੇ ਹੈ ਵਿਦਇਨ 6 months ਔਰ ਵਿਦਇਨ 1 year, ਅਗਰ ਜੇ 10% ਵੀ ਵਿਆਹ ਕਰਦੇ ਹੈ 5,000, ਸੋ 5,000 ਹਸਬੈਂਡ ਵਾਈਫ ਤਿਆਰ ਹੈ ਆਉਣ ਲਈ, ਫਿਰ ਉਹਨਾਂ ਦੇ ਰਿਸ਼ਤਾ ਹੋਏਗਾ, ਮੈਰਿਜ ਹੋਏਗੀ, ਐਂਡ ਦੈਟਸ ਹਾਊ ਦੇ ਗੋ। ਸੋ ਕਈ ਕੰਸਲਟਾਂ ਨੂੰ ਪਤਾ ਹੈ ਕਿਸ ਤਰ੍ਹਾਂ ਫਾਈਲਾਂ ਨਹੀਂ, ਕਿਸੇ ਨੂੰ ਨਹੀਂ ਪਤਾ, ਕੋਈ ਰਿਫਿਊਜ਼ ਹੋ ਰਿਹਾ, ਕੋਈ ਧੱਕੇ ਖਾ ਰਿਹਾ, ਕੋਈ ਫਰਾਡ ਡਾਕੂਮੈਂਟ ਹੈ, ਕੁਛ ਕੁਛ ਹੈ, ਕੋਈ ਜਾਲੀ, ਕੋਈ ਇਨਕਮ ਟੈਕਸ ਦਿਖਾ ਰਿਹਾ, ਇਸ ਤਰ੍ਹਾਂ ਸਾਰਾ ਸਿਸਟਮ ਚੱਲ ਰਿਹਾ। ਸੋ ਇਸ ਕਰਕੇ ਕੰਸਲਟਾਂ ਦੀ ਮੌਜ ਲੱਗੀ ਹੋਈ ਹੈ, ਕਿਉਂਕਿ ਸਪਾਊਸ ਵੀਜ਼ਾ ਲੈ ਕੇ ਮਤਲਬ ਇੱਕ ਨਈ ਐਪਲੀਕੇਸ਼ਨ, ਨਯਾ ਇੱਕ ਸਰੋਤ ਹੈ ਇੱਕ ਫਾਰ ਰੈਵਨਿਊ ਫਾਰ ਇਮੀਗ੍ਰੇਸ਼ਨ ਬਿਜ਼ਨਸ। ਆਈਲੈਟਸ ਤੇ ਸਦਾ ਬਾਹਰ ਬਿਜ਼ਨਸ ਹੈ ਐਕਚੁਲੀ, ਕੈਨੇਡਾ ਲਈ, ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਲਈ ਆਈਲੈਟਸ ਤੇ ਲਾਜ਼ਮੀ ਹੈ। ਸੋ ਆਈਲੈਟਸ ਦਾ ਬਿਜ਼ਨਸ, ਇਹਦੇ ਬਾਰੇ ਮੈਂ ਐਕਚੁਲੀ 3-4 ਸਾਲ ਵੀ ਇੱਥੇ ਵੀ ਅਨਾਊਂਸਮੈਂਟ ਕੀਤਾ ਸੀ, ਕਈ ਲੋਕਾਂ ਨੂੰ ਵੀ ਦੱਸਿਆ ਹੋਇਆ ਕਿ ਅਗਰ ਜੇ ਤੁਹਾਨੂੰ ਕੋਈ ਹੋਰ ਕੰਮ ਨਹੀਂ ਮਿਲਦਾ, ਚੁੱਪ ਕਰਕੇ ਤੁਸੀਂ ਇੱਕ ਆਈਲੈਟਸ ਦਾ ਬਿਜ਼ਨਸ ਖੋਲੋ, ਆਈਲੈਟਸ ਦੀ ਦੁਕਾਨ ਖੋਲੋ, ਇੱਕ ਰੱਖ ਲਓ MA BEd ਵਾਲਾ, BEd ਜੋ ਵੀ ਕੋਈ ਇੰਗਲਿਸ਼ ਥੋੜ੍ਹੀ ਬਹੁਤ ਬੋਲਦੇ ਹੋ ਉਹ ਰੱਖ ਲਓ, ਅਤੇ ਨਾਲ ਆਪਣੀ ਟ੍ਰੇਨਿੰਗ ਕਰਨਾ ਸ਼ੁਰੂ ਕਰੋ। ਔਨ ਐਨ ਐਵਰੇਜ, ਇਫ ਆਈ ਐਮ ਨੋਟ ਰੋਂਗ, ਔਨ ਐਨ ਐਵਰੇਜ ਬਿਟਵੀਨ 5,000 and 10,000 ਰੁਪੀਸ ਪਰ ਸਟੂਡੈਂਟ ਪਰ ਮੰਥ ਦਾ ਖਰਚਾ ਹੈ ਔਨ ਐਨ ਰੈਵਨਿਊ। ਕਈ ਕਈ ਮੈਂ ਦੇਖਿਆ ਮੋਹਾਲੀ ਵਾਲਾ ਏਰੀਆ 'ਚ ਜਿਹੜੇ ਸਕੂਲ ਖੁੱਲ੍ਹੇ ਹੋਏ ਹੈ, ਸੋ ਕਾਲ ਆਈਲੈਟਸ ਕਾਲਜ, ਆਈਲੈਟਸ ਟ੍ਰੇਨਿੰਗ ਇੰਸਟੀਟਿਊਟ ਵਾਲਾ, ਉੱਥੇ ਉਹਨਾਂ ਕੋਲ ਤੇ 500-500 ਹਜ਼ਾਰ ਬੱਚਾ ਪੜ੍ਹ ਰਿਹਾ, ਸ਼ਿਫਟਾਂ ਵਿੱਚ ਪੜ੍ਹ ਰਿਹਾ, ਹਜ਼ਾਰ ਬੱਚਾ ਸ਼ਿਫਟ ਪੜ੍ਹ ਰਿਹਾ, ਸਵੇਰ ਦੀ ਸ਼ਿਫਟ ਕੋਚ ਹੋ ਰਿਹਾ, ਮਿਡ ਮਾਰਨਿੰਗ, ਫਿਰ ਆਫਟਰਨੂਨ, ਫਿਰ ਸ਼ਾਮ ਦੀ, ਫਿਰ ਨਾਈਟ ਕਲਾਸਿਸ, ਮਤਲਬ ਕਿ ਬੈਚ ਆਈ ਜਾ ਰਹੇ, 100-100 ਬੱਚੇ ਆਈ ਜਾ ਰਹੇ, ਪਿੰਡੋਂ ਆਈ ਜਾ ਰਹੇ, ਕੋਈ ਸ਼ਹਿਰੋਂ ਆਈ ਜਾ ਰਹੇ। ਅੱਛਾ, ਆਈਲੈਟਸ ਦਾ ਬਿਜ਼ਨਸ ਵੀ ਇਸ ਤਰ੍ਹਾਂ ਹੈ ਕਿ ਆਈਲੈਟਸ ਦੇ ਮੇਰੇ ਖਿਆਲ ਆਈ ਥਿੰਕ ਫਾਈਮ ਨੋਟ ਰੋਂਗ 275 ਜਾਂ $325 ਹੈ ਕੈਨੇਡੀਅਨ ਡਾਲਰ ਫੀਸ ਹੈ ਟੂ ਅਪੀਅਰ ਐਗਜ਼ਾਮੀਨੇਸ਼ਨ। ਇੱਕ ਵਾਰ ਤੇ ਕੋਈ ਪਾਸ ਕਰਦਾ ਹੀ ਨਹੀਂ ਹੈ, ਜੋ ਉਹਨਾਂ ਦੀ ਰਿਕੁਐਸਟ ਹੈ ਫਿਰ ਉਹਨਾਂ ਨੂੰ ਦੁਬਾਰਾ ਦੇਣਾ, ਫਿਰ ਦੁਬਾਰਾ ਦੇਣਾ, ਮਤਲਬ ਕਿ ਇੱਕ ਵਾਰ ਬੱਚਾ ਇਨਰੋਲ ਹੋ ਗਿਆ ਤੇ ਤੁਸੀਂ ਮੰਨ ਕੇ ਚੱਲੋ 6 ਮਹੀਨੇ ਤੋਂ ਲੈ ਕੇ 12 ਮਹੀਨੇ ਉਹਨਾਂ ਨੇ ਪੜ੍ਹਾਈ ਕਰੀ ਜਾਣੀ। ਨਾਲ ਆਈਲੈਟਸ ਦੀ ਦੁਕਾਨਦਾਰੀ ਚੱਲ ਰਹੀ ਹੈ, ਤੇ ਜਿਹੜੇ ਆਈਲੈਟਸ ਦੀ ਜੇ ਟ੍ਰੇਨਿੰਗ ਜਿੱਥੋਂ ਐਗਜ਼ਾਮੀਨੇਸ਼ਨ ਕਰਦੇ ਹੈ ਬ੍ਰਿਟਿਸ਼ ਕਾਊਂਸਲ ਵਾਰਾ, IDP ਵਾਰਾ, ਉਹਨਾਂ ਦੀ ਫੀਸ ਵੀ ਚੱਲ ਰਹੀ ਹੈ। IDP ਦਾ ਇੱਕ ਰਿਕਾਰਡ ਆਇਆ ਸੀ ਪਿਛਲੇ ਸਾਲ ਕਿ IDP ਦੀ ਜਿਹੜਾ ਗਰੋਸ ਰੈਵਨਿਊ ਹੈ ਮਿਲੀਅਨਸ ਆਫ ਡਾਲਰ ਹੈ, ਉਹ ਸਾਰਾ 90% ਆਈ ਥਿੰਕ 70% ਜ਼ਿਆਦਾ ਉਹਨਾਂ ਦਾ ਰੈਵਨਿਊ ਇੰਡੀਆ ਤੋਂ ਆ ਰਿਹਾ ਸਾਰਾ। ਹਾਂ, ਉਹ ਵੀ ਗੁਜਰਾਤ ਪੰਜਾਬ ਤੋਂ, ਕਿਉਂਕਿ ਹਰੇਕ ਬੱਚਾ, ਹਰੇਕ ਐਪਲੀਕੈਂਟ ਆਈਲੈਟਸ ਦੀ ਟ੍ਰੇਨਿੰਗ ਕਰਨ ਲਈ ਜੀ ਜਾਨ ਦੀ ਮਿਹਨਤ ਕਰ ਰਿਹਾ, ਟ੍ਰੇਨਿੰਗ ਵੀ ਕਰ ਰਿਹਾ, ਬਾਰ ਬਾਰ ਉਹਨੂੰ ਰੀਟ੍ਰੈਕ ਕਰਕੇ ਦੇ ਰਿਹਾ, ਜਿੰਨੀ ਵਾਰ ਤੁਸੀਂ ਦਓਗੇ ਯੂ ਹੈਵ ਟੂ ਅਪੀਅਰ ਇਨ ਦ ਐਗਜ਼ਾਮੀਨੇਸ਼ਨ ਅਗੇਨ। ਸੋ ਇਸ ਕਰਕੇ ਉਹ ਵੀ ਬਿਜ਼ਨਸ ਕਾਫੀ ਚੱਲ ਰਿਹਾ ਇੱਥੇ ਤੇ। ਐਕਚੁਲੀ ਤੁਸੀਂ ਐਡਮਿੰਟਨ ਸ਼ਹਿਰ ਵੀ ਦੇਖ ਲਓ, ਐਡਮਿੰਟਨ ਸ਼ਹਿਰ ਵੀ ਕਈ ਆਈਲੈਟਸ ਦੇ ਸਕੂਲ ਖੁੱਲ੍ਹੇ ਹੋਏ ਹੈ, ਜਿਨ੍ਹਾਂ ਨੇ ਕੋਈ ਅਗਰ ਆਪਣੀ PNP ਦੀ ਫਾਈਲ ਲਾਉਣੀ ਹੈ ਜਾਂ PR ਦੀ ਜਾਂ ਕੋਈ ਹੋਰ ਕੋਈ ਸਟੱਡੀ ਵੀਜ਼ਾ ਐਕਸਟੈਂਡ ਕਰਨਾ ਕੁਛ ਹੈ, ਆਈਲੈਟਸ ਦੇ ਬਗੈਰ ਤੇ ਹੋ ਨਹੀਂ ਸਕਦਾ, ਤੇ ਆਈਲੈਟਸ ਉਹ ਫਿਰ ਲੋਕਾਂ ਨੇ ਦੁਕਾਨ ਖੋਲੀ ਹੈ, ਤੁਸੀਂ ਆ ਕੇ ਪੜ੍ਹਾਈ ਕਰੋ, ਐਂਡ ਯੂ ਨੋ ਯੂ ਟੇਕ ਦ ਐਗਜ਼ਾਮੀਨੇਸ਼ਨ। ਸੋ ਉਹ ਵੀ ਇਹ ਤੇ ਆਈਲੈਟਸ ਦਾ ਇੱਕ ਸਦਾ ਬਾਹਰ ਬਿਜ਼ਨਸ, ਆਈਲੈਟਸ ਨਾਲ ਫ੍ਰੈਂਚ ਵੀ ਹੈ, ਸੋ ਇਹ ਤੇ ਬਿਜ਼ਨਸ ਕਾਫੀ ਪੁਰਾਣਾ ਚੱਲ ਰਿਹਾ ਤੇ ਚੱਲਦਾ ਹੀ ਰਹੇਗਾ। ਕਾਫੀ ਲੋਕ ਜੁੜ ਚੁੱਕੇ ਹੈ,
ਫੇਸਬੁੱਕ ਤੇ ਸਰਪ੍ਰੀਤ ਤਾਲੀਵਾਲ ਮੈਂ ਨਾਮ ਲੈ ਦਿਆਂ ਐਕਚੁਅਲੀ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਤਾਂ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ ਪਲੀਜ਼ ਫੇਸਬੁੱਕ ਤੇ ਕਾਲ ਨਾ ਕਰਨਾ ਡਾਇਰੈਕਟਲੀ ਨੰਬਰ ਇੱਥੇ ਜਿਹੜਾ ਰੇਡੀਓ ਸਟੇਸ਼ਨ ਦਾ ਨੰਬਰ ਮੈਂ ਕੈਨੇਡਾ ਐਡਮਿੰਟਨ ਦਾ ਨੰਬਰ ਦੱਸ ਰਿਹਾ 780 ਏਰੀਆ ਕੋਡ 4352762 ਅਗਰ ਜੇ ਕੈਨੇਡਾ ਤੋਂ ਕਾਲ ਕਰ ਰਹੇ ਹੋ 7804352762 ਅਗਰ ਬਾਹਰ ਕਿਸੇ ਹੋਰ ਕੰਟਰੀ ਤੋਂ ਕਰ ਰਹੇ ਹੋ ਤੇ ਪਲੀਜ਼ ਡੋਂਟ ਕਾਲ ਔਨ ਦ ਫੇਸਬੁੱਕ ਜਾਂ ਟਾਈਪ ਕਰ ਦਿਓ ਕੁਐਸਚਨ ਜਾਂ ਡਾਇਰੈਕਟਲੀ ਆਪਣੇ ਇੰਡੀਆ ਤੋਂ ਕਾਲ ਕਰ ਰਹੇ ਹੋ 001 ਲਾ ਕੇ 780 ਕਰਕੇ ਤੁਸੀਂ ਕਾਲ ਕਰ ਸਕਦੇ ਹੋ ਉਹਦਾ ਉਹਦਾ ਫਾਇਦਾ ਸਿਰਫ ਇੰਨਾ ਹੀ ਹੈ ਕਿ ਮੈਂ ਚਾਹੁੰਦਾ ਕਿ ਵੀ ਕੁਐਸਚਨ ਸਾਰੀ ਦੁਨੀਆਂ ਨੂੰ ਪਤਾ ਲੱਗੇ ਤੇ ਸਾਰੇ 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 ਕੁਛ ਨੂੰ ਫਾਇਦਾ ਮਿਲੇ ਕਾਫੀ ਲੋਕ ਹੈਰਾਨੀ ਹੁੰਦੀ ਹੈ ਕਈ ਵਾਰੀ ਅਮਰਜੋਤ ਜੀ ਤੁਸੀਂ ਇੱਥੇ ਹੁਣ ਨੰਬਰ ਦੱਸ ਦਿੱਤਾ ਹਾਂ ਉਹ ਟੈਲੀਫੋਨ ਕਈ ਵਾਰੀ ਜੀ ਬਾਅਦ ਦੇ ਵਿੱਚ ਆਉਂਦੇ ਨੇ ਇੱਥੇ ਜੀ ਅਮਰਜੋਤ ਸਿੰਘ ਨਹੀਂ ਹੈਗੇ ਹਾਂ ਜੀ ਉਹ ਤਾਂ ਭਾਗ ਬੈਠੇ ਆ ਕੇ ਹਾਂ ਐਕਚੁਅਲੀ ਲੋਕਾਂ ਨੂੰ ਸ਼ਾਇਦ ਇਸ ਤਰ੍ਹਾਂ ਦੀ ਗਲਤ ਫਹਿਮੀ ਹੈ ਕਿ ਮੇਰਾ ਇਸ ਰੇਡੀਓ ਤੇ ਕੋਈ ਬਿਜ਼ਨਸ ਹੈ ਜਾਂ ਮੈਂ ਕਿਸੇ ਐਪਲੀਕੇਸ਼ਨ ਨੂੰ ਅਟਰੈਕਟ ਕਰਨ ਲਈ ਮੈਂ ਕਾਰੋਬਾਰ ਕਰ ਰਿਹਾ ਮੈਂ ਕਈ ਵਾਰ ਆਪਣੇ ਕਲੈਰੀਫਾਈ ਕਰ ਚੁੱਕਿਆ ਕਿ ਮੇਰਾ ਇੱਕ ਪ੍ਰੋਫੈਸ਼ਨ ਤੇ ਹੈ ਹੀ ਹੈ ਮੇਰਾ ਇੱਕ ਸ਼ੌਕ ਹੈ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨਾ ਸੋ ਅਗਰ ਤੁਸੀਂ ਇਸ ਪ੍ਰੋਗਰਾਮ ਤੇ ਕਾਲ ਕਰਦੇ ਹੋ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਮੈਂ ਸਹੀ ਜਵਾਬ ਦੇ ਰਿਹਾ ਜਿਹਨੂੰ ਲੈ ਕੇ ਤੁਸੀਂ ਆਪਣੀ ਰਿਸਰਚ ਕਰਕੇ ਆਪਣੀ ਫਾਈਲ ਅਗਰ ਲਾ ਸਕਦੇ ਹੋ ਆਪਣੇ ਆਪ ਕਰੋ ਜਾਂ ਕਿਸੇ ਤੋਂ ਲਗਵਾ ਲਓ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਨੰਬਰ ਤੇ ਕੱਲ ਕਾਲ ਕਰਕੇ ਕਹੋ ਕਿ ਜੀ ਮੈਂ ਫਾਈਲ ਤੁਹਾਡੇ ਤੋਂ ਲਾਉਣੀ ਜੀ ਅਮਰਜੋਤ ਸਿੰਘ ਕਿੱਥੇ ਕਿਉਂਕਿ ਮੈਂ ਇੱਥੇ ਮੇਰਾ ਆਫਿਸ ਨਹੀਂ ਹੈ ਇਹ ਤੇ ਇੱਕ ਸਮਾਜਿਕ ਸੇਵਾ ਹੈ ਰੇਡੀਓ ਸਟੇਸ਼ਨ ਚੱਲ ਰਿਹਾ ਕਮਿਊਨਿਟੀ ਸੁਣਦੀ ਹੈ ਤੇ ਮੈਂ ਇੱਥੇ ਆ ਕੇ ਆਪਣੇ ਸ਼ੌਕ ਨਾਲ ਆਪਣੇ ਸੰਗਤ ਸਾਹਿਬ ਨਾਲ ਦੋਸਤੀ ਕਰਕੇ ਮੈਂ ਇੱਥੇ ਆ ਕੇ ਆਪਣਾ ਯੂ ਨੋ ਆਮ ਜਸਟ ਹੈਵਿੰਗ ਅ ਗੁੱਡ ਟਾਈਮ ਸੋ ਬਸ ਇੰਨਾ ਹੀ ਹੈ ਬਾਕੀ ਤੁਸੀਂ ਕਾਲ ਕਰੋਗੇ ਕੱਲ ਪਰਸੋਂ ਕਾਲ ਕਰੋਗੇ ਸੋ ਆਈ ਵਿਲ ਨਾਟ ਬੀ ਹੇਅਰ ਕਿਸੇ ਨੇ ਮੈਨੂੰ ਸਵਾਲ ਪੁੱਛਿਆ ਰਾਜੀਵ ਮਹਿਤਾ ਕਿ ਰਾਜੀਵ ਮਹਿਤਾ ਕਹਿ ਰਹੇ ਕਿ ਸਰ ਅਗਰ ਛੇ ਸਾਲ ਪੁਰਾਣਾ ਅਗਰ ਕਨਵਿਕਸ਼ਨ ਹੈ ਕਨਵਿਕਸ਼ਨ ਇਹਨਾਂ ਨੇ ਲਿਖਿਆ ਨੀ ਕਨਵਿਕਸ਼ਨ ਮਤਲਬ ਜੇਲ ਕੋਈ ਚਾਰਜ ਉਹਨਾਂ ਨੂੰ ਟੂਰਿਸਟ ਵੀਜ਼ਾ ਮਿਲ ਸਕਦਾ ਹੈ ਕੈਨੇਡਾ ਦਾ ਕਨਵਿਕਸ਼ਨ ਡਜ਼ਨਟ ਹੈਵ ਐਨੀ ਇੰਪ੍ਰਿਜ਼ਨਮੈਂਟ ਓਨਲੀ 1500 ਦਾ ਫਾਈਨ ਮਿਲਿਆ ਹੈ ਆਸਟ੍ਰੇਲੀਆ ਇਹ ਮੇਰੇ ਖਿਆਲ ਸ਼ਾਇਦ ਆਸਟ੍ਰੇਲੀਆ ਤੋਂ ਪੁੱਛਣਾ ਤੇ ਦੁਬਾਰਾ ਮੈਂ ਕੁਐਸਚਨ ਰਿਪੀਟ ਕਰ ਦਿਆਂ ਸੰਗਤ ਸਾਹਿਬ ਕਿ ਅਗਰ ਕਨਵਿਕਸ਼ਨ ਹੈ ਕਿਸੇ ਨੂੰ ਕਿਸੇ ਵੀ ਕੰਟਰੀ ਦਾ ਤੇ ਉਹ ਪੁੱਛ ਰਿਹਾ ਕਿ ਉਹਨਾਂ ਨੂੰ ਟੂਰਿਸਟ ਵੀਜ਼ਾ ਮਿਲ ਜਾਏਗਾ ਨਹੀਂ ਮਿਲ ਜਾਏਗਾ ਇਟ ਆਲ ਡਿਪੈਂਡਸ ਰਾਜੀ ਮਹਿਤਾ ਜੀ ਮੇਰਾ ਜਵਾਬ ਸੁਣ ਲਓ ਇਟ ਆਲ ਡਿਪੈਂਡਸ ਔਨ ਕਿ ਕਨਵਿਕਸ਼ਨ ਦੀ ਕੈਟੇਗਰੀ ਕਿਸ ਚੀਜ਼ ਦੀ ਹੈ ਅਗਰ ਉਹ ਸੀਰੀਅਸ ਕ੍ਰਾਈਮ ਹੈ ਸੀਰੀਅਸ ਕ੍ਰਾਈਮ ਦੇ ਦੋ ਤਿੰਨ ਐਗਜ਼ਾਮਪਲ ਲੈ ਦਿਆਂ ਜਿਸ ਤਰ੍ਹਾਂ DUI ਹੈ ਜਾਂ ਕੋਈ ਜਿਸ ਤਰ੍ਹਾਂ ਅਸੋਲਟ ਹੈ ਜਾਂ ਕੋਈ ਹੋਰ ਕੋਈ ਜਿਸ ਤਰ੍ਹਾਂ ਯੂ ਨੋ ਡੇਂਜਰਸ ਡਰਾਈਵਿੰਗ ਵੀ ਆਲਸੋ ਇਜ਼ ਅ ਸੀਰੀਅਸ ਕ੍ਰਾਈਮ ਅਗਰ ਇਸ ਤਰ੍ਹਾਂ ਦਾ ਕੋਈ ਸੀਰੀਅਸ ਕ੍ਰਾਈਮ ਹੈ ਫਿਰ ਯੂ ਆਰ ਇਨਐਡਮਿਸਿਬਲ ਦੈਟ ਮੀਨਸ ਕਿ ਕ੍ਰਿਮੀਨਲੀ ਇਨਐਡਮਿਸਿਬਲ ਹੋ ਫਿਰ ਤੁਹਾਨੂੰ ਉਹ ਵੀਜ਼ਾ ਨਹੀਂ ਦੇਣਗੇ ਅਨਲੈਸ ਕਿ ਕੈਟੇਗਰੀ ਦਾ ਪਤਾ ਨਾ ਹੋ ਕੈਟੇਗਰੀ ਤੁਸੀਂ ਦੇਖ ਲਓ ਆਸਟ੍ਰੇਲੀਆ ਤੁਹਾਡੇ ਕੋਲ ਅਗਰ ਕਨਵਿਕਸ਼ਨ ਰਿਕਾਰਡ ਹੈ ਉਹਦਾ ਕਨਵਿਕਸ਼ਨ ਰਿਕਾਰਡ ਦਾ ਸੈਕਸ਼ਨ ਨੰਬਰ ਦੇਖੋ ਗੋ ਟੂ ਗੂਗਲ ਐਂਡ ਟਾਈਪ ਆਸਟ੍ਰੇਲੀਆ ਸੈਕਸ਼ਨ ਫਲਾਨਾ ਫਲਾਨਾ ਈਕੁਅਲ ਟੂ ਕੈਨੇਡੀਅਨ ਕ੍ਰਿਮੀਨਲ ਕੋਡ ਨੰਬਰ ਤੇ ਉਹ ਫਿਰ ਕ੍ਰਿਮੀਨਲ ਕੋਡ ਦਾ ਨੰਬਰ ਆ ਜਾਏਗਾ ਉਸ ਕੋਡ ਦੇ ਵਿੱਚ ਜਾ ਕੇ ਤੁਸੀਂ ਅਗਰ ਜੇ ਕੈਨੇਡਾ ਕ੍ਰਿਮੀਨਲ ਕੋਡ ਸੈਕਸ਼ਨ ਦੇਖੋਗੇ ਉੱਥੇ ਲਿਖਿਆ ਹੋਏਗਾ ਕਿ ਵੀ ਅਕੋਰਡਿੰਗ ਟੂ ਦ ਕੈਨੇਡੀਅਨ ਸਿਸਟਮ ਦਿਸ ਇਜ਼ ਅ ਇੰਡਾਈਟੇਬਲ ਓਫੈਂਸ ਔਰ ਅ ਸਮਰੀ ਓਫੈਂਸ ਅਗਰ ਇੰਡਾਈਟੇਬਲ ਓਫੈਂਸ ਹੈ ਮੰਨ ਕੇ ਚੱਲੋ ਆਈ ਐਮ ਨੋਟ ਸੇਇੰਗ ਇਟਸ ਆਲਵੇਸ ਦ ਟਰੂ ਮੰਨ ਕੇ ਚੱਲੋ ਕਿ ਦਿਸ ਇਜ਼ ਸੀਰੀਅਸ ਕ੍ਰਾਈਮ ਤੇ ਯੂ ਆਰ ਲਾਈਕਲੀ ਇਨਐਡਮਿਸਿਬਲ ਪਰ ਆਫਕੋਰਸ ਦਿਸ ਇਜ਼ ਅ ਜਨਰਲ ਇਨਫੋਰਮੇਸ਼ਨ ਕਿਸੇ ਵੀ ਕ੍ਰਿਮੀਨਲ ਲਾਇਰ ਕੋਲ ਜਲਦ ਲੈ ਕੇ ਜਾਓਗੇ ਫਿਰ ਤੁਹਾਨੂੰ ਉਹ ਤਫਸੀਲ ਨਾਲ ਗੱਲ ਕਰਕੇ ਦੇਗਾ ਸੋ ਆਈ ਹੋਪ ਯੂ ਗੋਟ ਮਾਈ ਆਂਸਰ ਕੁਲਦੀਪ ਢਿੱਲੋਂ ਰਾਜੀਵ ਮਹਿਤਾ ਕਰਨ ਚੋਪੜਾ ਰਾਣਾ ਅਲਤਾਫ ਕਪਿਲ ਮਹਿਤਾ ਕਾਫੀ ਲੋਕ ਲਿਖ ਰਹੇ ਸਵਾਲ ਸੈਨ ਕੁਮਾਰ ਬੋਲ ਰਹੇ ਮੈਡੀਕਲ ਸਟ੍ਰੀਮ ਪਲੱਸ ਟੂ ਟੇਕ ਐਡਮਿਸ਼ਨ ਨਰਸਿੰਗ ਕੋਰਸ ਲਈ ਐਡਮਿਸ਼ਨ ਲੈ ਲਓ ਨਰਸਿੰਗ ਕਾਲਜ ਡਿਸਾਈਡ ਕਰਦਾ ਹੈ ਪਲੱਸ ਟੂ ਵਿੱਚ ਤੁਸੀਂ ਕਿਹੜੇ ਕਿਹੜੇ ਸਬਜੈਕਟ ਲੈ ਤਾਂ ਉਹ ਡਿਸਾਈਡ ਹੋਏਗਾ ਅਦਰਵਾਈਜ਼ ਕਹਿਣਾ ਬਹੁਤ ਮੁਸ਼ਕਿਲ ਹੈ ਰਾਜੀਵ ਮਹਿਤਾ ਕਹਿ ਰਿਹਾ ਇੰਡੀ ਸੇ ਨਸੋਲ ਰਾਜੀਵ ਮਹਿਤਾ ਤੁਹਾਨੂੰ ਮੈਂ ਐਗਜ਼ਾਮਪਲ ਆਪਣਾ ਦੇ ਚੁੱਕਿਆ ਤੁਸੀਂ ਜਾ ਕੇ ਉਹ ਸੈਕਸ਼ਨ ਕੋਡ ਨੂੰ ਟਾਈਪ ਕਰਕੇ ਗੂਗਲ ਤੇ ਆਪਣਾ ਇਕੁਅਲ ਕਰੋ ਕੈਨੇਡਾ ਕ੍ਰਿਮੀਨਲ ਕੋਡ ਨਾਲ ਸੋ ਦੈਟਸ ਵੈਰੀ ਕੰਟੀਨਿਊ ਜਿਸ ਤਰ੍ਹਾਂ ਹੰਗਾ ਸਾਹਿਬ ਜਿਹੜਾ ਇੱਕ ਤਾਂ ਕ੍ਰਿਮੀਨਲ ਇਨਐਡਮਿਸਿਬਿਲਟੀ ਹੁੰਦੀ ਹੈ ਇੱਕ ਹੁੰਦੀ ਹੈ ਮੈਡੀਕਲ ਇਨਐਡਮਿਸਿਬਿਲਟੀ ਅਗਰ ਮੈਡੀਕਲ ਕੋਈ ਪ੍ਰੋਬਲਮ ਹੈ ਸਾਡੇ ਕੋਈ ਬਾਡੀ 'ਚ ਕੋਈ ਪ੍ਰੋਬਲਮ ਹੈ ਕੋਈ ਲੌਂਗ ਟਰਮ ਡਿਜ਼ੀਜ਼ ਹੈ ਜੋ ਠੀਕ ਨਹੀਂ ਹੋ ਸਕਦੀ ਜਿਸ ਤਰ੍ਹਾਂ ਇੱਕ ਔਟਿਜ਼ਮ ਹੈ ਜਾਂ ਕੋਈ ਕਿਡਨੀ ਡਾਇਲਸਿਸ ਕਿਸੇ ਨੂੰ ਬਹੁਤ ਯੂ ਨੋ ਲੌਂਗ ਟਰਮ ਪ੍ਰੋਬਲਮ ਹੈ ਇਟ ਹੈਜ਼ ਟੂ ਬੀ ਕੰਟਰੋਲ ਹੈ ਸੀਰੀਅਸ ਡਾਇਬਟੀਜ਼ ਹੈ ਉਸ ਕੇਸਿਸ ਵਿੱਚ ਯੂ ਆਰ ਲਾਈਕਲੀ ਮੈਡੀਕਲੀ ਇਨਐਡਮਿਸਿਬਲ ਤੁਹਾਨੂੰ ਕੋਈ ਕਿਸੇ ਵੀ ਪੀ ਆਰ ਲਈ ਉਹ ਤੁਹਾਨੂੰ ਐਟ ਦ ਐਂਡ ਸਟੇਜ ਤੁਹਾਨੂੰ ਕਹਿ ਦੇਣਗੇ ਕਿ ਵੀ ਤੁਹਾਡੇ ਜਿਹੜੇ ਮੈਡੀਕਲ ਦਾ ਜਿਹੜਾ ਸਾਡਾ ਜਿਹੜਾ ਇੱਕ ਲਿਮਿਟ ਹੈ ਇੱਕ ਦਵਾਈਆਂ ਦਾ ਲਿਮਿਟ ਹੁੰਦਾ ਹੈ ਪਹਿਲਾਂ ਹੁੰਦਾ ਸੀ ਇਜ਼ ਅਬਾਊਟ 6,000 ਸਮਥਿੰਗ 6,600 ਪਰ ਈਅਰ ਅੱਜ ਕੱਲ੍ਹ ਇਹ ਜਿਹੜੇ ਮੌਜੂਦਾ ਸਰਕਾਰ ਹੈ ਇਹਨਾਂ ਨੇ ਇਨਕਰੀਜ਼ ਕਰਤਾ 20,000 ਤੱਕ ਕਰਤਾ ਸੋ ਅਗਰ ਉਸ ਲਿਮਿਟ ਤੱਕ ਅਗਰ ਤੁਹਾਡੇ ਦਵਾਈਆਂ ਦਾ ਖਰਚਾ ਉਹ ਸਰਟੀਫਾਈ ਕਰਕੇ ਜਿਹੜੇ ਕੈਨੇਡੀਅਨ ਪੈਨਲ ਫਿਜ਼ੀਸ਼ੀਅਨ ਚੈੱਕ ਕਰਦੇ ਹੈ ਅਗਰ ਉਸ ਲਿਮਿਟ ਤੱਕ ਅਗਰ ਹੈ ਫਿਰ ਤੇ ਯੂ ਆਰ ਓਕੇ ਨਹੀਂ ਹੈ ਤੇ ਦੈਨ ਯੂਰ ਐਪਲੀਕੇਸ਼ਨ ਵਿਲ ਰਿਫਿਊਜ਼ ਯੂ ਆਰ ਮੈਡੀਕਲੀ ਆਊਟ
ਸੋ ਇਹ ਇਹ ਗੱਲਾਂ ਜ਼ਰੂਰ ਹੁੰਦੀਆਂ ਇਸ ਤਰ੍ਹਾਂ। ਅੱਛਾ ਅਮਰਜੋਤ ਜੀ ਤੁਸੀਂ ਨਗਰ ਕੀਰਤਨ ਤੇ ਗਏ ਸੀ? ਹਾਂਜੀ ਹਾਂਜੀ ਮੈਂ ਗਿਆ ਸੀ ਨਗਰ ਕੀਰਤਨ ਤੇ ਮੈਂ ਦੇਖਿਆ ਜੀ ਵੀ ਉੱਥੇ ਬਹੁਤ ਸਾਰੇ ਨਵੇਂ ਚਿਹਰੇ, ਮੈਨੂੰ ਏਦਾਂ ਲੱਗਦਾ ਵੀ 30% ਤੋਂ ਉੱਪਰ ਹੀ ਹੋ ਸਕਦਾ ਜੀ ਵੀ ਜਿਹੜੇ ਸਟੂਡੈਂਟ ਵਗੈਰਾ ਨੇ ਨਵੇਂ ਆਏ ਜਾਂ ਕੋਈ ਪਰਮਿਟ ਤੇ ਆਏ ਲੋਕ, ਉਹ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਸੀਗੀ ਉਹਨਾਂ ਦੀ। ਅੱਛਾ ਬਹੁਤ ਸਾਰੇ ਲੋਕ ਔਰ ਪਿੱਛੇ ਜਿਹਾ ਇਹ ਸਟੂਡੈਂਟਸ ਦਾ ਬੜਾ ਜ਼ਿਕਰ ਆ ਰਿਹਾ ਜੀ ਆਪਾਂ ਗੱਲ ਕਰਾਂਗੇ ਸਟੂਡੈਂਟ ਦੀ, ਦੇਖਦੇ ਕਾਲ। ਹੈਲੋ ਦੇਸ਼ ਪੰਜਾਬ, ਹਾਂਜੀ ਸਤਿ ਸ਼੍ਰੀ ਅਕਾਲ। ਏਅਰ ਤੇ ਆ ਜੀ? ਤੁਸੀਂ ਏਅਰ ਤੇ ਹੋ? ਹਾਂਜੀ ਰੇਡੀਓ ਕੋਈ ਨੀ, ਤੁਸੀਂ ਸਾਡੇ ਤੋਂ ਲੈ ਸਕਦੇ ਆ ਜਾਂ ਤੁਸੀਂ ਬਲਕਾਰ ਸਿੰਘ ਹੋਣਾ ਤੋਂ ਲੈ ਲਓ, ਉੱਥੋਂ ਏਸ਼ੀਅਨ ਗਰੋਸਰੀ ਸਟੋਰ ਤੋਂ। ਹਾਂ ਇੱਥੇ ਆ ਕੇ ਵੀ ਲੈ ਸਕਦੇ ਜੀ, ਪਰ ਉਹ ਥੱਲੇ ਸਾਡੇ ਡੋਰ ਇਸ ਵੇਲੇ ਬੰਦ ਹੁੰਦੇ ਆ, ਉਹ ਸਿਕਿਉਰਿਟੀ ਵਾਲਾ ਸਿਲਸਿਲਾ ਹੁੰਦਾ, ਜਾਂ ਕਿਤੇ ਤੁਸੀਂ ਦਿਨੇ ਟਾਈਮ ਕੱਢ ਲਿਓ। ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ। ਆਪਾਂ ਗੱਲ ਕਰ ਰਹੇ ਸੀ ਸਟੂਡੈਂਟ ਦੇ ਬਾਰੇ ਜੀ। ਮੇਰੇ ਖਿਆਲ ਕਿ ਸਾਰੀ ਦੁਨੀਆਂ ਨੇ ਉਹ ਖਬਰ ਪੜ੍ਹੀ ਹੈ ਕਿ ਇੱਕ ਸਟੂਡੈਂਟ ਜਿਹੜੇ ਟੋਰਾਂਟੋ ਟ੍ਰੈਪ ਹੋ ਗਏ, ਜਿਹੜੇ ਜੋਬਨਪ੍ਰੀਤ ਆ, ਸੋ ਉਹ ਟਰੱਕ ਚਲਾ ਰਹੇ ਸਨ, ਉੱਥੇ ਪੜ੍ਹ ਗਏ। ਮੇਰਾ ਮੈਨੂੰ ਵੀ ਕਈ ਲੋਕਾਂ ਨੇ ਪੁੱਛਿਆ, ਮੈਂ ਐਕਚੁਅਲੀ ਅਗਲੇ ਦਿਨ ਹੀ ਇੱਕ ਵੀਡੀਓ ਬਣਾ ਕੇ ਆਪਣੇ ਯੂਟਿਊਬ ਤੇ ਪਾਈ ਹੈ। ਮੇਰਾ ਤੇ ਸਿਰਫ ਜਿਹੜਾ ਓਪੀਨੀਅਨ ਹੈ ਲੀਗਲ ਪੁਆਇੰਟ ਆਫ ਵਿਊ ਤੋਂ, ਮੈਂ ਇੱਕ ਗੱਲ ਸਾਰੇ ਨਾਲ ਸ਼ੇਅਰ ਕਰਾਂਗਾ ਕਿ ਜਦ ਵੀ ਸਟੂਡੈਂਟ ਉੱਥੇ ਵੀਜ਼ਾ ਅਪਲਾਈ ਕਰਦਾ ਹੈ, ਜਦ ਤੁਸੀਂ ਐਪਲੀਕੇਸ਼ਨ ਫਾਰਮ ਸਾਈਨ ਕਰਦੇ ਹੋ, by signing the application form tusi already apni consent de rahe ho ki you are willing to follow the laws of canada study permit jehde study visa issue hunda hai na ode vich kai is tarah di cheez likhi hui hai ki bhai you agree to adhere to the conditions of the study visa ode vich kai log puchde hain ki bhai kithe likha tusi apna study permit dekho study permit pe likha hua hai saaf saaf bilkul edda nahi ki final matlab mote akshar se likha hua hai ke you are not allowed to work 20 hours and you are consenting on more it more than 20 hours yeah less than 20 hours tusi kam karna hai hun itthe aake agar je 20 hours tusi exceed karde ho this is a section 41a violation of immigration refugee protection act phir tusi itthe agar je apne aap nu prachar karke agar je radio te ya media te agar je kaho ke nahi studentan nu tusi je bakhsh deo ji student de bojh bahut hai ji kharcha bahut hai ji unhone 20000 30000 dollar leke aandi hai ji india to ਲੈ ਕੇ ਆਉਂਦੀ ਜੀ ਉਹਨਾਂ ਦਾ ਖਰਚਾ ਨਹੀਂ ਹੋਣਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਕਿ ਵੀ ਤੁਹਾਨੂੰ ਕਿਸੇ ਨੇ ਕੋਈ ਧੱਕਾ ਦੇ ਕੇ ਤੁਹਾਨੂੰ ਬੁਲਾਇਆ ਇੱਥੇ ਕੈਨੇਡਾ ਤੁਸੀਂ ਜੇਕਰ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਨਾ ਆਓ ਦੂਸਰੀ ਗੱਲ ਆਲਰੇਡੀ ਇਹ ਕੋਈ ਕੰਡੀਸ਼ਨ ਹੈ ਸਟੱਡੀ ਵੀਜ਼ਾ ਦੀ ਕਿ ਵੀ ਤੁਸੀਂ ਫਾਈਨੈਂਸ਼ੀਅਲ ਜਿਹੜੇ ਫੰਡਸ ਹੈ ਸ਼ੋਅ ਕਰਕੇ ਡੈਮੋਨਸਟ੍ਰੇਟ ਕਰਕੇ GIC ਲੇਕਰ ਜਾਂ ਟਿਊਸ਼ਨ ਫ੍ਰੀ ਪੇ ਕਰਕੇ ਤੁਸੀਂ ਆਲਰੇਡੀ ਉੱਥੇ ਪਹਿਲਾਂ ਤਾਂ ਇੰਪ੍ਰੈਸ ਕਰਦੇ ਹੋ ਵੀਜ਼ਾ ਅਫਸਰ ਨੂੰ ਕਿ ਸਾਡੇ ਕੋਲ ਜੀ ਬਹੁਤ ਕੁਛ ਹੈ ਜੀ, ਇਨਕਮ ਟੈਕਸ ਦੇਖ ਲਓ ਜੀ, ਲੋਨ ਦੇਖ ਲਓ ਜੀ, ਫਲਾਣੇ ਸਾਡੀ ਜੀ ਬਹੁਤ ਬਹੁਤ ਹੀ ਅਸੀਂ ਜੀ ਖੁਸ਼ਹਾਲ ਹੈ ਜੀ, ਸਾਨੂੰ ਵੀਜ਼ਾ ਦਿਓ, ਤੁਸੀਂ ਕਿਉਂ ਨਹੀਂ ਵੀਜ਼ਾ ਦਿੰਦੇ? ਕਈ ਵਾਰ ਉਹ ਫੰਡਸ ਕਰਕੇ ਮਨਾ ਕਰਦੇ ਆ ਤੇ ਫਿਰ ਹੋਰ ਚੜ ਚੜ ਕੇ ਫਿਰ ਉਹ ਫੰਡ ਸ਼ੋਅ ਕਰਦੇ ਆ, ਉੱਥੇ ਤੇ ਬਿਜ਼ਨਸ ਹੈ ਏਜੰਟਾਂ ਦਾ, ਉਹ ਕਹਿੰਦੇ ਭਾਜੀ ਤੁਹਾਡੇ ਕੋਲ ਪੈਸਾ ਨਹੀਂ ਜੀ, ਅਸੀਂ ਤੁਹਾਨੂੰ ਲੈਂਦੇ ਨੇ, ਤੁਸੀਂ 20 ਲੱਖ ਸ਼ੋਅ ਕਰ ਦੋ, ਸਾਡਾ ਪੈਸਾ ਲਓ, ਇੰਟਰਸਟ ਉੱਤੇ ਸ਼ੋਅ ਕਰ ਲਓ। ਮਤਲਬ ਮੇਰਾ ਕਹਿੰਦਾ ਹੈ ਕਿ ਐਜ਼ ਅ ਸਟੂਡੈਂਟ ਐਪਲੀਕੈਂਟ ਅਸੀਂ ਕੋਈ ਕਸਰ ਨਹੀਂ ਛੱਡੀ ਕਿ ਵੀ ਦਿਖਾਉਣ ਨੂੰ ਕਿ ਵੀ ਸਾਡੇ ਕੋਲ ਪੈਸਾ ਬਹੁਤ ਹੈ, ਅਸੀਂ ਜਾ ਕੇ ਜੀ ਉੱਥੇ ਬਸ ਪੜ੍ਹਾਈ ਕਰਨੀ ਜੀ, ਪਰ ਉਹ ਤਾਂ ਗੱਲ ਹੀ ਕੋਈ ਨਹੀਂ। ਇੱਥੇ ਆ ਕੇ ਤੁਸੀਂ ਹੁਣ ਅਗਰ ਜੇ ਦਲੀਲ ਦੇ ਰਹੇ ਹੋ ਕਿ ਨਹੀਂ ਜੀ ਸਟੂਡੈਂਟਾਂ 'ਤੇ ਬੋਝ ਬਹੁਤ ਹੈ ਸਰ ਜੀ, ਕਿ ਸਾਨੂੰ ਕੰਮ ਕਰਨ ਦਾ ਹੋਰ 20 ਆਵਰਸ ਤੁਸੀਂ ਇਨਕਰੀਜ਼ ਕਰੋ, ਦਿਸ ਇਜ਼ ਇਲੋਜੀਕਲ ਐਂਡ ਨੌਨਸੈਂਸ। ਪਹਿਲੀ ਗੱਲ, ਸੋਰੀ ਟੂ ਸੇ, ਆਈ ਵਿਲ ਯੂਜ਼ ਦ ਵਰਡ, ਕੈਨੇਡਾ ਇਜ਼ ਅ ਲਾਅ ਅਬਾਈਡਿੰਗ ਕੰਟਰੀ, ਭਾਵੇਂ ਤੁਸੀਂ ਸਿਟੀਜ਼ਨ ਹੋ, PR ਹੋ ਜਾਂ ਸਟੂਡੈਂਟ ਹੋ ਜਾਂ ਟੂਰਿਸਟ ਵੀਜ਼ਾ 'ਤੇ ਆਏ ਹੋ, ਕੈਨੇਡਾ ਦਾ ਕਾਨੂੰਨ ਹੈ ਉਹ ਸਭ ਤੋਂ ਉੱਪਰ ਹੈ, ਕੈਨੇਡਾ ਦੇ ਕਾਨੂੰਨ ਹੇਠਾਂ ਤੁਸੀਂ ਕੰਮ ਕਰਨਾ, ਤੁਸੀਂ PR ਵੀ ਅੱਗੇ ਕੁਆਲੀਫਾਈ ਕਰਨਾ, ਉਹ ਵੀ ਤੁਸੀਂ ਕਾਨੂੰਨ ਦੇ ਲੈਕਰ ਹੀ ਕਰੋਗੇ ਨਾ, ਉਸਦਾ ਤਾਂ ਨਹੀਂ ਕਰੋਗੇ ਆਪਣੇ ਕੋਈ ਕੁਛ ਵਾਇਲੇਸ਼ਨ ਕੁਛ ਸਟੇ ਕਰ ਲਿਆ ਸੀ, ਹੋਰ ਕੁਛ ਅਗਰ ਜੇ ਅਗਰ ILS ਅਗਰ ਰਿਕੁਆਇਰਮੈਂਟ ਹੈ ਤੁਸੀਂ ILS ਕਹੋ ਜੀ ਨਹੀਂ ਮੇਰੇ 'ਤੇ ILS ਹੀ ਭਾਰ ਬਹੁਤ ਹੈ ਜੀ, ਮੇਰੇ ILS ਮੇਰੇ ਲਈ ਘਟਾ ਦਿਓ ਜੀ, ਹਾਊ ਕੈਨ ਯੂ ਸੇ ਦਿਸ? ਸੋ ਨੰਬਰ 1, ਸਟੂਡੈਂਟਸ ਹੈਵ ਟੂ ਇਨਸ਼ੋਰ ਕਿ ਦੇ ਫੋਲੋ ਦ ਲਾਅ। ਕੱਲ ਨੂੰ ਤੁਸੀਂ ਇਹ ਵੀ ਕਹੋਗੇ ਕਿ ਅਗਰ ਸਟੂਡੈਂਟ ਅਗਰ DUI ਕਰਦੇ, ਅਗਰ ਨਸ਼ੇ 'ਤੇ ਗੱਡੀ ਚਲਾ ਰਿਹਾ, ਤੁਸੀਂ ਕਹੋਗੇ ਨਹੀਂ ਜੀ ਉਹਨੂੰ ਪਤਾ ਨਹੀਂ ਸੀ, ਪਹਿਲੀ ਵਾਰ ਮਾਫ਼ ਕਰ ਦਿਓ ਜੀ, ਵਾਰਨਿੰਗ ਦੇ ਕੇ ਛੱਡ ਦਿਓ ਜੀ, ਉਹਨੂੰ ਸਜ਼ਾ ਨਾ ਹੋ ਜੀ, ਹਾਊ ਇਜ਼ ਦੈਟ ਪੋਸੀਬਲ? ਫਿਰ ਤਾਂ ਲਾਅ ਦੇ ਵਿੱਚ ਕੋਈ ਹੈ ਹੀ ਨਹੀਂ। ਅਗਰ ਜੇ ਜ਼ਿਆਦਾ ਤੁਹਾਡੇ ਮਨ 'ਚ ਹੈ ਕਿ ਵੀ ਲਾਅ ਸਖ਼ਤ ਹੈ, ਤੁਸੀਂ ਆਪਣੇ ਮੈਂਬਰ ਆਫ ਪਾਰਲੀਮੈਂਟ ਨੂੰ ਕਹੋ, ਸਾਰੇ ਮੈਂਬਰ ਆਫ ਪਾਰਲੀਮੈਂਟ ਨੂੰ ਚਿੱਠੀ ਲਿਖੋ ਪਾਰਲੀਮੈਂਟ ਦੇ, ਲੈਟ ਦਮ ਚੇਂਜ ਦ ਲਾਅ। ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਕਿਸੇ ਵੀ ਕੰਟਰੀ, ਭਾਵੇਂ ਅਮੈਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੰਨੇ ਵੀ ਸਾਰੀ ਕੰਟਰੀ ਜਿੱਥੇ ਫੋਰਨ ਸਟੂਡੈਂਟ ਪੜ੍ਹਦੇ, ਕੋਈ ਵੀ ਕੰਟਰੀ ਇਸ ਤਰ੍ਹਾਂ ਨਹੀਂ ਹੈ ਜਿੱਥੇ 20 ਆਵਰਸ ਤੋਂ ਵੱਧ ਕੰਮ ਕਰਨ ਦੀ ਇੱਕ ਪਰਮਿਸ਼ਨ ਹੈ, ਨੋਵੇਅਰ। ਵੈਸੇ ਅਮਰਜੋਤ ਜੀ, ਹੁਣ ਕੈਨੇਡਾ ਦੇ ਵਿੱਚ ਗੱਲ ਚੱਲ ਰਹੀ ਸੀਗੀ ਵੀ ਇੱਥੇ ਇਹਨਾਂ
ਮਤਲਬ ਇਹਨਾਂ ਕੋਲ ਕੰਮ ਕਰਨ ਵਾਲੇ ਬੰਦੇ ਨਹੀਂ ਹੈ। ਖਾਸ ਕਰਕੇ ਜਿੱਦਾਂ ਹੁਣ ਟਰੱਕਿੰਗ ਵਾਲਾ ਕੰਮ ਕਰ ਰਿਹਾ, ਉਹ ਵਿੱਚ ਉਹ ਕਹਿੰਦੇ ਵੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਡਰਾਈਵਰ ਨਹੀਂ ਮਿਲ ਰਿਹਾ। ਅੱਛਾ, ਜੇ ਸਟੂਡੈਂਟ ਜਿਹੜੇ ਨੇ ਉਹ ਆਉਂਦੇ ਆ ਔਰ ਇਹਨਾਂ ਨੂੰ ਵੀ ਪਤਾ ਗੌਰਮੈਂਟ ਨੂੰ ਵੀ ਉਹ ਚੰਗੇ ਚੋਖੇ ਪੈਸੇ ਲਾ ਕੇ ਆਉਂਦੇ ਉਹਨਾਂ ਤੋਂ ਫੀਸਾਂ ਮਤਲਬ ਕਾਪੀਆਂ ਲਈ, ਮਤਲਬ ਲੋਕਾਂ ਦਾ ਇਤਰਾਜ਼ ਹੁੰਦਾ ਨਾ ਵੀ ਉਹ ਜੀ 3 ਗੁਣਾ ਫੀਸ ਦਿੰਦੇ ਆ। ਉਹ ਲੋਕਾਂ ਨੂੰ ਦੱਸਣ ਦੀ ਗੱਲ ਤਾਂ ਇਹ ਆ ਵੀ ਬਾਕੀ ਲੋਕ ਜਿਹੜੇ ਉਹ ਇੱਥੇ ਟੈਕਸ ਪੇ ਕਰਦੇ ਆ, ਦੈਟਸ ਰਾਈਟ, ਉਹ ਉੱਥੋਂ ਸਿੱਧੇ ਆ ਰਹੇ, ਉਹਨਾਂ ਨੇ ਕਦੇ ਟੈਕਸ ਨਹੀਂ ਪੇ ਕੀਤਾ। ਹਾਂਜੀ 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 ਹਾਂਜੀ। ਸੋ ਉਹਦਾ ਉਹਦਾ ਧਿਆਨ ਉਹਨਾਂ ਨੂੰ ਦੇਣਾ ਚਾਹੀਦਾ। ਇਹ ਨੇ ਵੀ ਇੱਕਦਮ ਫਲਾਮਾ ਦੇ ਦਿਓ ਵੀ ਇਹਨਾਂ ਨੇ 3 ਗੁਣਾ ਇਹਨਾਂ ਦੀ ਫੀਸ ਜ਼ਿਆਦਾ ਇਸ ਕਰਕੇ ਇਹਨਾਂ ਨਾਲ ਰਵਾਇਤ ਕੀਤੀ ਜਾਂਦੀ। ਅੱਛਾ, ਗੱਲ ਇਹ ਆ ਵੀ ਸਰਕਾਰਾਂ ਨੂੰ ਜਿਹੜਾ ਕੋਈ ਨਾ ਕੋਈ ਕਾਨੂੰਨ ਬਦਲ ਦੇਣਾ ਚਾਹੀਦਾ ਜੀ ਇਸ ਪੱਖ ਤੋਂ ਪਹਿਲਾਂ ਹੀ ਕਿ ਭਾਈ ਇਹਨਾਂ ਲੋਕਾਂ ਨੂੰ ਕੰਮ ਕਰ ਲੈਣ ਦਿਓ ਜੇ ਉਹਨਾਂ ਨੂੰ ਅਵੇਲੇਬਿਲਿਟੀ ਹੈਗੀ ਆ ਕੰਮ ਦੀ, ਉਹਨਾਂ ਤਾਂ ਕਿ ਉਹ ਆਪਣਾ ਕੰਮ ਕਾਰ ਵੀ ਕਰ ਸਕਣ ਤੇ ਨਾਲ ਪੜ੍ਹਾਈ ਲਿਖਾਈ। ਸਰ ਜੀ, ਮੈਂ ਡਿਸਐਗਰੀ ਕਰਦਾ ਇਸ ਤੁਹਾਡੇ ਓਪੀਨੀਅਨ ਤੋਂ, ਡਿਸਐਗਰੀ ਇਸ ਕਰਕੇ ਕਰਦਾ, ਦੇਖੋ ਮੇਰੀ ਦਲੀਲ ਸੁਣ ਲਓ। ਅਗਰ ਜੇ ਤੁਸੀਂ ਸਟੂਡੈਂਟ ਨੂੰ ਅਲਾਓ ਕਰੋਗੇ ਨਾ, ਫਿਰ ਹੋਰ ਵੀ ਬਹੁਤ ਕੈਟੇਗਰੀਆਂ ਇਸ ਤਰ੍ਹਾਂ ਦੀ ਹੈ ਜਿਹੜੇ ਤੁਸੀਂ ਉਹਨਾਂ ਨੂੰ ਵੀ ਤੁਸੀਂ ਤੁਹਾਨੂੰ ਅਲਾਓ ਕਰਨਾ ਪਏਗਾ, ਉਹ ਵੀ ਆ ਕੇ ਕੰਮ ਕਰ ਸਕਦੇ ਹੈ। ਫਿਰ ਟੂਰਿਸਟ ਵੀਜ਼ਾ ਵਾਲੇ ਹੈ ਜਿਹੜੇ ਸੁਪਰ ਵੀਜ਼ਾ ਵਾਲੇ ਹੈ, ਨਹੀਂ ਸੁਪਰ ਵੀਜ਼ਾ ਅਲਾਊਡ ਤੇ ਹੈ ਨੀ, ਨਹੀਂ ਕਰਦੇ ਹੋਣਗੇ, ਇਲੀਗਲ ਇਲੀਗਲ ਕਰਦੇ ਹੋਣਗੇ, ਅਲਾਊਡ ਤੇ ਹੈ ਨੀ ਨਾ। ਇਸ ਤਰ੍ਹਾਂ ਦੀ ਬਹੁਤ ਕੈਟੇਗਰੀ ਨਿਕਲ ਆਉਣਗੀ ਕਿ ਬਈ ਜਿਹੜੇ ਜਿਹੜੇ ਸਰਕਾਰ ਤੇ ਤੁਸੀਂ ਕਹੋਗੇ ਇਹਨਾਂ ਨੂੰ ਕੰਪੈਸ਼ਨ ਬੇਸ ਤੇ ਤੁਸੀਂ ਕਰ ਦੋ। ਨਾਓ ਯੂ ਆਰ ਇੰਟਰਫੇਅਰਿੰਗ ਇਨ ਲੇਬਰ ਮਾਰਕੀਟਸ, ਉਹਦੇ ਨਾਲ ਕੀ ਹੋਏਗਾ ਸਾਰਾ, ਫਿਰ ਤੇ ਜਿਹੜੇ ਡਾਕਟਰ ਹੈ, ਡਾਕਟਰ ਜਿਹੜੇ ਕੁਆਲੀਫਾਈ ਨੇ, ਉਹਨਾਂ ਨੂੰ ਕਹਿੰਦੇ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਰੱਖ ਲਓ ਜੀ, ਉਹਨਾਂ ਨੂੰ ਵੀ ਖਰਚਾ ਪਾਣੀ ਚਾਹੀਦਾ ਜੀ, ਉਹ ਕੀ ਕਰੇਗਾ, ਵਾਹ ਵਾਈ ਸ਼ੁੱਡ ਹੀ ਡਰਾਈਵ ਟੈਕਸੀ। ਦੇਖੋ ਇਹ ਗੱਲ ਜਿਹੜੀ ਨਾ ਲੌਜਿਕ ਤੇ ਖੜੀ ਨਹੀਂ ਉਤਰਨੀ, ਕਿਉਂਕਿ 20 hours ਅ ਵੀਕ ਇਜ਼ ਮੈਂਟ ਟੂ ਗਿਵ ਯੂ ਪੋਕਿਟ ਮਨੀ। ਇਹ ਨਹੀਂ ਕਿ ਪੂਰਾ ਪੂਰਾ ਤੁਸੀਂ ਆਪਣਾ ਅਪਾਰਟਮੈਂਟ ਦਾ ਕਿਰਾਇਆ ਵੀ ਤੇ ਗੱਡੀਆਂ ਤੁਸੀਂ ਆਪਣੇ ਲੈ ਲਓ, ਮੋਰਗੇਜ ਲੈ ਲਓ ਜੀ, ਮੇਰਾ ਖਰਚਾ ਬਹੁਤ ਹੈ, ਉਹ ਕਰਕੇ ਤੁਸੀਂ ਆਪਣੀ ਲੀਜ਼ ਪੂਰੀ ਕਰੋ। ਦੈਟ ਇਜ਼ ਨਾਟ ਦਾ ਓਬਜੈਕਟਿਵ। ਜਦ ਤੁਸੀਂ ਇੰਡੀਆ ਤੋਂ ਆ ਰਹੇ ਹੋ, ਪਹਿਲੀ ਗੱਲ ਤੁਹਾਡੇ ਕੋਲ 1 ਸਾਲ ਦੀ ਟਿਊਸ਼ਨ ਪ੍ਰੀਪੇ ਹੋਣੀ ਚਾਹੀਦੀ ਜ਼ਰੂਰ, ਕਿਉਂਕਿ STS ਅੱਜ ਕੱਲ੍ਹ ਡਿਮਾਂਡ ਕਰ ਰਿਹਾ। ਦੂਸਰਾ, 1 ਸਾਲ ਦਾ ਤੁਹਾਡੇ ਕੋਲ ਲਿਵਿੰਗ ਐਕਸਪੈਂਸ ਹੋਣਾ ਜ਼ਰੂਰੀ ਹੈ। ਲੈਟਸ ਸੇ ਕਿ $15,000 ਹੈ ਸਾਲ ਦੀ ਟਿਊਸ਼ਨ ਫੀਸ ਤੇ ਦਸ ਹਜ਼ਾਰ ਤੁਹਾਡਾ ਲਿਵਿੰਗ ਐਕਸਪੈਂਸ ਹੈ। ਤੁਸੀਂ ਮੈਨੂੰ ਹੁਣ ਕਹਿ ਰਹੇ ਕਿ 10,000 ਤੁਹਾਡਾ ਖਤਮ ਹੋ ਗਿਆ, ਤੁਹਾਨੂੰ ਹੁਣ ਟਰੱਕ ਚਲਾਉਣ ਦੀ ਲੋੜ ਹੈ ਤੇ ਅਗਰ ਜੇ ਟਰੱਕ ਹੀ ਚਲਾਉਣ ਦਾ ਇੰਨਾ ਸ਼ੌਕ ਹੈ ਤੇ ਪੜ੍ਹਾਈ ਛੱਡ ਕੇ ਤੁਸੀਂ ਟਰੱਕ ਵਾਲੇ ਪਾਸੇ ਆ ਜਾਓ, ਇਹਦੇ ਵਾਲੇ ਇੱਕ ਟਰੱਕ ਚਲਾਓ ਫਿਰ। ਇਟ ਡਸ ਨਾਟ ਮੇਕ ਸੈਂਸ, ਇਟਸ ਨੈਵਰ ਗੋਇੰਗ ਟੂ ਹੈਪਨ। ਇਹ ਕਿਸੇ ਵੀ ਕੰਟਰੀ 'ਚ ਨਹੀਂ ਹੋਇਆ। ਲਿਮਿਟਿਡ ਟਾਈਮ ਤੁਹਾਨੂੰ ਦੇ ਰਿਹਾ, ਇਨਫੈਕਟ ਕਿ ਜਿਹੜਾ ਬ੍ਰੇਕ ਟਾਈਮ ਹੈ, ਜਿਹੜਾ ਸਮਰ ਬ੍ਰੇਕ ਹੋ ਗਿਆ ਜਾਂ ਛੁੱਟੀ ਦਾ ਟਾਈਮ ਹੈ, ਜਿਹੜਾ ਆਥੋਰਾਈਜ਼ ਬ੍ਰੇਕ ਹੈ, ਉਹਦੇ ਵਿੱਚ ਤੁਹਾਨੂੰ ਫੁੱਲ ਟਾਈਮ ਕੰਮ ਕਰਨ ਦਾ ਰਾਈਟ ਹੈ। ਨਾਟ ਓਨਲੀ ਦਿਸ, ਜਿਹੜੇ ਕੈਂਪਸ ਹੈ, ਜਿਹੜੇ ਕੈਂਪਸ ਵਿੱਚ ਕੰਮ ਕਰਦੇ ਹੋ ਤੁਸੀਂ, ਉੱਥੇ ਵੀ ਤੁਸੀਂ ਦੇਖ ਲਓ ਕਿ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਲੈਟਸ ਸੇ ਕਿ ਵੀ ਤੁਸੀਂ ਟਰੱਕ ਤੇ ਬਾਹਰ ਚਲਾਓਗੇ ਨਾ, ਲੈਟਸ ਸੇ ਕਿ ਕੈਂਪਸ ਦੇ ਵਿੱਚ ਅਗਰ ਤੁਹਾਨੂੰ ਕੋਈ ਲਾਇਬ੍ਰੇਰੀ ਹੈ, ਕੰਪਿਊਟਰ ਸੈਂਟਰ ਹੈ ਜਾਂ ਕੈਫਟੇਰੀਆ ਕੁਛ ਹੈ, ਉੱਥੇ ਤੁਸੀਂ ਜਿੰਨੇ ਘੰਟੇ ਤੁਹਾਨੂੰ ਮਿਲਦੇ ਆ ਤੁਸੀਂ ਕੰਮ ਕਰ ਸਕਦੇ ਹੋ। ਇਸ ਤੋਂ ਜ਼ਿਆਦਾ ਰਿਆਇਤ ਕੀ ਮੰਗਦੇ ਆ ਸਟੂਡੈਂਟ? ਇਟ ਇਜ਼ ਨੋਟ ਗੋਇੰਗ ਟੂ ਹੈਪਨ ਐਂਡ ਦੇ ਡੋਂਟ ਡਿਸਰਵ ਇਟ। ਸੋ ਮੈਂ ਹੱਥ ਜੋੜ ਕੇ ਤੁਹਾਨੂੰ ਸਿਰਫ ਸਟੂਡੈਂਟ ਨੂੰ ਇਹ ਕਹਾਂਗਾ ਕਿ ਵੀ ਇਸ ਤਰ੍ਹਾਂ ਦੀ ਤੁਸੀਂ ਅਗਰ ਜੇ ਚਾਹੁੰਦੇ ਹੋ ਕਿ ਵੀ ਰੂਲ ਚੇਂਜ ਹੋ ਜਾਏ, ਰੂਲ ਚੇਂਜ ਕਰਨ ਦਾ ਤਰੀਕਾ ਜਿਹੜਾ ਕਾਨੂੰਨੀ ਹੈ, ਪਾਰਲੀਮੈਂਟਰੀ ਤਰੀਕਾ ਹੈ, ਤੁਸੀਂ ਆਪਣੇ ਇੱਕ ਪਬਲਿਕ ਓਪੀਨੀਅਨ ਜਨਰੇਟ ਕਰਕੇ ਪਾਰਲੀਮੈਂਟ ਨੂੰ ਇੱਕ ਇਸ ਤਰ੍ਹਾਂ ਦਾ ਸਾਰੇ ਮੈਜੋਰਟੀ ਬਣਾ ਕੇ ਪਾਰਲੀਮੈਂਟ ਨੂੰ ਕਹੋ ਕਿ ਵੀ ਲਾਅ ਚੇਂਜ ਕਰੋ, ਲੈਟਸ ਸੀ ਵਟ ਹੈਪਨਸ। ਦੂਸਰੀ ਗੱਲ, ਜੋ ਇੱਕ ਆਰਟੀਕਲ ਤੁਸੀਂ ਪੜ੍ਹਿਆ ਜਿਹੜਾ ਉਸ ਸਟੂਡੈਂਟ ਦੇ ਬਾਰੇ, ਉਹਦੇ ਵਿੱਚ ਸ਼ਾਇਦ ਇਹ ਲਿਖਿਆ ਸੀ ਕਿ ਵੀ May 30th ਤੱਕ ਲਾਸਟ ਡੇਟ ਹੈ, ਸ਼ਾਇਦ ਉਹਨਾਂ ਦਾ ਕੋਈ ਫੈਸਲਾ ਹੋ ਰਿਹਾ ਕਿ CBSA ਜਿਹੜੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਹੈ, ਉਹ ਡਿਸਾਈਡ ਕਰਨਗੇ ਕਿ ਵੀ ਇਹਨਾਂ ਨੂੰ ਰਿਮੂਵਲ ਕਰਨਾ ਨਹੀਂ ਕਰਨਾ, ਵਿਚ ਇਸ ਕਾਲਡ ਡਿਪੋਰਟੇਸ਼ਨ, ਰਿਮੂਵਲ ਕਰਨਾ ਨਹੀਂ ਕਰਨਾ। ਸੋ ਆਈ ਡੂ ਨਾਟ ਨੋ ਵਟ ਹੈਪਨ ਟਿਲ ਨਾਓ, ਅੱਜ 22 ਤਰੀਕ ਹੈ, ਅੱਜ ਤੱਕ ਕੀ ਹੋਇਆ। ਲੇਕਿਨ ਇੱਕ ਗੱਲ ਚੇਤੇ ਰੱਖ ਲਓ, ਹਮੇਸ਼ਾ ਜਦ ਵੀ ਕੋਈ ਇਸ ਤਰ੍ਹਾਂ ਦੀ ਰਿਮੂਵਲ ਸਿਚੁਏਸ਼ਨ ਹੁੰਦੀ ਹੈ, 2 ਲਾਅਸ ਹੈ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਦੇ, ਇੱਕ ਤੇ ਹੈ ਜਿਹੜੇ Section 25 ਵਿੱਚ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ, ਤੇ ਦੂਸਰਾ ਹੈ ਇਸ ਕਾਲ ਟੈਂਪਰਰੀ ਰੈਜ਼ੀਡੈਂਟ ਪਰਮਿਟ। ਇਹ ਯਾਦ ਕਰ ਲਓ, ਨੋਟ ਕਰ ਲਓ, ਤੁਹਾਡੇ ਜ਼ਿੰਦਗੀ 'ਚ ਕਦੇ ਕੰਮ ਆ ਸਕਦਾ ਸ਼ਾਇਦ। ਐਨੀ ਟਾਈਮ ਕੋਈ ਵੀ ਇਨਸਾਨ ਅਗਰ ਇਨਐਡਮਿਸਬਲ ਹੋ ਗਿਆ, ਡੈਟ ਮੀਨਸ ਇਨ ਦਿਸ ਕੇਸ ਉਹ ਇਨਐਡਮਿਸਬਲ ਹੋ ਗਿਆ, ਤੇ ਟੈਂਪਰਰੀ ਰੈਜ਼ੀਡੈਂਟ ਪਰਮਿਟ ਲੈ ਕੇ ਅਗਰ ਮਿਨਿਸਟਰ ਤੁਹਾਨੂੰ ਵੇਵ ਕਰ ਸਕਦਾ ਕਿ ਵੀ ਹਾਂ ਇਹਨਾਂ ਨੂੰ ਸਪੈਸ਼ਲ ਓਕੇਜ਼ਨ, ਸਪੈਸ਼ਲ ਰੀਜ਼ਨ ਕਰਕੇ ਇਹਨਾਂ ਨੂੰ ਆਪਾਂ ਇੱਥੇ ਰੱਖਣਾ ਹੈ, ਯੂ ਨੋ ਵਟ ਐਵਰ ਟਾਈਮ, ਤੇ ਉਹਦੇ ਬਾਅਦ ਉੱਥੇ ਮਤਲਬ ਕਿ ਉਹਨੂੰ ਰਿਮੂਵਲ ਨਹੀਂ ਲੱਗਦੀ, ਡਿਪੋਰਟੇਸ਼ਨ ਲੱਗਦੀ। ਸੋ ਆਈ ਐਮ ਸ਼ੋਰ ਕਿ ਜੋ ਵਕੀਲ ਸੀ ਉਹਨਾਂ ਦੇ, ਮੇਰੇ ਖਿਆਲ ਇੱਕ ਲੋਇਰ ਕੋਈ ਗੋਰੀ ਸੀ ਉੱਧਰ, ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਲਿਖਿਆ ਸੀ ਕਿ ਵੀ ਅਪਲਾਈ ਫੋਰ ਟੈਂਪਰੀ ਪਰਸ, ਤੇ ਡਿਪੋਰਟੇਸ਼ਨ ਨਹੀਂ ਹੋਣੀ। ਔਰ ਇਹ ਜਿਹੜਾ ਮੀਡੀਆ ਫਰੈਂਜ਼ੀ ਹੋਇਆ, ਇਹ ਜਾਣ ਕੇ ਰੇਸ ਕੀਤਾ ਕਿ ਵੀ ਹਾਂ ਇੱਕ ਪਬਲਿਕ ਓਪੀਨੀਅਨ ਜੀ ਬਣ ਜਾਏ ਜੀ, ਲੋਕਾਂ ਦੀ ਚਿੱਠੀ ਆ ਰਹੀ ਜੀ, ਪਟੀਸ਼ਨ ਸਾਈਨ ਹੋ ਰਿਹਾ ਜੀ, ਫਲਾਨਾ ਆ ਰਿਹਾ, ਉਹਨਾਂ ਨੂੰ ਇਹ ਮਤਲਬ ਹੰਜ TRP ਇਸ਼ੂ ਕਰਨਾ ਹੀ ਪੈਣਾ। ਤੁਹਾਨੂੰ ਪਤਾ ਮੈਂ ਐਗਜ਼ਾਮਪਲ ਹੋਰ ਦਿੰਦੇ ਆ, ਡੂ ਯੂ ਨੋ ਦ ਨੇਮ ਆਫ ਕੌਨਰੈਡ ਬਲੈਕ? ਹਾਂਜੀ ਹਾਂਜੀ। ਜਿਹਨਾਂ ਨੂੰ ਲੋਕਾਂ ਨੂੰ ਕੌਨਰੈਡ ਬਲੈਕ ਦੇ ਬਾਰੇ ਨਹੀਂ ਪਤਾ, ਤੁਸੀਂ ਗੂਗਲ ਤੇ ਟਾਈਪ ਕਰ ਲਓ ਕੌਨਰੈਡ ਬਲੈਕ। ਕੌਨਰੈਡ ਬਲੈਕ
ਲੰਬੀ ਲੰਬੀ ਕਹਾਣੀ ਹੈ. ਨਾਟ ਓਨਲੀ ਦਿਸ ਬਟ ਹੀ ਲੈਫਟ ਕੈਨੇਡੀਅਨ ਸਿਟੀਜ਼ਨਸ਼ਿਪ ਟੂ ਟੇਕ ਬ੍ਰਿਟਿਸ਼ ਸਿਟੀਜ਼ਨਸ਼ਿਪ ਟੂ ਬਿਕਮ ਲਾਰਡ ਇਨ ਦਾ ਬ੍ਰਿਟਿਸ਼ ਹਾਊਸ, ਜੋ ਵੀ ਕੋਈ ਉਹਨਾਂ ਦਾ ਬ੍ਰਿਟਿਸ਼ ਹਾਊਸ ਲਾਰਡ ਹੈ. ਐਨੀਵੇ, ਇਹਨਾਂ ਦੀ ਸ਼ਿਕਾਗੋ ਟ੍ਰਿਬਿਊਨ ਵਾਲਾ ਦੋ ਤਿੰਨ ਹੋਰ ਇੱਦਾਂ ਦੀ ਨਿਊਜ਼ਪੇਪਰ ਹੋਲਡਿੰਗ ਸੀ. ਇਹ ਹੁਣ ਫਲੋਰਿਡਾ ਵਿੱਚ ਇਹਨਾਂ ਨੂੰ ਜੇਲ੍ਹ ਹੋਈ ਹੈ ਕਿਉਂਕਿ ਇਹ ਇਨਫਲੂਐਂਸ ਕਰ ਰਹੇ ਸੀ ਕੋਈ ਜਿਊਰੀ ਵਗੈਰਾ, ਕੁਛ ਸੰਗੀਨ ਜੁਰਮ ਸੀ ਇਹਨਾਂ ਕੋਲ ਜਿਹੜਾ ਸੀਰੀਅਸ ਕ੍ਰਾਈਮ ਹੈ. ਐਨੀਵੇ, ਦੋ ਤਿੰਨ ਸਾਲ ਬਾਅਦ, ਚਾਰ ਸਾਲ ਬਾਅਦ ਜੇਲ੍ਹ ਕੱਟਣ ਦੇ ਬਾਅਦ ਇਹਨਾਂ ਪ੍ਰੈਸੀਡੈਂਟ, ਪਤਾ ਨੀ ਕੌਣ ਸੀ ਉਸ ਵਕਤ, ਪ੍ਰੈਸੀਡੈਂਟ ਟਰੰਪ ਨੇ ਹੁਣ ਕੀਤਾ, ਉਸ ਵਕਤ ਵੀ ਸ਼ਾਇਦ ਕਿਸੇ ਨੇ ਰਿਆਇਤ ਕੀਤੀ ਉਸ ਟਾਈਮ ਵਿੱਚ, ਆਈ ਡੋਂਟ ਨੋ ਹੂ ਵਾਜ਼ ਦਾ ਮੇਨ ਪਰਸਨ. ਪਰ ਤੁਹਾਨੂੰ ਮੈਂ ਇੱਕ ਚੀਜ਼ ਦੱਸਣ ਲੱਗਾ ਕਿ ਇਹ ਫੋਰਨ ਸਿਟੀਜ਼ਨ ਕੌਨਰੈਡ ਬਲੈਕ ਵਾਜ਼ ਨਾਟ ਅ ਕੈਨੇਡੀਅਨ ਸਿਟੀਜ਼ਨ. ਕੌਨਰੈਡ ਬਲੈਕ ਵਾਜ਼ ਅ ਬ੍ਰਿਟਿਸ਼ ਸਿਟੀਜ਼ਨ ਐਟ ਦਟ ਟਾਈਮ. ਹੀ ਵਾਜ਼ ਇਨ ਅ US ਜੇਲ੍ਹ. ਉਹਨੂੰ ਕੈਨੇਡਾ ਲਾਉਣ ਦਾ ਤਰੀਕਾ ਸਿਰਫ ਇੱਕੋ ਹੀ ਸੀ, ਉਹ ਸੀ ਟੈਂਪਰੇਰੀ ਰੈਜ਼ੀਡੈਂਟ ਪਰਮਿਟ, ਜਿਹੜੀ ਮੈਂ ਹੁਣ ਬਿਆਨ ਕਰ ਚੁੱਕਿਆ. ਇਸ ਕਾਲ TRP. ਜਿਹਨਾਂ ਨੂੰ ਨਹੀਂ ਪਤਾ, ਸਰਚ ਕਰ ਲਓ ਗੂਗਲ ਤੇ ਜਾ ਕੇ, ਟਾਈਪ ਕਰ ਲਓ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਇਮੀਗ੍ਰੇਸ਼ਨ ਕੈਨੇਡਾ, ਉਹਦੇ ਬਾਰੇ ਤੁਹਾਨੂੰ ਪਤਾ ਲੱਗ ਜਾਏਗਾ. ਟੈਂਪਰੇਰੀ ਰੈਜ਼ੀਡੈਂਟ ਪਰਮਿਟ ਇੱਕੋ ਹੀ ਆਖਰੀ ਹਥਿਆਰ ਹੈ ਜਿਹੜਾ ਡਿਪੋਰਟੇਸ਼ਨ ਰਿਮੂਵਲ ਐਪਲੀਕੇਸ਼ਨ ਵਿੱਚ ਕਾਮਯਾਬ ਹੁੰਦਾ ਹੈ, ਔਨ ਅ ਕੇਸ ਬਾਏ ਕੇਸ ਬੇਸਿਸ. ਉਹ ਕੇਸ ਬਾਏ ਕੇਸਿਸ ਕਿਸ ਤਰ੍ਹਾਂ ਹੈ, ਇਹ ਜਿਹੜਾ ਮੀਡੀਆ ਫਰੈਂਜ਼ੀ ਬਣਾਤਾ ਨਾ ਜੋਬਨਦੀਪ ਸੰਧੂ ਦੇ ਬਾਰੇ, ਇਹ ਹੁਣ TRP ਦਾ ਬਾਂਡ ਚੱਲ ਜਾਏਗਾ ਤੇ ਉਹ ਬਚ ਜਾਏਗਾ. ਦੇਖ ਲੈਣਾ ਇਸ ਤਰ੍ਹਾਂ ਹੀ ਹੋਏਗਾ. ਠੀਕ, ਹਾਂਜੀ. ਕਾਫੀ ਲੋਕ ਸਵਾਲ ਕਰ ਰਹੇ ਹੈ ਬਾਈ ਪੰਡਿਤ ਨਸ਼ੇ. ਹਾਂਜੀ ਹਾਂਜੀ, ਆਉਂਦੀ ਆ ਉਹ ਇਹੀ ਆਉਂਦੀ ਆ ਬਈ, ਜੇ ਕਾਇਦਾ ਕਾਨੂੰਨ ਹੈਗਾ ਤਾਂ ਉਹਨੂੰ ਫਾਲੋ ਕਰਨਾ ਚਾਹੀਦਾ. ਇਹ ਵਾਕਈ ਤੁਹਾਡੀ ਗੱਲ ਸਹੀ ਹੈ ਵੀ ਜਦੋਂ ਅਸੀਂ ਉੱਥੋਂ ਆਉਣਾ ਉਸ ਵੇਲੇ ਤਾਂ ਅਸੀਂ ਕਹਿਣਾ ਵੀ ਬਹੁਤ ਅਮੀਰ ਜ਼ਿਆਦਾ ਆ ਸਾਰਿਆਂ ਦੇ ਉੱਥੇ, ਉਹ ਐ ਜਿੱਦਾਂ ਕਹਿੰਦੇ ਉਂਗਲ ਰੱਖ ਕੇ ਦੱਸ ਦੇਣ ਵੀ ਆਹ ਖਾਤੇ ਸਾਰੇ. ਹਾਂਜੀ 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 ਹਾਂਜੀ. ਇੱਕ ਚੀਜ਼ ਮੈਨੂੰ ਹੋਰ ਬੋਦਰ ਕਰਦੀ, ਤੁਸੀਂ ਵੀ ਦੇਖਿਆ ਹੋਣਾ ਕਿ ਜਿੰਨੇ ਲੋਕ ਟੂਰਿਸਟ ਵੀਜ਼ਾ ਅਪਲਾਈ ਕਰਦੇ ਨੇ ਦਿੱਲੀ ਤੋਂ ਚੰਡੀਗੜ੍ਹ ਤੋਂ, ਤੁਸੀਂ ਹਮੇਸ਼ਾ ਇਹ ਬਿਆਨ ਕਰਦੇ ਹੋ ਆਪਣੀ ਐਪਲੀਕੇਸ਼ਨ ਵਿੱਚ, ਮੇਰੇ ਕੋਲ ਤਾਂ ਜ਼ਮੀਨ ਬਹੁਤ ਹੈ ਜੀ, ਮੇਰੇ ਕੋਲ ਤਾਂ ਪੈਸਾ ਹੀ ਬਹੁਤ ਹੈ ਜੀ, ਤੁਸੀਂ ਮੇਰਾ FD ਦੇਖ ਲਓ ਜੀ, ਮੇਰਾ ਪੈਨਸ਼ਨ ਦੇਖ ਲਓ ਜੀ, ਮੇਰੀ ਇਨਕਮ ਦੇਖ ਲਓ ਜੀ, ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ ਜੀ, ਅਸੀਂ ਤਾਂ ਇੰਨੇ ਤਨਾੜ, ਅਸੀਂ ਸੰਪੰਨ ਹੈ ਜੀ, ਸਾਨੂੰ ਲੋੜ ਹੀ ਨਹੀਂ ਜੀ ਕੰਮ ਕਰਨ ਦੀ ਉੱਥੇ ਕੈਨੇਡਾ. ਅਸੀਂ ਕੀ ਕਰਨਾ ਜੀ ਕੈਨੇਡਾ ਕੰਮ ਕਰਕੇ, ਅਸੀਂ ਤਾਂ ਗਏ ਸ਼ੋਪਿੰਗ ਕਰਕੇ, ਬਰਥਡੇ ਅਟੈਂਡ ਕੀਤਾ ਜੀ, ਆ ਗਏ ਜੀ, ਦੋ ਹਫ਼ਤੇ 'ਚ ਆ ਗਏ. ਇੱਥੇ ਮੈਨੂੰ ਅੱਜ ਤੱਕ ਕੋਈ ਨਹੀਂ ਮਿਲਿਆ ਜਿਹੜਾ ਇੱਥੇ ਆ ਕੇ ਦੋ ਹਫ਼ਤੇ ਵਿੱਚ ਮੁੜ ਕੇ ਗਿਆ ਹੋ ਕਿ ਵੀ ਮੈਂ ਦੋ ਹਫ਼ਤੇ ਹੋ ਗਏ, ਮੈਂ ਚੱਲਿਆ ਵੀ, ਮੇਰੀ ਸ਼ੋਪਿੰਗ ਪੂਰੀ ਹੋ ਗਈ. ਇੱਥੇ ਆ ਕੇ 99.9%, ਦੇ ਕੁਡ ਬੀ ਐਕਸੈਪਸ਼ਨਸ, 99.9% ਲੋਕਾਂ ਨੇ ਇਹ ਕਿਹਾ ਭਾਜੀ ਅਸੀਂ ਆ ਤੇ ਗਏ ਹਾਂ, ਹੁਣ ਸਾਨੂੰ ਪੱਕਾ ਕਿੱਦਾਂ ਕਰੋਗੇ, ਅਸੀਂ ਤਾਂ ਪੱਕਾ ਆਉਣਾ ਹੈ. ਮੈਂ ਕਿਹਾ ਵੀ ਤੁਹਾਡੇ ਐਪਲੀਕੇਸ਼ਨ ਦਾ ਕੀ ਬਣਿਆ ਫਿਰ, ਤੁਸੀਂ ਤਾਂ ਉੱਥੇ ਬੜੇ ਬੜੇ ਉੱਥੇ ਕਲੇਮ ਕਰਦੇ ਸੀ ਕਿ ਵੀ ਮੈਂ ਤਾਂ ਅਸੀਂ ਤਾਂ ਗਏ ਜੀ, ਅਸੀਂ ਰੁਕਣਾ ਥੋੜ੍ਹੀ ਸੀ, ਅਸੀਂ ਵੀਲਾ ਵਾ ਕੰਟਰੀ, ਸਾਡੇ ਕੋਲ ਜੀ ਜ਼ਮੀਨ ਬਹੁਤ ਹੈ, ਅਸੀਂ ਬਿਜ਼ਨਸ ਨੂੰ ਕੌਣ ਦੇਖੇਗਾ, ਮੇਰੀ ਦੁਕਾਨ ਨੂੰ ਕੌਣ ਦੇਖੇਗਾ, ਅਸੀਂ ਤਾਂ ਜਾ ਕੇ ਆ ਗਏ, ਤੇ ਹੁਣ ਇੱਥੇ ਆ ਕੇ ਤੁਹਾਡਾ ਦਿਮਾਗ ਕਿੰਨਾ ਪਲਟ ਹੋ ਗਿਆ. ਸੋ ਦਿਸ ਇਜ਼ ਆਰ ਸਾਈਕੋਲੋਜੀ, ਇਹ ਸਾਡੀ ਸਾਈਕੋਲੋਜੀ ਹੈ, ਇਹ ਅਸੀਂ ਕਰਦੇ ਹਾਂ, ਇਹ ਸਾਨੂੰ ਵੀ ਪਤਾ ਹੈ ਕੌਣ ਹੈ ਕਿਉਂ ਕਰਦੇ ਹਾਂ, ਪਰ ਇਹ ਦੇਖ ਲਓ ਗੇਮ ਰੋਜ਼ ਦੇ ਰੋਜ਼ ਚੱਲੀ ਜਾ ਰਿਹਾ, ਤੇ ਵੀਜ਼ਾ ਅਫਸਰ ਵੀ ਸਿਰ ਪੀਟਦਾ ਹੁੰਦਾ ਕਿ ਵੀ ਕਿੱਦਾਂ ਦੇ ਲੋਕ ਹੈ ਜਿਹੜੇ ਕਹਿੰਦੇ ਕੁਛ ਹੋ ਰਹੇ ਮੁੜਦੇ ਨਹੀਂ. ਦੇਖੋ ਜੀ ਕੈਨੇਡਾ ਸਰਕਾਰ ਜਿਹੜੀ ਉਹ ਬੜੀ ਸਖਤੀ ਕਰ ਰਹੀ ਆ, ਉਹਨਾਂ ਨੂੰ ਅਸੀਂ ਫਲਾਣੇ ਪੇਪਰ ਦਿਖਾਲੇ, ਸਾਨੂੰ ਅਸੀਂ ਆਹ ਗੱਲਾਂ ਕੀਤੀਆਂ, ਉਹ ਤਾਂ ਵੀ ਨਹੀਂ ਸੀ ਮੰਨ ਰਿਹਾ. ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਆ. ਇਹ ਤੁਹਾਡੀ ਗੱਲ ਬਿਲਕੁਲ ਸਹੀ ਆ, ਥੋੜਾ ਇਹਦੇ ਬਾਰੇ ਗੌਰ ਕਰਨਾ ਚਾਹੀਦਾ. ਸਟੂਡੈਂਟ ਨੂੰ ਦੇਖੋ, ਕਈ ਵਾਰੀ ਇਹ ਵੀ ਗੱਲ ਹੈਗੀ ਹੈ ਜੀ ਵੀ ਸਟੂਡੈਂਟਾਂ ਦਾ ਖਰਚਾ ਜਿਹੜਾ ਠੀਕ ਆ, ਫੀਸ ਜ਼ਿਆਦਾ ਆ, ਉਹ ਉਹਨਾਂ ਨੂੰ ਉੱਥੋਂ ਬੈਠਿਆਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਭਾਅ ਵਿਕਣੀ ਉੱਥੇ ਜਾ ਕੇ, ਪਰ ਜਿਹੜਾ ਇੱਥੇ ਆ ਕੇ ਜਿਸ ਤਰ੍ਹਾਂ ਦਾ ਉਹ ਲਾਈਫ ਸਟਾਈਲ ਪੈਕ ਕਰ ਰਿਹਾ, ਉਹ ਤਾਂ ਉਹਨਾਂ ਦੇ ਹੱਥ ਬੱਸ ਹੈ ਨਾ. ਬਿਲਕੁਲ ਹੈ, ਬਿਲਕੁਲ ਹੈ. ਜੇਕਰ ਤੁਸੀਂ ਮਹਿੰਗੀ ਮਹਿੰਗੀ ਗੱਡੀਆਂ ਲਓਗੇ ਤੁਸੀਂ, ਤੇ ਮਹਿੰਗੇ ਮਹਿੰਗੇ ਕੱਪੜੇ ਤੁਸੀਂ ਸ਼ੋਪਿੰਗ ਕਰੋਗੇ, ਹੋਰ ਕੋਈ ਆਪਣੇ ਐਸ਼ੋ ਆਰਾਮ ਦੀ ਜ਼ਿੰਦਗੀ ਕਰੋਗੇ, ਤੇ ਖਰਚਾ ਤੇ ਹੋਏਗਾ ਹੀ ਹੋਏਗਾ. ਸੋ ਅਗਰ ਦੇਖੋ, ਇਹ ਤੇ ਦੁਨੀਆਂ ਨੂੰ ਪਤਾ ਹੈ ਕਿ ਅਗਰ ਕਿਸੇ ਨੇ ਤੁਸੀਂ ਇਹ ਸਰਵੇ ਤੁਸੀਂ ਆਪ ਕਰਕੇ ਦੇਖ ਲੈਣ ਸੰਗਤ ਸਾਹਿਬ, ਕਿ ਮੈਂ ਸਮਝਦਾ ਕਿ 90-95% ਤੋਂ ਜ਼ਿਆਦਾ ਸਟੂਡੈਂਟ 12ਵੀਂ ਕਲਾਸ ਦੇ ਬਾਅਦ ਛੋਟੇ ਮੋਟੇ ਡਿਪਲੋਮਾ ਕਰਨ ਆ ਰਹੇ ਇੱਥੇ, ਵਿਚ ਵਨ ਆਫ ਦੈਮ ਇਜ਼ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ, ਡਿਪਲੋਮਾ ਇਨ ਹੋਸਪਿਟੈਲਿਟੀ ਮੈਨੇਜਮੈਂਟ, ਡਿਪਲੋਮਾ ਇਨ ਅਰਲੀ ਚਾਈਲਡ ਕੇਅਰ, ਡਿਪਲੋਮਾ ਇਨ ਫਲਾਨਾ ਫਲਾਨਾ ਛੋਟੇ. ਮੈਂ ਸਟੂਡੈਂਟਾਂ ਨੂੰ ਪੁੱਛਦਾ, ਸਟੂਡੈਂਟ ਦੇ ਮਾਪੇ ਨੂੰ ਪੁੱਛਦਾ ਕਿ ਵੀ ਇਸ ਤਰ੍ਹਾਂ ਦੇ ਕੋਰਸ ਦਿੱਲੀ, ਬੰਬੇ, ਬੰਗਲੌਰ, ਪੂਨੇ, ਮਦਰਾਸ ਵਗੈਰਾ ਉੱਥੇ ਅਵੇਲੇਬਲ ਨਹੀਂ ਕਿ ਤੁਸੀਂ ਉੱਥੇ ਕਰ ਲਓ? ਤੁਸੀਂ ਜ਼ਰੂਰੀ ਹੈ ਕਿ ਤੁਸੀਂ ਇੱਥੇ 15-20 ਲੱਖ ਦਾ ਖਰਚਾ ਕਰਕੇ ਇੱਥੇ ਆ ਕੇ ਤੁਸੀਂ ਉਹਨਾਂ ਨੂੰ ਇਹ ਡਿਪਲੋਮਾ ਕਰਾ ਰਹੇ ਹੋ? ਅਲਟੀਮੇਟਲੀ HOD ਲੋਕਾਂ ਨੂੰ ਪਤਾ ਹੈ, ਵੀਜ਼ਾ ਅਫਸਰ ਨੂੰ ਪਤਾ ਹੈ, ਤੁਹਾਨੂੰ ਪਤਾ ਹੈ, ਮੈਨੂੰ ਸਾਰਿਆਂ ਨੂੰ ਪਤਾ ਹੈ, ਇਹ ਗੇਮ ਤੇ ਸਿਰਫ PR ਦੀ ਹੈ, ਇਹ ਪੜ੍ਹਾਈਆਂ ਦੇ ਬਹਾਨੇ ਹੈ, ਡੋਂਟ ਯੂ ਥਿੰਕ? ਅਗਰ ਜਿਹਨੇ ਪੜ੍ਹਨਾ ਹੀ ਕਰਨੀ ਹੈ, ਤੁਸੀਂ ਜਿਹੜੇ ਟੋਪਰ ਦੇਖ ਲਓ,
ਜਿਹੜੇ IIT ਦੇ ਟੋਪਰ ਨੇ, ਜਿਹੜੇ IIM ਦੇ ਟੋਪਰ ਨੇ, ਜਿਹੜੇ ਦਿੱਲੀ ਯੂਨੀਵਰਸਿਟੀ ਦੇ ਟੋਪਰ ਨੇ, JNU ਪੰਜਾਬ ਯੂਨੀਵਰਸਿਟੀ, ਜਿਹੜੇ ਟੋਪਰ ਨੇ, ਟੋਪਰ ਮੀਨਸ 90% ਸਮਥਿੰਗ, ਉਹ ਤੁਹਾਨੂੰ ਦਿਸਦੇ ਇੱਥੇ ਐਡਮਿੰਟਨ ਦੀ ਸੜਕਾਂ ਤੇ, ਇੱਥੇ ਡਿਪਲੋਮਾ ਕਰਨ ਆਏ ਆ ਤੁਸੀਂ? ਤੁਸੀਂ ਹਾਇਰ ਐਜੂਕੇਸ਼ਨ ਵਿੱਚ PhD ਸਕਾਲਰਸ਼ਿਪ ਤੇ, ਇਸ ਤਰ੍ਹਾਂ ਹਾਈ ਲੈਵਲ ਤੇ ਆ ਰਹੇ, ਉਸ ਤਰ੍ਹਾਂ ਦੀ ਗਿਣਤੀ ਕਿੰਨੇ ਕਿੰਨੇ ਪਰਸੈਂਟ ਹੋਣਗੇ? ਆਈ ਡੋਂਟ ਥਿੰਕ ਮੋਰ ਦੈਨ 5% ਔਰ 3%, ਬਹੁਤ ਘੱਟ। ਬਾਕੀ ਸਾਰੀ ਜਿਹੜੀ ਗੇਮ ਚੱਲ ਰਹੀ ਹੈ ਉਹ PR ਦੀ ਗੇਮ ਚੱਲ ਰਹੀ ਹੈ। ਸਟੂਡੈਂਟ ਦਾ ਇੱਕ ਬਹਾਨਾ ਹੈ, PR ਅਸਲੀ ਨਿਸ਼ਾਨਾ ਹੈ। ਕਾਲਰ ਸਾਹਿਬ ਆਏ, ਦੇਖੇ ਕੀ ਕਹਿ ਰਹੇ? ਹੈਲੋ ਦੇਸ਼ ਪੰਜਾਬ ਜੀ, ਸਤਿ ਸ੍ਰੀ ਅਕਾਲ, ਜ਼ਰੂਰ ਪੁੱਛਣਾ ਜੀ। ਥੋੜਾ ਵੋਲਿਊਮ ਤੇਜ਼ ਕਰ ਦਿੰਦੇ? ਅੱਛਾ ਜੀ, ਹਸਬੈਂਡ ਵਾਈਫ ਦੋਨੋਂ ਬੈਂਕ ਮੈਨੇਜਰ ਨੇ? ਮੈਂ ਇੱਕ ਵਾਰ ਸਵਾਲ ਰਿਪੀਟ ਕਰਦਿਆਂ, ਕਿਉਂਕਿ ਸ਼ਾਇਦ ਹੋਰ ਫੇਸਬੁੱਕ ਤੇ ਵੀ ਹੋਰ ਦੁਬਾਰਾ ਇੱਕ ਰਿਪੀਟ ਹੋ ਜਾਏ ਆਡੀਅੰਸ ਨੂੰ, ਕਿ ਦੋਨੋਂ ਹਸਬੈਂਡ ਵਾਈਫ ਬੈਂਕ ਮੈਨੇਜਰ ਹਨ ਤੇ ਉਹਨਾਂ ਨੇ ਇੱਥੇ ਆ ਕੇ PR ਲੈਣੀ ਹੈ, ਠੀਕ ਹੈ? ਇਹਦਾ ਇੱਕ ਸੋਲੂਸ਼ਨ ਤੇ ਬਹੁਤ ਹੀ ਸਿੱਧਾ ਹੈ, ਐਕਸਪ੍ਰੈਸ ਐਂਟਰੀ ਹੈ ਐਪਲੀਕੇਸ਼ਨ, ਐਕਸਪ੍ਰੈਸ ਐਂਟਰੀ ਦੇ ਤਹਿਤ ਉਹਨਾਂ ਨੂੰ ਪੁਆਇੰਟਸ ਮਿਲਦੇ ਹੈ, ਐਜੂਕੇਸ਼ਨ ਦੇ ਪੁਆਇੰਟਸ ਹੈ, ਐਕਸਪੀਰੀਅੰਸ ਦੇ ਪੁਆਇੰਟਸ ਹਨ, ILS ਕਰਦੇ ਹਾਂ ਉਹਦੇ ਪੁਆਇੰਟਸ ਹੈ ਤੇ ਏਜ ਦੇ ਪੁਆਇੰਟਸ ਹੈ। ਅਗਰ ਜੇ ਪੁਆਇੰਟਸ ਬਣਦੇ ਹੈ ਤੇ ਉਹ ਅਪਲਾਈ ਕਰ ਸਕਦੇ ਹੈ, ਜੇ ਪੁਆਇੰਟਸ ਨਹੀਂ ਬਣਦੇ ਤੇ ਫਿਰ ਕੋਈ ਕੁਛ ਨਹੀਂ ਕਰ ਸਕਦਾ। ਕੰਪਰੀਹੈਂਸਿਵ ਰੈਂਕਿੰਗ ਸਿਸਟਮ ਤੁਸੀਂ ਗੂਗਲ ਤੇ ਟਾਈਪ ਕਰੋ, ਐਕਸਪ੍ਰੈਸ ਐਂਟਰੀ, ਆਪਣਾ ਪੁਆਇੰਟ ਸਿਸਟਮ ਆਪਣੇ ਆਪ ਦੇਖ ਸਕਦੇ ਹੈ ਕਿ ਕਿੰਨੇ ਪੁਆਇੰਟਸ ਹੈ। ਕਿਹੜੇ ਏਜ ਗਰੁੱਪ ਦੇ ਹੈ ਜੀ? ਬਸ 35 ਇਜ਼ ਦਾ ਬੈਸਟ ਏਜ, ਕਿਉਂਕਿ 35 ਦੇ ਬਾਅਦ ਪੁਆਇੰਟਸ ਘਟਣੇ ਸ਼ੁਰੂ ਹੋ ਜਾਣਗੇ ਫਿਰ ਏਜ ਦੇ ਬੇਸ ਤੇ। ਉਹਨਾਂ ਨੂੰ ਜੋ ਕੁਛ ਕਰਨਾ ਹੈ ਤੇ ਇਮੀਡੀਏਟਲੀ ਇਸ ਸਾਲ ਹੀ ਕਰ ਲੈਣਾ ਚਾਹੀਦਾ, ਮਤਲਬ ਜੋ ਵੀ ਟਰਾਈ ਕਰਨਾ ਆਪਣੇ ਪੁਆਇੰਟਸ ਵਾਰਾ। ਥੈਂਕ ਯੂ। ਸੋ ਆਪਾਂ ਗੱਲ ਕਰ ਰਹੇ ਸੀ ਸਟੂਡੈਂਟ ਤੇ ਕਿ ਜਿੰਨੇ ਵੀ ਜਿਹੜੇ ਟੋਪਰ ਨੇ, ਜਿਸ ਤਰ੍ਹਾਂ ਮੈਡੀਕਲ ਕਾਲਜ ਦੇ ਟੋਪਰ ਹੈ, ਇੰਜੀਨੀਅਰਿੰਗ ਕਾਲਜ ਦੇ ਟੋਪਰ ਹੈ, ਮੈਨੇਜਮੈਂਟ MBA ਵਾਰਾ ਉਸ ਲੈਵਲ ਟੋਪਰ, ਕਿੰਨੇ ਇੱਕ ਟੋਪਰ, ਕਿੰਨੇ ਪਰਸੈਂਟੇਜ ਟੋਪਰ ਇੱਥੇ ਆ ਕੇ ਕੈਨੇਡਾ ਆ ਕੇ, ਜਿਹੜੇ ਰੈਗੂਲਰ ਛੋਟੇ ਛੋਟੇ ਕਾਲਜ ਹੈ ਉੱਥੇ ਤੁਹਾਨੂੰ ਦੱਸਦੇ ਹਾਂ ਕਿ ਵੀ ਹਾਂ ਵੀ ਇੱਥੇ ਕੁਛ ਡਿਪਲੋਮਾ ਕਰਨਾ ਹੈ? ਨੋ ਵੇ, ਨੋਟ ਐਟ ਆਲ। ਹਾਂ, ਜੋ ਇੱਕ ਬਹੁਤ ਹੀ ਇੱਕ ਮੈਰੀਟੋਰੀਅਸ ਸਟੂਡੈਂਟ ਹੈ, ਜੋ ਉਸ ਲੈਵਲ ਉਸ ਕੈਲੀਬਰ ਦਾ ਸਟੂਡੈਂਟ ਹੈ, ਉਹ ਜਾਏਗਾ ਆਕਸਫੋਰਡ, ਹਾਰਵਰਡ, ਸਟੈਨਫੋਰਡ, ਉਹ ਵੀ ਵਜ਼ੀਫੇ ਤੇ ਜਾਏਗਾ। ਨਹੀਂ ਆਉਣਗੇ, ਮੇਰੇ ਖਿਆਲ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਹੋਏਗਾ ਕਿ ਵੀ ਉਹ I'm sure they will get some scholarship ya koi special padhai ya special project karne ki post PhD research or something is tarah karna aange, ultimately PR te sab sare nu milegi lekin PR da nishana leke nahi aande, so is karke main sirf student nu eh keh reha ki bhi agar je tusi PR leni hai, je tuhanu pata hi hai inna kharcha karke tusi PR len da project banaya hai, why not follow the law nu follow karo, jo insaan ethe agar 20 hours to vadh kam kar raha hai, that means tuhade immigration file vich oh chad jayega ki you have violated the law, in future ਜਦ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰੋਗੇ ਤਾਂ ਫਿਰ ਤੁਹਾਨੂੰ ਉਹ ਪ੍ਰੋਬਲਮ ਹੋਏਗੀ, ਫਿਰ PR ਅਪਲਾਈ ਕਰੋਗੇ ਤਾਂ ਪ੍ਰੋਬਲਮ ਆਣੀ ਹੈ, ਸੋ ਇਸ ਕਰਕੇ ਵਾਈ ਕ੍ਰੀਏਟ ਅ ਰਿਸਕ, ਫੋਲੋ ਦਾ ਲਾਅ। ਇੱਕ ਨਾ ਇਹ ਮੈਂ ਕਹਿੰਦਾ ਅਸੀਂ ਇੱਥੇ ਪ੍ਰੋਗਰਾਮ ਇਸੇ ਗੱਲ ਤੇ ਕੀਤਾ ਸੀਗਾ, ਬਹੁਤ ਵਧੀਆ ਸੁਝਾਅ ਕਿਸੇ ਬੰਦੇ ਨੇ ਦੱਸਿਆ, ਉਹ ਕਹਿੰਦਾ ਵੀ ਕਈ ਵਾਰੀ ਨਾ ਇਹਨਾਂ ਸਟੂਡੈਂਟ ਦੀ ਠੀਕ ਆ ਜਿਹੜਾ ਉਹਨਾਂ ਨੇ ਲਾਈਫ ਸਟਾਈਲ ਆਪਣਾ ਆ ਕੇ ਉਹ ਵਿਗਾੜਦੇ ਨੇ, ਮੈਂ ਤਾਂ ਇਹੀ ਕਹਾਂਗਾ, ਇਹ ਨਹੀਂ ਵੀ ਹਾਈ ਸਟੈਂਡਰਡ, ਉਹ ਵਿਗੜਨ ਵਾਲੀ ਗੱਲ ਹੁੰਦੀ ਹੈ, ਜਦੋਂ ਤੁਸੀਂ ਮਤਲਬ ਇੰਨਾ ਕਰਜ਼ਾ ਚੱਕ ਲਿਆ ਤੇ ਫਿਰ ਤੁਸੀਂ ਕਰਜ਼ਾ ਲਾਉਣ ਵਾਲੇ ਪਾਸੇ ਤੁਰ ਪੈਂਦੇ, ਫਿਰ ਤੁਸੀਂ ਕੀ ਕਹਿੰਦੇ ਹੁੰਦੇ ਪੜ੍ਹਾਈ ਲਿਖਾਈ ਤੁਹਾਡੀ ਗਈ। ਪਰ ਉਹ ਇੱਕ ਹੋਰ ਕੰਸਰਨ ਵੀ ਹੈਗਾ ਜੀ, ਉਹ ਜਿਹੜੇ ਮਾਈ ਬਾਪ ਹੈ ਨਾ ਜਿਹੜੇ ਬੜੇ ਔਖੇ ਹੋ ਕੇ ਉਹਨਾਂ ਨੂੰ ਉੱਥੋਂ ਉਸ ਵੇਲੇ ਚੜਾਉਂਦੇ ਆ ਵੀ ਜਾਓ ਤੁਸੀਂ ਬਾਹਰ ਜਾ ਕੇ ਪੜ੍ਹੋ, ਮਗਰੋਂ ਉਹਨਾਂ ਦੇ ਹੀ ਫੋਨ ਆਉਂਦੇ ਆ, ਹਾਂਜੀ ਹਾਂਜੀ, ਵੀ ਭਾਈ ਛੇਤੀ ਨੇ ਸਾਨੂੰ ਪੈਸੇ ਭੇਜ, ਅਸੀਂ ਲਾਉਣੇ ਆ ਫਲਾਨੇ ਦੇ, ਦਿਸ ਇਜ਼ ਵੇਅਰ ਦਾ ਜਿੱਦਾਂ ਕਹਿੰਦੇ ਹੁੰਦੇ ਨਾ ਉਹ ਇੱਥੇ ਆ ਕੇ ਸੂੜੀ ਪੈ ਜਾਂਦੀ ਹੈ ਲੋਕਾਂ ਨੂੰ, ਉਹ ਸਟੂਡੈਂਟ ਵਿਚਾਰੇ ਇੱਕ ਤਾਂ ਮੱਤ ਮਾਰੀ ਜਾਂਦੀ ਉਹਨਾਂ ਦੀ ਇੱਥੇ ਆਪਣਾ ਖਰਚੇ ਪੂਰੇ ਕਰਨ ਦੀ, ਤੇ ਦੂਸਰਾ ਜਿਹੜਾ ਪਿੱਛੇ ਫਿਰ ਟੈਲੀਫੋਨ ਆਉਂਦੇ ਨੇ, ਅੱਜ ਕੱਲ੍ਹ ਹੁਣ ਟੈਲੀਫੋਨ ਤੁਹਾਨੂੰ ਪਤਾ ਉੱਥੇ ਵੀ ਲੋਕ ਜੇਬਾਂ ਚ ਪਾਈ ਫਿਰਦੇ ਆ, ਪਟਾਕੇ ਦੇਣੀ ਕੱਢਿਆ ਸਵੇਰੇ ਉੱਠ ਕੇ ਫੋਨ ਕਰਦੇ ਹੋ ਵੀ ਕਾਕਾ ਜੀ ਪੈਸੇ ਭੇਜੋ, ਪੈਸੇ ਕਿੱਥੋਂ ਲਿਆਉਣਗੇ, ਕੈਸ਼ ਕੰਮ ਕਰਨਾ ਪੈਣਾ ਫਿਰ ਆ ਕੇ, ਸੋ ਦਿਸ ਇਜ਼ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਸਟੂਡੈਂਟ ਨੂੰ, ਇਹ ਵੀ ਇੱਕ ਵੱਡੀ ਮੁਸ਼ਕਲ ਹੈ, ਔਰ ਇਹ
ਅੱਖੋਂ ਭਰੋਖੇ ਨਹੀਂ ਕੀਤੀ ਜਾ ਸਕਦੀ ਕਿ ਉਹਨਾਂ ਪੇਰੈਂਟਸ ਦਾ ਕਸੂਰ ਆ ਨਾ ਕਿ ਨਾ ਬੱਚਿਆਂ ਦਾ। ਯਾ ਇੱਕ ਐਕਚੁਅਲੀ ਇਸ ਇਹਦੇ ਨਾਲ ਇੱਕ ਜਿਹੜੀ ਖਬਰ ਹੈ ਕੋਈ SDS ਜਿਹੜਾ ਪ੍ਰੋਗਰਾਮ ਹੈ ਨਾ ਜਿਹਦੇ ਥਰੂ ਫਾਸਟ ਟ੍ਰੈਕ ਸਟੂਡੈਂਟ ਵੀਜ਼ਾ ਮਿਲਦਾ ਹੈ, ਉਸ ਪ੍ਰੋਗਰਾਮ ਦੇ ਤਹਿਤ ਇਹਨਾਂ ਨੇ ਪਿਛਲੇ ਦਿਨ ਕੀਤਾ ਸੀ ਕਿ ਵੀ ਤੁਸੀਂ ਇੱਕ ਸਾਲ ਦੀ ਟਿਊਸ਼ਨ ਫੀ ਆਲਰੇਡੀ ਇਨ ਐਡਵਾਂਸ ਪੇ ਕਰੋ, ਤੇ ਜਿਹੜਾ GIC ਹੁੰਦਾ ਨਾ ਜਿਹੜਾ ਪ੍ਰੀ ਪੇਡ ਤੁਸੀਂ ਲਿਵਿੰਗ ਐਕਸਪੈਂਸ ਲਈ ਪੈਸੇ ਟ੍ਰਾਂਸਫਰ, ਪਹਿਲਾਂ 10,000 ਹੁੰਦਾ ਸੀ ਹੁਣ 20,000 ਹੈ। ਹਾਂ ਤੇ ਮਤਲਬ ਦਿਸ ਇਜ਼ ਅ ਵੈਰੀ ਵੈਲਕਮ ਸਟੈਪ ਫਰੋਮ ਦ ਕੈਨੇਡੀਅਨ ਗਵਰਨਮੈਂਟ ਕਿ ਜਦ ਤੱਕ ਤੁਹਾਡੇ ਕੋਲ 20,000 ਆਲਰੇਡੀ ਇਨ ਐਡਵਾਂਸ ਪਿਆ ਨਹੀਂ ਹੋਇਆ, ਵੀ ਆਰ ਨੋਟ ਸ਼ੋਰ ਕਿ ਯੂ ਕੈਨ ਮੀਟ ਯੋਰ ਲਿਵਿੰਗ ਐਕਸਪੈਂਸਿਸ। ਸੋ 20,000 ਆਲਰੇਡੀ ਆ ਗਿਆ ਪਲੱਸ ਇੱਕ ਸਾਲ ਦੀ ਟਿਊਸ਼ਨ ਫੀਸ ਪ੍ਰੀ ਪੇਡ ਹੋ ਗਈ, ਐਟਲੀਸਟ ਫੋਰ ਇੱਕ ਸਾਲ ਦੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਟੈਨਸ਼ਨ ਨਹੀਂ ਹੈ। ਦੈਟਸ ਅ ਵੈਰੀ ਵੈਲਕਮ ਸਟੈਪ। ਤੇ ਇਹ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕੀਤਾ, ਨਹੀਂ ਜੀ ਸਾਡੇ ਕੋਲ ਪੈਸੇ ਜੀ ਕਿੱਥੋਂ ਆਉਣਗੇ। ਮੈਂ ਕਿਹਾ ਵੀ ਤੁਸੀਂ ਨਾ ਜਾਓ ਕੈਨੇਡਾ, ਕੀ ਕਰਨਾ ਕੈਨੇਡਾ, ਤੁਸੀਂ ਜਾ ਕੇ ਦਿੱਲੀ ਪੜ੍ਹ ਲਓ, ਜੰਮੂ ਪੜ੍ਹ ਲਓ, ਕੋਈ ਬੰਬੇ ਪੜ੍ਹ ਲਓ, ਕੋਈ ਪੁਣੇ ਉੱਥੇ ਪੜ੍ਹ ਲਓ, ਜ਼ਰੂਰੀ ਤੁਸੀਂ ਕੈਨੇਡਾ। ਹੁਣ ਜਦ ਤੁਸੀਂ ਹਵਾਈ ਜਹਾਜ਼ ਦਾ ਟਿਕਟ ਲੈਂਦੇ ਹੋ, ਏਅਰ ਇੰਡੀਆ ਤੁਹਾਨੂੰ ਕਹਿੰਦੀ ਜੀ 80,000 ਟਿਕਟ ਹੈ, ਤੁਸੀਂ ਉਹਨਾਂ ਏਅਰ ਇੰਡੀਆ ਨੂੰ ਕਹਿ ਦਿਓ ਜੀ ਬਹੁਤ ਬਹੁਤ ਮਹਿੰਗਾ ਟਿਕਟ ਹੈ ਜੀ, 80,000 ਕਿਉਂ ਲੈ ਰਹੇ, ਤੁਸੀਂ 8,000 ਦੇ ਦਿਓ। ਉਹਨਾਂ ਨੂੰ ਤਾਂ ਨੈਗੋਸ਼ੀਏਟ ਨਹੀਂ ਕਰਦੇ ਕਿ ਵੀ ਮਹਿੰਗਾ ਟਿਕਟ ਨਾ ਦਿਓ। ਇੱਥੇ ਤੁਸੀਂ ਕਹਿ ਰਹੇ ਹੋ ਕਿ ਵੀ ਕੈਨੇਡੀਅਨ ਸਰਕਾਰ ਨੇ, ਮਦਰਾਸ ਦਾ ਕੋਈ ਏਦਾਂ ਦਾ ਕੋਈ ਟ੍ਰੈਪ ਹੋ ਗਿਆ, ਇਸ ਤਰ੍ਹਾਂ ਦਾ ਕੋਈ ਕਿਤੇ ਹੈਡਲਾਈਨ ਚ ਆ ਗਿਆ, ਕਦੇ ਨੀ ਤੁਸੀਂ ਸੁਣੋਗੇ, ਬਹੁਤ ਹੀ ਰੇਅਰ ਸੁਣੋਗੇ। ਸੋ ਪਰ ਇਹ ਦੁਨੀਆਂ ਦਾ ਜਿਵੇਂ ਜ਼ਿਆਦਾ ਸਟੂਡੈਂਟ ਜਿਹੜੇ ਜੀ ਉਹ ਆ ਰਹੇ ਇੱਥੋਂ ਚਾਈਨਾ ਤੋਂ, ਹਾਂ ਉੱਥੋਂ ਵੀ ਬਹੁਤ ਵੱਡੀ ਗਿਣਤੀ ਚ ਆਉਂਦੇ, ਪਰ ਉਹ ਜਿਹੜੇ ਸਟੂਡੈਂਟ ਨੇ ਉਹ ਯੂਨੀਵਰਸਿਟੀ ਵਗੈਰਾ ਦੇ ਹਾਂਜੀ ਹਾਂਜੀ ਹਾਈ ਲੈਵਲ ਤੇ ਜਾ ਰਹੇ ਹਾਂ। ਚਲੋ ਐਨੀਵੇ ਦੈਟਸ ਓਕੇ। ਬਾਕੀ ਸਪਾਊਸ ਵੀਜ਼ਾ ਦੇ ਬਾਰੇ ਮੇਰੇ ਕੋਲ ਕਾਫੀ ਕੇਸਿਸ ਆ ਰਹੇ ਆ, ਕਿਉਂਕਿ ਹਰੇਕ ਜੋ ਸਟੂਡੈਂਟ ਆਇਆ ਉਹ ਫਿਰ ਸੋਚਦਾ ਇੱਥੇ 6 ਮਹੀਨੇ ਬਾਅਦ 1 ਸਾਲ ਬਾਅਦ ਕੇ ਰਿਸ਼ਤਾ ਕਰ ਲਓ ਜੀ, ਉਹਨੂੰ ਫਲਾਨੇ ਪਾਰਟਨਰ ਦੇ ਲੈ। ਹਾਂਜੀ ਪਲੀਜ਼ ਪਲੀਜ਼ ਗੋ ਅਹੈਡ। ਹਾਂਜੀ ਦੋਸਤੋ, ਅਗਰ ਕੋਈ ਵੀ ਤੁਸੀਂ ਸਵਾਲ ਪੁੱਛਣਾ ਹੈ ਆਪਣੇ ਕੋਈ ਸਪੈਸ਼ਲ ਕੇਸ ਦੇ ਬਾਰੇ ਤੇ ਕਾਲ ਜ਼ਰੂਰ ਕਰੋ 7804352762 ਤੇ ਆਪਾਂ ਡਿਸਕਸ ਕਰਦੇ ਹਾਂ। ਜਿਸ ਤਰ੍ਹਾਂ ਕੋਈ ਹੁਣ ਕਾਲ ਕਰ ਰਿਹਾ ਸੀ ਕਿ ਵੀ ਉਹਨਾਂ ਦੇ ਕੋਈ ਰਿਸ਼ਤੇਦਾਰ, ਬੈਂਕ ਮੈਨੇਜਰ, ਹਸਬੈਂਡ ਵਾਈਫ, ਅਗਰ ਉਹਨਾਂ ਨੇ ਕਾਲ ਕਰਕੇ ਪੁੱਛਿਆ ਉਹਨਾਂ ਤੇ, ਉਹਨਾਂ ਨੂੰ ਵੀ ਜਵਾਬ ਦੇਣਾ ਸੀ ਕਿ ਵੀ ਡਾਇਰੈਕਟਲੀ ਦੇ ਕੈਨ ਅਪਲਾਈ ਫੋਰ ਐਕਸਪ੍ਰੈਸ ਐਂਟਰੀ। ਸੋ ਇਸ ਤਰੀਕੇ ਨਾਲ ਤੁਸੀਂ ਹੋਰ ਵੀ ਕੋਈ ਸਵਾਲ ਹੈ ਤੁਹਾਡਾ, ਸਪਾਊਸ ਵੀਜ਼ਾ ਜਾਂ ਨਾਮੀਨੇਸ਼ਨ ਪ੍ਰੋਗਰਾਮ ਜਾਂ ਬਿਜ਼ਨਸ ਇਨਵੈਸਟਰ ਵਰਕ ਪਰਮਿਟ ਜਾਂ ਫਲਾਨਾ ਫਲਾਨਾ ਇਸ ਤਰ੍ਹਾਂ ਦਾ, ਤੁਸੀਂ ਪੁੱਛ ਸਕਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਇੱਕ ਤੁਹਾਨੂੰ ਦਿਆਂਗਾ ਕਿ ਇਮੀਗ੍ਰੇਸ਼ਨ ਕੰਸਲਟੈਂਟ ਵੀ ਕਿਸ ਤਰ੍ਹਾਂ ਦੀ ਗਲਤੀਆਂ ਕਰਦੇ ਹੈ। ਇਮੀਗ੍ਰੇਸ਼ਨ ਕੰਸਲਟੈਂਟ ਭਾਵੇਂ ਉਹ ਲਾਇਸੈਂਸ ਹੈ ਨਹੀਂ ਹੈ, ਦੇ ਆਰ ਨਾਟ ਸੁਪਰ ਕੰਪਿਊਟਰ ਔਰ ਗਾਰਡਸ ਨਹੀਂ ਕੋਈ, ਉਹ ਵੀ ਗਲਤੀ ਕਰਦੇ ਨੇ। ਤੇ ਐਜ਼ ਅ ਕਲਾਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਕਿਹੜੀ ਐਪਲੀਕੇਸ਼ਨ ਕਰ ਰਹੇ ਹੈ ਤੇ ਉਹ ਕਰ ਕੀ ਰਹੇ ਹੈ, ਤੇ ਸ਼ੇਅਰ ਕਰਕੇ ਤੁਸੀਂ ਅਗਰ ਸਵਾਲ ਪੁੱਛੋਗੇ ਤੇ ਵੀ ਤਾਂ ਵੀ ਤੁਸੀਂ ਉਹ ਗਲਤੀ ਤੋਂ ਬਚੇ ਜਾਓਗੇ। ਇੱਕ ਸੰਘਾ ਸਾਹਿਬ ਇਸ ਤਰ੍ਹਾਂ ਹੈ ਕਿ ਇੱਕ ਕੇਸ ਇਸ ਤਰ੍ਹਾਂ ਤੁਹਾਡੇ ਨਾਲ ਡਿਸਕਸ ਕਰਾਂ ਕਿ ਇੱਕ ਬ੍ਰਿਟਿਸ਼ ਸਿਟੀਜ਼ਨ ਜਿਹਦੇ ਕੋਲ ਬ੍ਰਿਟਿਸ਼ ਪਾਸਪੋਰਟ ਆਲਰੇਡੀ ਇੱਥੇ ਵਰਕ ਪਰਮਿਟ ਤੇ ਆਈ ਹੋਈ ਹੈ, ਮਦਰ ਹੈ, 3 ਬੱਚੇ ਆਉਂਦੇ, ਠੀਕ ਹੈ, ਸਾਰੇ ਕੋਲ ਬ੍ਰਿਟਿਸ਼ ਪਾਸਪੋਰਟ ਹੈ, ਤੇ ਕਿਸੇ ਕੰਸਲਟੈਂਟ ਕੋਲ ਚਲੇ ਗਏ ਕਿ ਮੇਰਾ ਵਰਕ ਪਰਮਿਟ ਰੀਨਿਊ ਕਰਨਾ ਹੈ। ਹੁਣ ਵਰਕ ਪਰਮਿਟ ਰੀਨਿਊ ਕਰਨ ਲਈ LMIA ਚਾਹੀਦਾ, ਤੇ ਬੱਚਿਆਂ ਨੂੰ ਕੁਛ ਨਹੀਂ ਚਾਹੀਦਾ, ਮਤਲਬ ਕਿ ਐਜ਼ ਅ ਡਿਪੈਂਡੈਂਟ ਦੇ ਕੈਨ ਆਲ ਆਟੋਮੈਟਿਕਲੀ ਯੂਨੋ ਐਕਸਟੈਂਡ। ਸੋ ਕੰਸਲਟੈਂਟ ਨੇ ਇੱਕ ਡਿਸਾਈਡ ਕੀਤਾ ਕਿ ਅਸੀਂ ਇਹਦਾ ਐਕਸਟੈਂਸ਼ਨ ਕਰਾਂਗੇ ਵਿਦ ਇਨ ਕੈਨੇਡਾ ਐਪਲੀਕੇਸ਼ਨ ਭਰ ਕੇ, ਉਹਦੀ ਐਪਲੀਕੇਸ਼ਨ, ਮਦਰ ਦੀ ਐਪਲੀਕੇਸ਼ਨ ਭਰਦੀ ਟੂ ਐਕਸਟੈਂਡ ਐਜ਼ ਅ ਵਰਕ ਪਰਮਿਟ, ਤੇ ਬੱਚਿਆਂ ਦੀ ਭਰਤੀ, ਦੋ ਜਿਹੜੇ ਬੱਚੇ ਸਟੱਡੀ ਏਜ ਦੇ ਸੀਗੇ ਉਹਨਾਂ ਦੀ ਸਟੱਡੀ ਪਰਮਿਟ ਦੀ ਭਰਤੀ, ਜਿਹੜਾ ਜਿਹੜਾ ਲਾਸਟ ਬੱਚਾ ਜਿਹੜਾ ਸਭ ਤੋਂ ਛੋਟਾ ਬੱਚਾ ਉਹਨਾਂ ਦੀ ਐਪਲੀਕੇਸ਼ਨ ਭਰਨੀ ਸੀ ਕਿ ਐਕਸਟੈਂਡ ਯੋਰ ਵੀਜ਼ਾ ਐਜ਼ ਅ ਵਿਜ਼ਟਰ, ਕਿਉਂਕਿ ਉਹਦੀ ਉਮਰ ਮੇਰੇ ਖਿਆਲ 3 ਜਾਂ 4 ਸਾਲ, ਉਹ ਹਾਲੀ ਪੜ੍ਹਾਈ ਨਹੀਂ ਕਰਦਾ, ਤੇ ਐਕਸਟੈਂਡ ਕਰਨੀ ਸੀ ਐਜ਼ ਅ ਵਿਜ਼ਟਰ। ਇਮੀਗ੍ਰੇਸ਼ਨ ਕੰਸਲਟੈਂਟ ਨੇ ਗਲਤੀ ਨਾਲ ਫਾਰਮ ਭਰ ਲਿਆ ਜਿਹੜਾ ਟੂ ਅਪਲਾਈ ਫੋਰ ਵਿਜ਼ਿਟ ਵੀਜ਼ਾ ਫਰੋਮ ਆਊਟਸਾਈਡ ਕੈਨੇਡਾ, ਤੇ ਸਾਰੇ ਨੂੰ ਐਪਲੀਕੇਸ਼ਨ ਨੂੰ ਪੈਕੇਜ ਬਣਾ ਕੇ ਮੇਲ ਕਰਤਾ ਅੱਜ ਕੱਲ੍ਹ ਜਿੱਥੇ ਇਹ ਜਿਹੜਾ ਆਪਣਾ ਕੇਸ ਪ੍ਰੋਸੈਸਿੰਗ ਸੈਂਟਰ ਇਨ ਐਡਮਿੰਟਨ, ਬਿਕੋਜ਼ ਇਟ ਵਾਜ਼ ਅ ਰੋਂਗ ਫਾਰਮ,
ਪੂਰਾ ਪੂਰਾ ਐਪਲੀਕੇਸ਼ਨ ਵਾਪਸ ਆ ਗਿਆ। ਜਦ ਤੱਕ ਐਪਲੀਕੇਸ਼ਨ ਵਾਪਸ ਆ ਗਿਆ ਤਦ ਤੱਕ ਜਿਹੜਾ ਛੋਟਾ ਜਿਹੜਾ ਬੱਚਾ ਸੀ ਜਿਹੜਾ ਲਾਸਟ ਜਿਹੜਾ ਯੰਗੈਸਟ ਐਪਲੀਕੈਂਟ ਉਹ ਆਊਟ ਆਫ ਸਟੇਟਸ ਹੋ ਗਿਆ। ਡੈਟ ਮੀਨਸ ਉਹਦਾ ਪੁਰਾਣਾ ਜਿਹੜਾ ਵਿਜ਼ਟਰ ਪਰਮਿਟ ਆ ਉਹ ਐਕਸਪਾਇਰ ਕਰ ਗਿਆ ਤੇ 90 ਡੇਜ਼ ਵੀ ਲੰਘ ਚੁੱਕੇ। ਡੈਟ ਮੀਨਸ ਕਿ ਰੈਸਟੋਰ ਕਰਨ ਦਾ ਜਿਹੜਾ ਇੱਕ ਮਿਆਦ ਹੁੰਦੀ ਸੀ ਉਹ ਵੀ ਲੰਘ ਚੁੱਕੀ। ਨਾਓ ਦ ਪਰਸਨ ਇਜ਼ ਆਊਟ ਆਫ ਸਟੇਟਸ, ਮਤਲਬ ਕਿ ਆਊਟ ਆਫ ਸਟੇਟਸ ਇਲੀਗਲ ਓਵਰਸਟੇ ਹੋ ਗਿਆ। ਹੁਣ ਸਵਾਲ ਇਹ ਹੈ ਕਿ ਐਪਲੀਕੇਸ਼ਨ ਜੋ ਇੱਕ ਗਲਤ ਫਾਰਮ ਕਰਕੇ ਜਿਹੜੀ ਵਾਪਸ ਆ ਗਈ ਉਹਦਾ ਹੁਣ ਜ਼ਿੰਮੇਵਾਰੀ ਕੌਣ ਲਏਗਾ? ਜਾਂ ਕੰਸਲਟੈਂਟ ਲਏਗਾ ਜਾਂ ਕਲਾਇੰਟ ਤੇ ਉਹਨੂੰ ਆਲਰੇਡੀ ਸਟੇਟਸ ਹੋ ਗਿਆ। ਡੈਟ ਮੀਨਸ ਕਿ ਉਹਨਾਂ ਨੂੰ ਕੰਟਰੀ ਇੱਕ ਵਾਰ ਛੱਡਣਾ ਹੀ ਪਏਗਾ, ਜਿਹੜੀ ਕਿਉਂਕਿ ਉਹਨਾਂ ਕੋਲ ਪਾਸਪੋਰਟ ਬ੍ਰਿਟਿਸ਼ ਪਾਸਪੋਰਟ ਹੈ, ਜਿਹੜੀ ਮਦਰ ਹੈ ਉਹ ਜਾ ਕੇ ਪੋਰਟ ਆਫ ਐਂਟਰੀ ਤੇ ਜਾ ਕੇ ਵਰਕ ਪਰਮਿਟ ਲੈ ਸਕਦੀ ਹੈ, ਜਿਹੜੇ ਬੱਚੇ ਹੈ ਜਿਹੜੇ ਸਟੱਡੀ ਪਰਮਿਟ ਵਾਲੇ ਉਹ ਵੀ ਲੈ ਸਕਦੇ ਹਨ, ਲੇਕਿਨ ਜਿਹੜਾ ਸਭ ਤੋਂ ਜਿਹੜਾ ਛੋਟਾ ਜਿਹੜਾ ਬੱਚਾ ਹੈ ਉਹ ਜਾ ਕੇ ਪੋਰਟ ਆਫ ਐਂਟਰੀ ਤੇ ਵਿਜ਼ਟਰ ਪਰਮਿਟ ਅਪਲਾਈ ਕਰੇਗਾ ਤੇ ਆਲਰੇਡੀ ਕਿਉਂਕਿ ਆਊਟ ਆਫ ਸਟੇਟਸ ਹੈ ਸੀਬੀਐਸਏ, ਦੇਰ ਇਜ਼ ਅ ਗੁੱਡ ਚਾਂਸ ਕਿ ਸੀਬੀਐਸਏ ਉਹਨੂੰ ਵਿਜ਼ਟਰ ਪਰਮਿਟ ਨਹੀਂ ਦੇਣਗੇ। ਸੋ ਵਟ ਵਿਲ ਹੈਪਨ ਦੈਨ? ਫਿਰ ਤੇ ਉਹਨਾਂ ਨੂੰ ਕੰਟਰੀ ਛੱਡਣਾ ਪਏਗਾ, ਦੇ ਹੈਵ ਟੂ ਗੋ ਬੈਕ ਟੂ ਇੰਗਲੈਂਡ ਐਂਡ ਦੈਨ ਅਪਲਾਈ ਅਗੇਨ। ਸੋ ਦੈਟਸ ਅ ਪ੍ਰੋਬਲਮ। ਸੋ ਇਮੀਗ੍ਰੇਸ਼ਨ ਕੰਸਲਟੈਂਟ ਵੀ ਗਲਤੀ ਕਰਦੇ ਹੈ। ਜਦ ਵੀ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਆਪਣਾ ਕੰਮ ਕਰਾਓਗੇ, ਮੇਕ ਸ਼ੋਰ ਕਿ ਤੁਸੀਂ ਉਹਨਾਂ ਤੋਂ ਪਹਿਲਾਂ ਆਪਣੀ ਸਾਰਾ ਤਫਸੀਲ ਨਾਲ ਪੁੱਛ ਲਓ ਕਿਹੜੀ ਕੈਟੇਗਰੀ ਹੋਏਗੀ, ਕਿਸ ਤਰ੍ਹਾਂ ਦੇ ਫਾਰਮ ਭਰ ਰਹੇ ਹੈ, ਤੇ ਆਪਣਾ ਜੋ ਵੀ ਕੁਛ ਐਪਲੀਕੇਸ਼ਨ ਮਟੀਰੀਅਲ ਹੈ ਇੱਕ ਕਾਪੀ ਜ਼ਰੂਰ ਲਓ ਐਜ਼ ਅ ਰਿਕਾਰਡ ਕਿ ਪਤਾ ਲੱਗੇ ਕਿ ਵੀ ਹਾਂ ਇਹ ਕੰਮ ਹੋਇਆ ਹੈ, ਤੇ ਉਹਦੇ ਨਾਲ ਉਹ ਪਤਾ ਲੱਗ ਜਾਏਗਾ ਕਿ ਆਊਟਕਮ ਕਿਸ ਤਰ੍ਹਾਂ ਆਏਗਾ। ਸੋ ਯੂ ਹੈਵ ਸਮਥਿੰਗ ਟੂ ਫੋਲੋ ਅਪ। ਇਹ ਮੈਂ ਤੁਹਾਨੂੰ ਤੇ ਸਾਰੇ ਨੂੰ ਦੁਨੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਵੀ ਗਲਤੀਆਂ ਹੋ ਜਾਂਦੀਆਂ ਕਈ ਵਾਰ, ਤੇ ਉਹਦਾ ਫਿਰ ਕੋਈ ਇਰਰਿਵਰਸਿਬਲ ਗਲਤੀਆਂ। ਅਗਰ ਇੱਕ ਵਾਰ ਤੁਸੀਂ ਆਊਟ ਆਫ ਸਟੇਟਸ ਹੋ ਗਏ ਫਿਰ ਕੋਈ ਤਰੀਕਾ ਨਹੀਂ ਕਿ ਉਹਨੂੰ ਬੈਕ ਕਲੌਕ ਕਰਕੇ ਤੁਸੀਂ ਠੀਕ ਕਰ ਦੋ ਅਗਰ 90 ਡੇਸ ਨਿਕਲ ਗਏ। ਸੋ ਦੈਟਸ ਆਲ ਆਈ ਵਾਂਟ ਟੂ ਸੇ। ਮੈਨੂੰ ਪਤਾ ਹੈ ਜਦੋਂ ਤੁਸੀਂ ਪਿਛਲੀ ਵਾਰੀ ਵੀ ਜਦੋਂ ਇੱਥੇ ਆਖਰ ਪ੍ਰੋਗਰਾਮ ਤੇ ਇਹੀ ਗੱਲ ਕਿਹਾ ਕਰਦੇ ਸੀ ਵੀ ਜਿਹੜੀ ਐਪਲੀਕੇਸ਼ਨ ਹੈ ਉਹ ਬੜੇ ਧਿਆਨ ਨਾਲ ਭਰਨੀ ਚਾਹੀਦੀ। ਬਿਲਕੁਲ ਬਿਲਕੁਲ ਧਿਆਨ ਨਾਲ ਭਰਨੀ ਚਾਹੀਦੀ ਹੈ। ਐਕਚੁਅਲੀ ਕਈ ਵਾਰ ਐਪਲੀਕੇਸ਼ਨ ਫਾਰਮ ਲੱਗਦੀ ਬੜੀ ਸਿੰਪਲ ਹੈ ਤੇ ਇਮੀਗ੍ਰੇਸ਼ਨ ਆਪ ਹੀ ਹੱਸ ਹੱਸ ਕੇ ਕਹਿ ਰਹੀ ਕਿ ਵੀ ਤੁਹਾਨੂੰ ਕੋਈ ਇਮੀਗ੍ਰੇਸ਼ਨ ਲਾਇਰ ਜਾਂ ਕੰਸਲਟੈਂਟ ਕਰਨ ਦੀ ਲੋੜ ਨਹੀਂ, ਤੁਸੀਂ ਆਪਣੇ ਆਪ ਭਰ ਲਓ। ਲੇਕਿਨ ਮੈਂ ਚੈਲੰਜ ਕਰਦਾ ਬੜੇ ਵੱਡੇ ਪੜ੍ਹੇ ਲਿਖੇ ਲੋਕਾਂ ਨੂੰ ਵੀ, ਕਈ ਵਾਰ ਉਹ ਵੀ ਗਲਤੀ ਕਰ ਦਿੰਦੇ ਕਿਉਂਕਿ ਉਹਦੇ ਵਿੱਚ ਜਿਹੜਾ ਟਰਮਸ ਹੈ ਉਹ ਕਈ ਵਾਰ ਲੀਗਲ ਟਰਮਸ ਹੈ ਜਿਹੜੇ ਲੋਕਾਂ ਨੂੰ ਨਹੀਂ ਸਮਝ ਲੱਗਦੇ ਤੇ ਉਹ ਲਿਖਣਾ ਕੁਛ ਹੋਰ ਹੁੰਦਾ, ਆਪਣੀ ਕੈਟੇਗਰੀ ਕੁਛ ਹੋਰ ਲਿਖ ਲੈਂਦੇ ਆ। ਸੋ ਇਟ ਕੌਜ਼ਸ ਵੈਰੀ ਫੇਟਲ ਮਿਸਟੇਕ। ਇੱਕ ਮੈਨੂੰ ਕੋਈ ਟਾਈਪ ਕਰ ਰਹੇ ਹੈ ਫੇਸਬੁੱਕ ਤੇ, ਮਿਸਟਰ ਧਾਲੀਵਾਲ ਟਾਈਪ ਕਰ ਰਹੇ, ਹੈਲੋ ਸਰ, ਆਈ ਐਮ ਔਨ ਕਲੋਜ਼ਡ ਵਰਕ ਪਰਮਿਟ ਇਨ ਬੀਸੀ ਫਾਰਮ ਵਰਕਰ ਬੀਸੀ ਕੰਮ ਕਰ ਰਹੇ ਹੈ ਵਰਕ ਪਰਮਿਟ। ਆਪਣੇ ਵਾਈਫ ਤੇ ਬੱਚੇ ਨੂੰ 14 ਸਾਲ ਦਾ ਜਿਹੜਾ ਇੰਡੀਆ ਹੈ ਉਹਨਾਂ ਨੂੰ ਮੈਂ ਕਿਸ ਤਰ੍ਹਾਂ ਮੈਂ ਬੁਲਾ ਸਕਦਾ? ਧਾਲੀਵਾਲ ਜੀ, ਤੁਸੀਂ ਬੁਲਾ ਨਹੀਂ ਸਕਦੇ ਕਿਉਂਕਿ ਐਜ਼ ਔਨ ਵਰਕ ਪਰਮਿਟ ਤੁਹਾਡਾ ਜਿਹੜਾ ਲੋ ਸਕਿੱਲਡ ਜਿਹੜਾ ਜੋਬ ਹੈ ਉਹ ਤੇ ਤੁਹਾਨੂੰ ਅਲਾਊਡ ਨਹੀਂ ਹੈ ਆਪਣੇ ਪਰਿਵਾਰ ਨੂੰ ਬੁਲਾਉਣ ਲਈ। ਇਹਦੇ ਬਾਰੇ ਆਪਾਂ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਕਿ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਟ ਜਾਂ ਕੋਈ ਦਲਾਲ ਜਾਂ ਕੋਈ ਮੈਨ ਪਾਵਰ ਬ੍ਰੋਕਰ ਵਾਲਾ ਜਿਹੜੇ ਬੀਸੀ ਸਰੀ ਏਰੀਆ ਵਿੱਚ ਜਿਹੜੇ ਉਹਨਾਂ ਜੋਬਾਂ ਨੂੰ ਵੇਚਦੇ ਆ ਪੈਸੇ ਲੇਕਰ, ਉਹ ਲੋਕਾਂ ਨੂੰ ਇਹੀ ਹੁੰਦਾ ਕਿ ਵੀ ਅਸੀਂ ਤੇ ਵਿਜ਼ਟਰ ਵੀਜ਼ਾ ਤੇ ਆਏ ਹਾਂ ਤੇ ਪੈਸੇ ਲੈ ਦੇ ਕੇ ਸਾਨੂੰ ਕੋਈ ਨਾ ਕੋਈ ਵਰਕ ਪਰਮਿਟ ਮਿਲ ਗਿਆ। ਇਹ ਨਹੀਂ ਪਤਾ ਹੁੰਦਾ ਕਿ ਉਹ ਵਰਕ ਪਰਮਿਟ ਲੋ ਕੈਟੇਗਰੀ ਦਾ ਵਰਕ ਪਰਮਿਟ ਹੈ। ਉਸ ਲੋ ਕੈਟੇਗਰੀ ਤੇ ਵਰਕ ਪਰਮਿਟ ਤੇ ਪਹਿਲੀ ਗੱਲ ਕੋਈ ਤੁਹਾਡਾ ਉਧਾਰ ਨਹੀਂ ਹੋਣਾ, ਨਾ ਤੁਹਾਡੀ PNP ਫਾਈਲ ਲੱਗਣੀ ਹੈ, ਨਾ ਤੁਸੀਂ ਆਪਣੇ ਪਰਿਵਾਰ ਨੂੰ ਬੁਲਾ ਸਕਦੇ ਹੋ। ਸੋ ਇਹ ਬਾਅਦ ਚ ਪਤਾ ਲੱਗਦਾ, ਤਦ ਤੱਕ ਪੈਸੇ ਤੁਹਾਡੇ ਜਾ ਚੁੱਕੇ ਹੁੰਦੇ ਆ। ਅੱਛਾ, ਫਿਰ ਉਸ ਲੋ ਸਕਿੱਲ ਜੋਬ ਨੂੰ ਚੇਂਜ ਕਰਨ ਲਈ, ਫਿਰ ਅਪਰ ਜੋਬ ਚੇਂਜ ਕਰਨ ਲਈ ਫਿਰ ਦੁਬਾਰਾ ਪੈਸਾ ਖਰਚਾ ਕਰੋ, ਮਤਲਬ ਪੈਸਾ ਹੀ ਪੈਸਾ ਚੱਲਦਾ ਫਿਰ ਇੱਕ ਵਰਕ ਪਰਮਿਟ ਤੇ ਦੂਸਰੇ ਵਰਕ ਪਰਮਿਟ ਤੇ ਗਿਰੀ ਤਾ। ਸੋ ਧਾਲੀਵਾਲ, ਆਈ ਐਮ ਸ਼ੋਰ ਯੂ ਗਾਟ ਮਾਈ ਆਨਸਰ। ਸੋ ਹਰਜੀਤ, ਦੂਸਰੀ ਗੱਲ ਕਰਨ ਲੱਗੇ, ਹਾਂਜੀ, ਜਿਹੜੀ ਮੈਰਿਜ ਵਾਲੀ ਸੀਗੀ ਸਪਾਊਸਲ, ਉਹਦੇ ਬਾਰੇ ਕੁਝ ਦੱਸਣ ਲੱਗੇ ਸੀ। ਹਾਂ, ਸਪਾਊਸਲ ਵੀਜ਼ਾ ਦਾ ਇਸ ਤਰ੍ਹਾਂ ਹੈ ਕਿ ਗੇਮ ਬੜੀ ਸਾਫ਼ ਹੈ ਪੰਜਾਬ ਦੀ ਕਿ ਇੱਕ ਜੀ ਜਾਏਗਾ ਤੇ ਦੂਸਰੇ ਨੂੰ ਖਿੱਚ ਕੇ ਲਿਆਏਗਾ, ਭਾਵੇਂ ਹਸਬੈਂਡ ਜਾਏ ਜਾਂ ਵਾਈਫ ਜਾਏ ਤੇ ਦੂਸਰੇ ਨੂੰ ਖਿੱਚ ਕੇ ਉਹ ਆਪਣਾ ਸਪਾਊਸ ਵੀਜ਼ਾ ਤੇ ਉਹਨੂੰ ਵਰਕ ਪਰਮਿਟ ਮਿਲੇਗਾ। ਸੋ ਜੋ ਖਰਚਾ ਹੈ, ਸਪੋਜ਼ ਲੈਟਸ ਟੇਕ ਐਨ ਐਗਜ਼ਾਮਪਲ ਕਿ ਅਗਰ ਲੜਕੀ ਅਗਰ ਹੈ ਕੋਈ, ਅਸੀਂ ਚੂਜ਼ ਕਰ ਪੜ੍ਹੀ ਲਿਖੀ ਹੈ ਜਿਹਦੇ ਕੋਲ ਆਈਲੈਟਸ ਹੈ, ਰੀਜ਼ਨੇਬਲ ਐਜੂਕੇਸ਼ਨ ਹੈ, 12ਵੀਂ ਕਲਾਸ ਹੈ, ਜੋ ਵੀ ਕੁਛ ਹੈ, ਪੈਸਾ ਸ਼ੋ ਕਰ ਰਹੇ ਹੋ ਤੁਸੀਂ, ਇਹ ਪੈਸਾ ਉਹਦੇ ਕੋਲ ਹੈ, ਐਡਮਿਸ਼ਨ ਹੋ ਗਿਆ ਕਿਸੇ ਵੀ ਕਾਲਜ, ਐਡਮਿਸ਼ਨ ਹੋ ਗਿਆ, ਅੱਜ ਕੱਲ੍ਹ ਕਾਲਜ ਮਾਰੇ ਮਾਰੇ ਫਿਰਦੇ ਐਡਮਿਸ਼ਨ, ਉਹ ਕਹਿੰਦੇ ਆਓ ਤੁਸੀਂ ਕੋਈ ਐਡਮਿਸ਼ਨ ਸਾਨੂੰ ਦੇਣ, ਸਾਨੂੰ ਤਾਂ ਰੈਵਨਿਊ ਚਾਹੀਦਾ, ਤੇ ਉਹ ਐਡਮਿਸ਼ਨ ਤੁਹਾਨੂੰ ਦੇ ਗਏ, ਇੱਕ ਸਾਲ ਦੋ ਸਾਲ ਦੇ ਡਿਪਲੋਮਾ ਚ ਇਮੀਡੀਏਟਲੀ ਆ ਗਏ। ਉਹਦੇ ਬਾਅਦ ਫਿਰ ਲੜਕੀ ਗਈ ਮੈਰਿਜ ਕਰਾਉਣ ਗਈ, ਇੱਕ ਸਮੈਸਟਰ ਬਾਅਦ ਜਾਂ ਇੱਕ ਮਹੀਨੇ ਬਾਅਦ ਮੈਰਿਜ ਕਰਾਇਆ, ਮੈਰਿਜ ਸਰਟੀਫਿਕੇਟ ਆਲਰੇਡੀ ਹੈ, ਹਸਬੈਂਡ ਲਈ ਅਪਲਾਈ ਕਰੋ ਸਪਾਊਸ ਵੀਜ਼ਾ, ਹਸਬੈਂਡ ਨੂੰ ਲਿਆਏ, ਹਸਬੈਂਡ ਕੰਮ ਤੇ ਲੱਗ ਗਿਆ ਜੀ, ਹਸਬੈਂਡ ਪੈਸੇ ਕਮਾ ਰਿਹਾ ਤੇ ਨਾਲ ਆਪਣਾ ਪਹੁੰਚ ਵੀ ਗਿਆ ਤੇ ਨਾਲ ਆਪਣੇ ਜਿਹੜੀ ਵਾਈਫ ਨਾਲ ਉਹ ਪੱਕਾ ਹੋ ਜਾਏਗਾ। ਦਿਸ ਇਜ਼ ਅ ਬਿਗ ਗੇਮ ਇਨ ਪੰਜਾਬ ਰਾਈਟ ਨਾਓ।
ਆਈ ਐਮ ਸ਼ੋਰ ਇਨ ਅਦਰ ਪਲੇਸਿਸ ਆਲਸੋ, ਪਰ ਪੰਜਾਬ ਤੇ ਹੈ ਹੀ ਹੈ, ਗੇਮ ਤੇ ਹੈ, ਸਾਰਿਆਂ ਨੂੰ ਪਤਾ ਇਸ ਵਕਤ ਤੇ ਸਾਰਿਆਂ ਦਾ ਨਿਸ਼ਾਨਾ ਇਹੀ ਹੈ ਕਿ ਵੀ ਰਿਸ਼ਤਾ ਇਹੋ ਜਿਹਾ ਕਰੋ ਕਿ ਜਿੱਥੇ ਪੀ ਆਰ ਦੀ ਫਾਈਲ ਲੱਗ ਜਾਏ ਐਟ ਲੀਸਟ, ਜਾਂ ਮੇਰਾ ਮੇਰਾ ਜਿਹੜਾ ਬੇਟਾ ਹੈ ਉਹ ਹਸਬੈਂਡ ਬਣ ਕੇ ਚਲੇ ਜਾਏ। ਲੇਕਿਨ ਪ੍ਰੋਬਲਮ ਇੱਥੇ ਹੁੰਦੀ ਹੈ ਕਿ ਜਿਹੜੇ ਮੈਂ ਕੇਸਿਸ ਦਾ ਜ਼ਿਕਰ ਕੀਤਾ ਕਿ ਵੀ ਲੜਕੀ ਆ ਤੇ ਗਈ, ਤੁਸੀਂ ਪੈਸਾ ਵੀ ਖਰਚ ਕਰਤਾ ਕਿਸੇ ਨੇ 20 ਲੱਖ। ਕੱਲ ਪਰਸੋਂ ਮੈਂ ਇੱਕ ਫੇਸਬੁੱਕ ਤੇ ਇਹ ਪਾਈ ਸੀ ਆਪਣੀ ਇੱਕ ਵੀਡੀਓ, ਜਿਹਦੇ ਵਿੱਚ ਕੋਈ ਆਪਣਾ ਇੱਕ ਫੈਮਿਲੀ ਦੁਖੜਾ ਰੋ ਰਹੀ ਸੀ ਕਿ ਵੀ ਉਹਨਾਂ ਦੇ 37 ਲੱਖ ਰੁਪਏ ਖਰਚ ਹੋ ਗਏ ਲੜਕੀ ਤੇ, ਪੜ੍ਹਾਈ ਕਰਕੇ ਜਾਂ ਫਲਾਨਾ ਇੱਧਰ ਉੱਧਰ ਸਮਾਨ ਮੈਰਿਜ ਦਾ ਕਰਕੇ ਸਾਰਾ 37 ਲੱਖ ਰੁਪਏ। ਹਾਂਜੀ, ਤੇ ਉਹਦੇ ਬਾਅਦ ਲੜਕੀ ਮੁਕਰ ਗਈ ਤੇ ਹੁਣ ਲੜਕੀ ਨੇ ਵਿਆਹ ਕਿਤੇ ਹੋਰ ਕਰਾ ਲਿਆ, ਮਤਲਬ ਕੈਨੇਡਾ ਹੀ ਕੋਈ ਸੈਟਿੰਗ ਹੋ ਗਈ, ਤੇ ਉਹ ਜਿਹੜਾ ਜਿਹਦੇ ਨਾਲ ਪਹਿਲਾਂ ਜਿਹੜਾ ਕੰਟਰੈਕਟ ਸੀ ਉਹ ਉਦਾਂ ਹੀ ਖਾਲੀ ਬੈਠੇ ਰਹਿ ਗਏ। ਹਾਂ, ਸੋ ਇਸ ਕਰਕੇ ਵੀ ਧੋਖਾ ਹੋ ਰਿਹਾ ਹੈ ਤੇ ਹੁਣ ਮਤਲਬ ਇਟਸ ਕੁਆਇਟ ਕਾਮਨ, ਤੇ ਸਰਕਾਰਾਂ ਨੂੰ ਕੁਛ ਹੈ ਹੀ ਨਹੀਂ ਪਈ। ਇਹ ਤੇ ਇਲੀਗਲ ਤੁਹਾਡੀ ਅੰਡਰਸਟੈਂਡਿੰਗ ਹੈ, ਕਿਸੇ ਨੂੰ ਸਪੋਂਸਰ ਕਰਨਾ ਨਹੀਂ ਕਰਨਾ, ਸਰਕਾਰ ਕੀ ਕਰੇਗੀ, ਤੁਹਾਡੇ ਪੈਸੇ ਗਏ। ਸੋ ਇਸ ਕਰਕੇ ਦਿਸ ਇਜ਼ ਆਲਸੋ ਰਿਸਕੀ। ਦੇਖੋ, ਇਮੀਗ੍ਰੇਸ਼ਨ ਦੀ ਜਿਹੜੇ ਰੂਲਸ ਹੈ, ਐਪਲੀਕੇਸ਼ਨ ਕਾਨੂੰਨ ਹੈ, ਕੈਨੇਡੀਅਨ ਸਰਕਾਰ, ਅਮੈਰੀਕਨ ਸਰਕਾਰਾਂ ਨੇ ਬਣਾਏ ਹੋਏ, ਲੇਕਿਨ ਆਪ ਆਪਣੇ ਤਰੀਕੇ ਨਾਲ ਆਪਾਂ ਉਸ ਚੀਜ਼ ਨੂੰ ਮੈਨੂਪੁਲੇਟ ਕਰਦੇ ਹਾਂ, ਤੇ ਕਿਸੇ ਨਾਲ ਕੁਝ ਵਧੀਆ ਹੋ ਜਾਂਦਾ, ਕਿਸੇ ਨਾਲ ਧੋਖਾ ਹੋ ਜਾਂਦਾ, ਤੇ ਹੋਈ ਕੰਮ ਹੋਈ ਜਾ ਰਿਹਾ। ਅੱਛਾ, ਜਿਹੜੇ ਜੈਨੂਅਨ ਕੇਸ ਹੈ, ਜਿਹੜੇ ਜੈਨੂਅਨ ਸਪਾਊਸ ਵੀਜ਼ਾ ਹੈ, ਅੱਛਾ ਅੱਜ ਕੱਲ੍ਹ ਇੰਟਰਵਿਊ ਬਹੁਤ ਆ ਰਹੇ, ਪਹਿਲਾਂ ਇੰਟਰਵਿਊ ਨਹੀਂ ਆਉਂਦੇ ਸਨ, ਅੱਜ ਕੱਲ੍ਹ ਹਰੇਕ ਦਾ ਮਤਲਬ ਹਰੇਕ ਨਹੀਂ ਕਾਫੀ ਮੈਜੋਰਿਟੀ ਵਿੱਚ ਇੰਟਰਵਿਊ ਆਉਂਦਾ। ਜਦ ਤੁਸੀਂ ਲੜਕੀ ਆ ਕੇ ਮੈਰਿਜ ਕਰਦੀ ਹੈ, ਪੰਜਾਬ ਆਈ, ਠੀਕ ਹੈ ਜੀ, ਇੱਕ ਸਮੈਸਟਰ ਬਾਅਦ ਉਹਨੂੰ ਛੁੱਟੀ ਮਿਲੀ, ਲੈਟਸ ਸੇ ਕਿ 2 ਹਫ਼ਤੇ 3 ਹਫ਼ਤੇ ਛੁੱਟੀ ਮਿਲੀ, ਇਮੀਡੀਏਟਲੀ ਟਿਕਟ ਬੁੱਕ ਕਰਾਈ, ਤੁਸੀਂ ਪੰਜਾਬ ਪਹੁੰਚ ਕੇ ਜੀ ਉੱਥੇ ਮੈਰਿਜ ਕਰ ਲਈ, ਮੈਰਿਜ ਕਰ ਲਈ, ਠੀਕ ਹੈ, ਮੈਰਿਜ ਕਰਕੇ ਯੂ ਹੈਵ ਲਿਟਲ ਟਾਈਮ, ਬੇਬੀ 10 ਦਿਨ ਹੈ, ਤੁਸੀਂ ਆਪਣਾ ਹਨੀਮੂਨ ਵਾਲਾ ਸੈਰ ਸਪਾਟਾ ਕਰ ਲਓ, ਤੁਹਾਡੇ ਕੋਲ ਜ਼ਿਆਦਾ ਕੋਈ ਇੱਕ ਫਿਜ਼ੀਕਲ ਲਿਵਿੰਗ ਅਰੇਂਜਮੈਂਟ ਸ਼ੋਅ ਕਰਨ ਲਈ ਤੁਹਾਡੇ ਕੋਲ ਜ਼ਿਆਦਾ ਕੋਈ ਸਮਾਨ ਨਹੀਂ ਹੈ, ਕੋਈ ਫੋਟੋਆਂ ਵੀ ਲਿਮਿਟਡ ਹੈ, ਕੋਈ ਜਿੱਥੇ ਤੁਸੀਂ ਰਹੇ, ਉਹਦੇ ਬਾਅਦ ਫਿਰ ਟਾਈਮ ਹੋ ਗਿਆ ਜੀ, ਚਲੋ ਜੀ ਸਮੈਸਟਰ ਪੂਰਾ ਕਰਨਾ, ਚਲੋ ਜੀ ਪੜ੍ਹਾਈ ਕਰੋ, ਚਲੇ ਗਏ। ਜਦੋਂ ਕੁੜੀ ਚਲੀ ਗਈ, ਫਿਰ ਮੁੰਡੇ ਨੇ ਲਾਇਆ ਵਰਕ ਪਰਮਿਟ ਬੇਸਡ ਔਨ ਸਪਾਊਸ, ਤੇ ਫਿਰ ਉਹ ਮਤਲਬ ਵੀਜ਼ਾ ਆਫਿਸ ਦੇਖਦੇ ਆ ਕਿ ਤੁਹਾਡੇ ਕੋਲ ਕੋਈ ਰਿਕਾਰਡ ਤੇ ਹੈ ਹੀ ਨਹੀਂ ਹੈ ਵੀਜ਼ਾ। ਜਦ ਕੁੜੀ ਦਾ ਵੀਜ਼ਾ ਲੱਗਿਆ, 1 ਮਹੀਨੇ ਬਾਅਦ ਦੀ ਮੈਰਿਜ ਹੋ ਗਈ, ਜਾਂ 1 ਮਹੀਨੇ ਤੋਂ ਬਾਅਦ ਮੈਰਿਜ ਹੋ ਗਈ, ਮੈਰਿਜ ਦੇ ਬਾਅਦ ਤੁਸੀਂ ਇਕੱਠੇ, ਤੁਸੀਂ 2 ਹਫ਼ਤੇ ਮਸਾਂ ਤੁਸੀਂ ਇਕੱਠੇ ਰਹੇ ਹੋ, ਹਾਊ ਔਨ ਅਰਥ ਆਰ ਯੂ ਪ੍ਰੂਵਿੰਗ ਜੈਨੂਅਨ ਹਸਬੈਂਡ ਵਾਈਫ ਰਿਲੇਸ਼ਨਸ਼ਿਪ? ਤੁਹਾਡੇ ਕੋਲ ਕੋਈ ਸਮਾਨ ਹੀ ਨਹੀਂ ਹੈ, ਨਾ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ। ਕਈ ਵਾਰ ਇੰਟਰਵਿਊ ਕਰਕੇ ਉਹਨਾਂ ਨੇ ਹਸਬੈਂਡ ਨੂੰ ਇੰਟਰਵਿਊ ਕੀਤਾ, ਉਹਨਾਂ ਨੂੰ ਪੁੱਛਿਆ ਕਿ ਵੀ ਵੇਅਰ ਇਜ਼ ਯੋਰ ਵਾਈਫ, ਕਿਹੜੇ ਕਾਲਜ ਪੜ੍ਹ ਰਹੀ ਹੈ, ਕਿਹੜਾ ਸਬਜੈਕਟ ਪੜ੍ਹ ਰਹੀ ਹੈ, ਕਿੰਨੇ ਯੂਨਿਟਸ ਉਹ ਪੜ੍ਹ ਚੁੱਕੀ ਹੈ, ਇਸ ਤੋਂ ਬਾਅਦ ਕਿੰਨੇ ਯੂਨਿਟਸ ਨੇ ਪੂਰੇ ਕਰਨੇ, ਡਿਪਲੋਮਾ ਕਿੰਨਾ, ਕਿੱਥੇ ਰਹਿ ਰਹੀ ਹੈ, ਕਿਹੜੇ ਅਪਾਰਟਮੈਂਟ 'ਚ ਰਹਿ ਰਹੀ, ਉਹਨਾਂ ਨੂੰ ਕੁਝ ਨੌਲੇਜ ਹੀ ਨਹੀਂ ਹੈ। ਮਤਲਬ ਉਹ ਫਿਰ ਉਹ ਇਸ ਕਰਕੇ ਉਹ ਬਿਕੋਜ਼ ਆਫ ਜੈਨੂਇਨਨੈਸ ਇਸ ਕਾਲ R205C2, ਕਿ ਬਿਕੋਜ਼ ਆਫ ਜੈਨੂਇਨਨੈਸ ਆਫ ਮੈਰਿਜ ਰਿਲੇਸ਼ਨਸ਼ਿਪ ਅਸੀਂ ਨਹੀਂ ਦੇਖਦੇ, ਸਰ ਤੁਹਾਡੇ ਕੋਲ ਕੁਝ ਹੈ ਨਹੀਂ, ਤੁਸੀਂ ਰਿਜੈਕਟ। ਹੁਣ ਸਵਾਲ ਹੈ ਕਿ ਉੱਥੇ ਤੇ ਉਹਨਾਂ ਨੇ ਖਰਚਾ ਕਰ ਲਿਆ 20-25 ਲੱਖ ਦਾ, ਇੱਥੇ ਤੁਹਾਡਾ ਜਿਹੜਾ ਜੈਨੂਇਨਨੈਸ ਪ੍ਰੂਵ ਨਹੀਂ ਹੋਈ। ਸੋ ਉਹ ਮੁੰਡਾ ਇੱਥੇ ਬੈਠਾ ਹੈ ਤੇ ਕੁੜੀ ਉੱਧਰ ਬੈਠੀ ਹੈ, ਤੇ ਹੁਣ ਤੁਸੀਂ ਰੋਪਿਟ ਸ਼ੁਰੂ ਕਰੀ ਜਾਓ, ਤੇ ਹੁਣ ਕਰ ਲਓ ਕਿੱਦਾਂ ਵੀਜ਼ਾ ਮਿਲਦਾ ਤੁਹਾਨੂੰ। ਦਿਸ ਇਜ਼ ਅ ਮੇਜਰ, ਆਈ ਥਿੰਕ ਮੇਜਰ ਸੋਸ਼ਲ ਪ੍ਰੋਬਲਮ ਇਨ ਪੰਜਾਬ, ਐਂਡ ਆਈ ਸੀ ਸੋ ਮੈਨੀ ਕੇਸਿਸ, ਜੋ ਮੈਂ ਲੁਧਿਆਣੇ ਮੈਂ ਜੋ ਜਿਹਨਾਂ ਲੋਕਾਂ ਨੂੰ ਮਿਲਿਆ, ਐਕਚੁਲੀ ਮੇਰੇ ਖਿਆਲ ਹੈ ਕਿ 90% ਤੋਂ ਜ਼ਿਆਦਾ ਇਸ ਤਰ੍ਹਾਂ ਦੇ ਕੇਸਿਸ ਸੀਗੇ ਜਿੱਥੇ ਮਤਲਬ ਕਿ ਸਪਾਊਸ ਵੀਜ਼ਾ ਅਪਲਾਈ ਕੀਤਾ ਲੇਕਿਨ ਜੈਨੂਇਨਨੈਸ ਪ੍ਰੂਵ ਨਹੀਂ ਹੋਈ। ਔਨ ਟੋਪ ਆਫ ਦੈਟ ਸਮ ਪੀਪਲ ਹੈਵ ਯੂਜ਼ ਫਰੋਡ ਡਾਕੂਮੈਂਟ, ਜਿਸ ਤਰ੍ਹਾਂ ਏਜੰਟਾਂ ਨੂੰ ਇਹ ਨਹੀਂ ਪਤਾ ਕਿ ਡਾਕੂਮੈਂਟ ਕਿਹੜੇ ਕਿਹੜੇ ਲਾਣੇ ਹੈ। ਕਈ ਵਾਰ ਏਜੰਟਾਂ ਨੇ ਜਿਹੜੇ ਲੋਕਲ ਟਰੈਵਲ ਏਜੰਟ ਹੈ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਹੋਰ ਕੋਈ ਲਾਉਂਦੇ, ਉਹਨਾਂ ਨੂੰ ਵਿਜ਼ਟਰ ਵੀਜ਼ਾ ਲਾ ਦਿਓ, ਵਿਜ਼ਟਰ ਵੀਜ਼ਾ ਮਿਲਦਾ ਨਹੀਂ। ਅੱਛਾ, ਫਿਰ ਕੁਝ ਕਈਆਂ ਨੇ ਇਸ ਤਰ੍ਹਾਂ ਕਿਹਾ ਵੀ ਤੁਸੀਂ ਆਪਣੇ ਜਿਹੜੇ ਹਸਬੈਂਡ ਦੀ ਇੱਕ ਪੋਜੀਸ਼ਨ ਸ਼ੋਅ ਕਰਨ ਲਈ ਜੀ ਉਹਨਾਂ ਨੂੰ ਇਨਕਮ ਦਿਖਾਓ, ਕਿਸੇ ਨੇ ਇਨਕਮ ਦਾ ਗਲਤ ਨੌਕਰੀ ਦਾ ਕਾਗਜ਼ ਲਾਤਾ ਜੀ, ਕਿਸੇ ਨੇ ਬੈਂਕ ਵਿੱਚ ਜ਼ਿਆਦਾ ਫਰੈਸ਼ ਡਿਪੋਜ਼ਿਟ ਸ਼ੋਅ ਕਰਤਾ ਜੀ ਵੀ ਤੁਹਾਡੇ ਕੋਲ ਪੈਸਾ ਹੀ ਬਹੁਤ ਹੈ, ਕਿਸੇ ਨੇ ਕੋਈ ਐਜੂਕੇਸ਼ਨ ਗਲਤ ਸ਼ੋਅ ਕਰਤੀ, ਉਹ ਜਦ ਟ੍ਰੈਪ ਹੋ ਗਏ ਤੇ ਮਿਸ ਰਿਪ੍ਰੈਜੈਂਟੇਸ਼ਨ ਕਰਕੇ ਉਹ 5 ਸਾਲ ਲਈ ਬੈਨ ਵੀ ਹੋ ਗਏ। ਦੈਟ ਮੀਨਸ ਕਿ ਲੜਕੀ ਦਾ ਖਰਚਾ ਗਿਆ, 5 ਸਾਲ ਲਈ ਇੱਥੇ ਹੁਣ ਬੈਨ ਸ਼ੁਰੂ ਹੋ ਗਿਆ। ਇਹਦੇ 'ਚ ਹੋਰ ਵੀ ਪ੍ਰੋਬਲਮ, ਮਤਲਬ ਜਿਹੜੇ ਜਿਹੜੀਆਂ ਰਿਸ਼ਤਿਆਂ ਦੀਆਂ ਪ੍ਰੋਬਲਮਸ ਆਉਂਦੀਆਂ, ਜੇ ਫਰਜ ਕਰੋ ਉਹ ਲੜਕੀ ਨੂੰ ਇੱਥੇ ਪੀਆਰ ਨਹੀਂ ਮਿਲਦਾ, ਹਾਂ, ਅੱਛਾ, ਤੇ ਉਹ ਲੜਕਾ ਵੀ ਇੱਥੇ ਆਇਆ, ਹਾਂ, ਉਹਨਾਂ ਨੇ ਸੱਦ ਲਿਆ ਪਹਿਲਾਂ, ਉਹਨੇ ਸਾਡਾ ਜੀ ਵਿਆਹ ਸ਼ਾਦੀ ਹੋ ਗਈ, ਹਾਂ, ਤੇ ਉਹ ਜੇ ਪੀਆਰ ਨਹੀਂ, ਉਹਨੂੰ ਲੜਕੀ ਨਹੀਂ ਮਿਲਦਾ, ਤੇ ਮਤਲਬ ਉਹ ਲੜਕੇ ਨੂੰ ਨਹੀਂ ਮਿਲਣਾ, ਬਿਲਕੁਲ ਨਹੀਂ, ਬਿਲਕੁਲ ਨਹੀਂ ਮਿਲਣਾ ਲੜਕੀ ਨੂੰ। ਤਾਂ ਪੀਆਰ ਨੋਰਮਲੀ, ਅਗਰ ਲੜਕੀ ਅਗਰ ਨੋਰਮਲ ਬੈਕਗ੍ਰਾਉਂਡ ਹੈ, ਜਿਸ ਤਰ੍ਹਾਂ 2 ਸਾਲ ਦਾ ਡਿਪਲੋਮਾ ਹੈ ਜਾਂ 3 ਸਾਲ ਦਾ ਵਰਕ ਪਰਮਿਟ ਮਿਲਦਾ ਉਹਨੂੰ, ਫਿਰ ਉੱਥੇ ਉਹ ਕੰਮ ਕਰਦੀ ਹੈ, ਬੇਸਿਕ ਜੋ ਮਿਨੀਮਮ ਐਕਸਪੀਰੀਅੰਸ ਹੈ, ਅਗਰ ਪੁਆਇੰਟਸ ਵਗੈਰਾ ਉਹਦੇ ਬਣਦੇ ਆ, ਤੇ ਲੜਕੀ ਨੂੰ ਤੇ ਪੀ ਆਰ ਮਿਲ ਹੀ ਜਾਏਗੀ।
ਟਾਈਮ ਨਾਲ ਮਿਲੇਗੀ, ਇਮੀਡੀਏਟਲੀ ਨਹੀਂ, ਦੇਰ ਇਜ਼ ਅ ਵੇਟਿੰਗ ਟਾਈਮ, ਯੂ ਨੋ, ਪੂਰਾ ਸਾਰਾ ਕਰਦੇ ਕਰਦੇ ਇਹ ਸਾਰੇ ਜਿਹੜੀ ਤਪੱਸਿਆ ਕਰਨੀ ਹੈ, ਸਾਰੇ 4-5 ਸਾਲ ਦਾ ਇੱਕ ਹੈ ਪੂਰਾ ਇੱਕ ਉਹ ਹੈ, ਮਿਹਨਤ ਮੁਸ਼ਕਤ ਹੈ, ਪਰ 4-5 ਸਾਲ ਦੀ ਇੱਕ ਹੈ ਸਾਰਾ, ਤੇ ਉਹਦੇ ਨਾਲ ਤੇ ਲੜਕੀ ਨੂੰ ਮਿਲ ਜਾਏਗੀ। ਪ੍ਰੋਬਲਮ ਇਹ ਹੋਏਗੀ ਕਿ ਅਗਰ ਅਗਰ ਹਸਬੈਂਡ ਨੂੰ ਮਿਸਰੈਪ੍ਰੈਜੈਂਟੇਸ਼ਨ ਦਾ ਬੈਨ ਲੱਗਿਆ, ਫਿਰ ਲੜਕੀ ਤੇ ਬਣ ਜਾਏਗੀ, ਲੇਕਿਨ ਲੜਕਾ 5 ਸਾਲ ਤੱਕ ਕੁਛ ਨੀ ਬਣ ਸਕਦਾ। ਪ੍ਰੋਬਲਮ ਇਜ਼ ਦਿਸ, ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਨਾ ਆਪਣੇ ਘਰ। ਹਾਂਜੀ, ਹੈਲੋ, ਦੇਖਦੇ ਆਪ ਜਿਹੜੇ ਬਾਕੀ ਲੋਕ ਸੁਣ ਰਹੇ ਉਹਨਾਂ ਨੂੰ ਪਤਾ ਲੱਗ ਜਾਏ। ਤੁਹਾਡਾ ਸਵਾਲ ਇਹ ਹੈ ਕਿ ਜਿਹੜੇ ਲੋਕ PR ਲਈ ਵੇਟ ਕਰ ਰਹੇ ਹੈ ਉਹ 20 ਆਵਰਸ ਤੋਂ ਵੱਧ ਕੰਮ ਕਰ ਸਕਦੇ ਹੈ, ਇਹ ਨਾ ਸਵਾਲ? ਹਾਂ, ਇਸ That's good. Dekho, is tarah hai, it all depends on the category. Jera 20 hours di limitation hai, oh sirf studentan layi hai. Jad ek baar student status te tusi lang ke tusi work permit status te aa gaye ya nominee status vich aa gaye, phir te koi is tarah di bandish nahi hai, phir tusi unlimited number of hours kam kar sakde ho. Student di limitation hai 20 hours, hor kise di nahi. ਨਹੀਂ, ਉਹ ਤੇ ਦੇਖੋ ਕਰ ਰਹੇ ਆ, ਫਿਰ ਤੇ ਗੱਲ ਬੱਚੇ ਮਤਲਬ ਕਿ ਸਟੂਡੈਂਟ ਦੇਖੋ, ਅਗਰ ਇਹ ਤੇ ਉਹਨਾਂ ਨੂੰ ਆਪ ਪਤਾ ਹੋਏਗਾ, ਜੋ ਸਟੂਡੈਂਟ ਹੈ ਉਹਦੇ ਕੋਲ ਸਟੂਡੈਂਟ ਪਰਮਿਟ ਵੈਲਿਡ ਹੋਏਗਾ ਤੇ ਫੁੱਲ ਟਾਈਮ ਉਹ ਸਟੱਡੀ ਆਲਰੇਡੀ ਇਨਰੋਲਡ ਉਹਦੀ ਫੁੱਲ ਸਟੈਂਡਿੰਗ ਹੋਏਗੀ ਕਾਲਜ ਵਿੱਚ, ਤਾਂ ਮੰਨਿਆ ਜਾਏਗਾ ਸਟੂਡੈਂਟ ਹੈ। ਅਗਰ ਉਹ ਦੋਨਾਂ ਕੰਡੀਸ਼ਨਾਂ ਵਿੱਚ ਅਗਰ ਇੱਕ ਵੀ ਕੰਡੀਸ਼ਨ ਵਾਇਲੇਟ ਹੋ ਗਈ, ਦੈਟ ਮੀਨਸ ਹੀ ਇਜ਼ ਨਾਟ ਅ ਸਟੂਡੈਂਟ। ਅਗਰ ਉਹ ਸਟੂਡੈਂਟ ਹੈ ਤੇ ਸਟੂਡੈਂਟਾਂ ਨੂੰ ਆਪ ਪਤਾ ਹੈ, ਕਾਲਜ ਦੇ ਐਡਵਾਈਜ਼ਰਾਂ ਨੂੰ ਆਪ ਟਾਈਮ ਐਂਡ ਅਗੇਨ ਦੱਸਦੇ ਹੁੰਦੇ ਕਿ ਵੀ ਤੁਸੀਂ 20 ਆਵਰਸ ਹੀ ਕਰਨਾ ਹੈ, ਲੇਕਿਨ ਉਹ ਬਸ ਗੱਲ ਇਹ ਨਾ ਕਿ ਅਸੀਂ ਸੋਚਦੇ ਹਾਂ ਕਿ ਵੀ ਲੋਕੀ ਤੇ ਅਸੀਂ ਦੱਸੀ ਜਾ ਰਹੇ, ਸਾਨੂੰ ਕੀ ਮਤਲਬ, ਅਸੀਂ ਨਹੀਂ ਪਰਵਾਹ ਕਰਦੇ, ਅਸੀਂ ਤੇ ਕੰਮ ਕਰਾਂਗੇ ਕਿ ਅਸੀਂ ਤੇ ਪੈਸੇ ਕਮਾਉਣੇ। ਸੋ ਇਸ ਕਰਕੇ ਬਸ ਇਹ ਦੁਨੀਆ ਇਸ ਤਰ੍ਹਾਂ ਚੱਲੀ ਜਾ ਰਹੀ ਹੈ। ਲਾਅ ਐਂਡ ਆਰਡਰ ਦੇਖੋ, ਆਪਾਂ ਲਾਅ ਐਂਡ ਆਰਡਰ ਕੈਨੇਡਾ ਨੂੰ, ਮੈਂ ਸਮਝਦਾ ਕਿ ਲੋਕੀ ਮੈਨੂੰ ਪੁੱਛਦੇ ਵੀ ਕੈਨੇਡਾ ਵਿੱਚ ਖਾਸੀਅਤ ਕੀ ਹੈ, ਮੈਂ ਇੱਕ ਖਾਸੀਅਤ ਤੇ ਹਜ਼ਾਰੋਂ ਹਾਂ, ਪਰ ਮੈਂ ਸਮਝਦਾ ਕਿ ਜਿਹੜੀ ਕੈਨੇਡਾ ਦੀ ਖਾਸੀਅਤ ਹੈ ਉਹ ਹੈ ਲਾਅ ਐਂਡ ਆਰਡਰ, ਕਾਨੂੰਨ ਦੀ। ਅਗਰ ਕਾਨੂੰਨ ਹੀ ਨਹੀਂ ਰਿਹਾ ਤੇ ਫਿਰ ਕੈਨੇਡਾ ਦੇ ਵਿੱਚ ਬਾਕੀ ਕੰਟਰੀ ਜ਼ਿਆਦਾ ਫਰਕ ਨਹੀਂ ਰਹਿ ਜਾਣਾ। ਹਾਂ, ਇਹ ਭੈਣ ਜੀ, ਮੈਂ ਤੇ ਐਕਚੁਅਲੀ ਇਹਦੇ ਬਾਰੇ ਮੈਂ ਕੀ ਦੱਸਾਂ, ਮੈਂ ਕਈ ਵਾਰ ਸੰਗਤ ਸਾਹਿਬ ਨੂੰ ਪਤਾ, ਮੈਂ ਇਹਦਾ ਇੱਕ ਐਗਜ਼ਾਮਪਲ ਮੈਂ ਪਿਛਲੇ ਸਾਲ ਵੀ ਮੈਂ ਦੇ ਚੁੱਕਿਆ ਕਿ ਹੁਣ ਇਹ ਸਮਰ ਸੀਜ਼ਨ ਆ ਗਿਆ, ਕੰਸਟਰਕਸ਼ਨ ਚੱਲ ਰਹੀ ਹੈ ਹਰ ਜਗ੍ਹਾ ਐਡਮਿੰਟਨ, ਫਾਰਮ ਵੀ ਹੈ, ਮਤਲਬ ਹਰੇਕ ਜਗ੍ਹਾ ਇਸ ਵਕਤ ਪ੍ਰਾਈਮ ਟਾਈਮ ਹੈ ਕਿ ਜਿਹਨਾਂ ਨੂੰ ਕੰਮ ਕਰਨਾ ਹੈ ਉਹ ਕੰਮ ਕਰ ਸਕਦੇ ਹੈ, ਤੇ ਵਿਜ਼ਟਰ ਵਾਲੇ ਵੀ ਇਸੇ ਸੀਜ਼ਨ ਦਾ ਫਾਇਦਾ ਲੇਕਰ, ਉਹ ਵਿਜ਼ਟਰ ਵੀਜ਼ਾ ਜਿਹਨਾਂ ਕੋਲ ਲੱਗੇ ਹੋਏ 10-10 ਸਾਲ ਦੇ, ਉਹ ਕਹਿੰਦੇ ਚਲੋ ਕੈਨੇਡਾ ਹੁਣ ਟਾਈਮ ਖੁੱਲ ਗਿਆ, ਉੱਥੇ ਸਨੋਅ ਨਹੀਂ ਹੈ, ਉਹਨਾਂ ਨੂੰ ਪਤਾ ਹੈ ਕਿ ਇੱਥੇ ਭਾਵੇਂ ਜਿਸ ਤਰ੍ਹਾਂ ਫਾਰਮ 'ਚ ਕੰਮ ਕਰ ਸਕਦੇ ਹੈ, ਬੇਰੀਆ ਪਿਕਅਪ ਕਰ ਸਕਦੇ ਹੈ, ਜਾਂ ਜਿਸ ਤਰ੍ਹਾਂ ਕੰਸਟਰਕਸ਼ਨ ਕੰਮ ਹੋ ਰਿਹਾ, ਕੰਸਟਰਕਸ਼ਨ ਵਿੱਚ ਲੇਬਰ ਹੈ, ਸਮਾਨ ਚੱਕ ਕੇ ਇੱਧਰ ਰੱਖਣਾ ਉੱਧਰ ਰੱਖਣਾ, ਇਸ ਤਰ੍ਹਾਂ ਦਾ ਕੰਮ ਕਰਦੇ ਹੈ, ਤੇ ਅਗਲੇ ਇਹ ਸੋਚਦੇ ਹੈ ਕਿ ਵੀ ਹੁਣ ਵਿਜ਼ਟਰ ਵੀਜ਼ਾ ਅਸੀਂ 6 ਮਹੀਨੇ ਦੀ ਮਿਆਦ ਲੈ ਕੇ ਆ ਗਏ ਹੈ, ਤੇ ਜਾਂਦੇ ਜਾਂਦੇ ਕੁਝ ਨਾ ਕੁਝ $15,000 ਲੈ ਕੇ ਜਾਈਏ, ਮਤਲਬ ਇਟ ਇਜ਼ ਹਾਈਲੀ ਇਰਰੈਸਪੋਂਸੀਬਲ, ਅਸੀਂ ਸੋਚ ਵੀ ਕਿੱਦਾਂ ਸਕਦੇ ਹਾਂ। ਅੱਛਾ, ਮਜ਼ੇ ਦੀ ਗੱਲ ਇਸ ਤਰ੍ਹਾਂ ਹੈ ਕਿ ਲੋਕੀ ਕੰਮ ਵੀ ਕਰਵਾ ਵੀ ਰਹੇ ਹੈ, ਉਹ ਵੀ ਕਹਿੰਦੇ ਅਸੀਂ ਨੀ ਪਰਵਾਹ ਕਰਦੇ, ਤੁਸੀਂ ਕੰਮ ਕਰੋ ਜੀ, ਸਾਨੂੰ ਟੈਕਸ ਦੇਣਾ ਨੀ ਪਏਗਾ, ਉਹ ਵੀ ਲੋਕੀ ਇਸ ਤਰ੍ਹਾਂ ਕਰੀ ਜਾ ਰਹੇ। ਪਰ ਮੈਂ ਮਤਲਬ ਦੇਖ ਕੇ, ਦੇਖੋ ਤੁਸੀਂ ਆਪਣੇ ਆਪਣੀ ਆਤਮਾ ਨੂੰ ਪੁੱਛੋ ਕਿ ਅਸੀਂ ਤੇ ਜਦ ਵਿਜ਼ਟਰ ਵੀਜ਼ਾ ਅਸੀਂ ਭਰਦੇ ਹਾਂ ਫਾਰਮ, ਤਾਂ ਅਸੀਂ ਤੇ ਵੱਧ ਚੱਤ ਕੇ ਕਹਿੰਦੇ ਕਿ ਜੀ ਅਸੀਂ ਤੇ ਸ਼ਾਹੀ ਖਾਨਦਾਨ ਹੈ ਸਾਡਾ ਜੀ, ਸਾਡੇ ਕੋਲ ਪੈਸੇ ਦੀ ਕਮੀ ਨਹੀਂ, ਅਸੀਂ ਤਾਂ ਬਸ ਜਾ ਕੇ ਉੱਥੇ ਮੁੜੇ ਆਉਣਾ, ਬਸ ਵੈਸਟ ਐਡਮਿੰਟਨ ਮਾਲ ਸ਼ੋਪਿੰਗ ਕਰਨ ਜਾਣਾ ਬਸ, ਤੇ ਇੱਥੇ ਆ ਕੇ ਸਾਡੇ ਕਾਰਨਾਮੇ ਕੁਛ ਹੋਰ ਹੈ। ਸੋ ਇਟ ਇਜ਼ ਗੋਇੰਗ ਔਨ। ਹੁਣ ਸਰਕਾਰ ਕੀ ਕਰੇਗੀ, ਸਰਕਾਰ ਕੋਲ ਨਾ ਆਪਣਾ ਟਾਈਮ ਹੈ ਨਾ ਚੈੱਕ ਕਰਨ ਦਾ, ਨਾ ਪੁਲਿਸ ਕੋਲ ਟਾਈਮ ਹੈ ਰੇਡ ਕਰਨ ਦਾ, ਇਟ ਇਜ਼ ਲਾਈਫ ਐਜ਼ ਯੂਜੁਅਲ। I'm sorry, ki keh raha, rishtedar ne suicide ki thi? Haan ji, haan ji. Uska reason koi nahi pata, tere unka father aake unka unne dekha, unka bhi usse kehti hai ki mere bhi dad ko maar ke ਉਹ ਤੇ ਚਲੋ ਇੱਕ ਬਹੁਤ ਇੱਕ ਸੀਰੀਅਸ ਪ੍ਰੋਬਲਮ ਹੈ, ਸੋਸ਼ਲ ਪ੍ਰੋਬਲਮ ਹੈ ਇੱਧਰ ਦੀ, ਬਹੁਤ ਸੋਸਾਇਟੀ ਦੀ ਪ੍ਰੋਬਲਮ ਕੁਛ ਹੋ ਰਿਹਾ। ਪਰ ਤੁਸੀਂ ਇਹ ਦੇਖੋ ਕਿ ਫਰਜ਼ ਕਰੋ ਕੋਈ ਵਿਜ਼ਟਰ
ਟੂਰਿਸਟ ਵੀਜ਼ੇ ਤੇ ਆ ਕੇ ਇੱਥੇ ਅਗਰ ਕੋਈ ਕੰਮ ਕਰ ਰਿਹਾ ਹੈ, ਬਾਈ ਚਾਂਸ ਵਰਕ ਪਲੇਸ ਤੇ ਕੋਈ ਇੰਜਰੀ ਹੋ ਜਾਏ, ਸਪੋਜ਼ ਤੁਸੀਂ ਕੰਸਟਰਕਸ਼ਨ ਦਾ ਕੰਮ ਕਰ ਰਹੇ ਹੋ, ਕੰਸਟਰਕਸ਼ਨ ਵਿੱਚ ਤੁਹਾਨੂੰ ਕੋਈ ਸੀਰੀਅਸ ਇੰਜਰੀ ਹੋ ਜਾਏ, ਫਿਰ ਕੀ ਕਰੋਗੇ ਤੁਸੀਂ? ਕਿਸ ਤਰ੍ਹਾਂ ਤੁਸੀਂ ਲਾਅ ਇਨਫੋਰਸਮੈਂਟ ਨੂੰ ਦੱਸੋਗੇ ਕਿ ਵੀ ਦਿਸ ਪਰਸਨ ਇਜ਼ ਇੰਜਰਡ, ਜਾਂ ਹਾਸਪਿਟਲਾਈਜੇਸ਼ਨ ਕਰਨਾ, ਜਾਂ ਬਾਈ ਚਾਂਸ ਖੁਦਾ ਨਾ ਖਾਸਤਾ ਕੋਈ ਹੋਰ ਕੋਈ ਸੀਰੀਅਸ ਕੋਈ ਪ੍ਰੋਬਲਮ ਹੋ ਜਾਏ, ਕੋਈ ਬੋਡੀਲੀ ਇੰਜਰੀ ਹੋ ਜਾਏ, ਤੇ ਕਿੱਥੇ ਤੁਸੀਂ ਕਿਹਨੂੰ ਮੂੰਹ ਦਿਖਾਓਗੇ ਤੁਸੀਂ ਕਿ ਬੰਦਾ ਉਹ ਕੰਮ ਕਰ ਰਿਹਾ ਨਹੀਂ, ਕਿਸ ਤਰ੍ਹਾਂ ਕੰਮ ਕਰ ਰਿਹਾ, ਮਤਲਬ ਕੌਣ ਹੈ ਕੰਟਰੈਕਟਰ, ਕੌਣ ਹੈ, ਕੌਣ ਰਿਸਪੋਂਸਿਬਲ ਹੈ? ਨੋਬਡੀ ਨੋਜ਼। ਕਈ ਵਾਰ ਤੁਸੀਂ ਦੇਖੋ ਕਿ ਸੁਪਰਵੀਜ਼ਾ ਵਾਲੇ ਵੀ ਜਿਹੜੇ ਆਏ ਹੈ, ਸੁਪਰਵੀਜ਼ਾ ਬਜ਼ੁਰਗ ਮਾਤਾ ਪਿਤਾ ਆਏ, ਕਿਸੇ ਦੇ ਕੋਈ ਗ੍ਰੈਂਡ ਪੇਰੈਂਟਸ ਵਾਲਾ ਆਏ ਹੋਏ, ਉਹ ਵੀ ਮਤਲਬ ਪਰਿਵਾਰ ਵਾਲੇ ਆਪ ਕਹਿੰਦੇ ਤੁਸੀਂ ਕੀ ਕਰੋਗੇ ਇੱਥੇ ਸਾਰਾ ਦਿਨ ਟੀਵੀ ਦੇ ਕੇ ਜਾਓ, ਕੁਛ ਕੁਛ ਕਰ ਲਓ ਜਾ ਕੇ, ਕੁਛ ਥੋੜ੍ਹਾ ਬਹੁਤ ਕੁਛ ਬਾਹਰ ਜਾ ਕੇ ਕੁਛ ਯੂ ਨੋ ਵਟ ਐਵਰ ਦੇ ਕੈਨ। ਇਟ ਇਜ਼ ਵੈਰੀ ਅਨਫੋਰਚੁਨੇਟ। ਸਾਡੀ ਜਿਹੜੀ ਪੰਜਾਬੀਆਂ ਦੀ ਸਾਈਕੋਲੋਜੀ ਹੈ, ਆਈ ਐਮ ਨੋਟ ਸ਼ੋਰ ਪੰਜਾਬੀ ਮਤਲਬ ਹਰ ਇੱਕ ਦੀ ਹੋ ਸਕਦੀ ਹੈ, ਪਰ ਕਿਉਂਕਿ ਅਸੀਂ ਦੇਖਦੇ ਹਾਂ ਕਿ ਵੀ ਸਾਡੇ ਲੋਕ, ਸਾਡੇ ਭਾਈਚਾਰੇ ਦੇ ਲੋਕ ਇਹ ਕੰਮ ਕਰ ਰਹੇ ਹੈ, ਇਟ ਇਜ਼ ਵੈਰੀ ਡਿਸਹਾਰਟਨਿੰਗ ਕਿ ਵੀ ਇਹ ਅਸੀਂ ਟੋਲਰੇਟ ਕਰਦੇ ਹਾਂ, ਹੋ ਜਾ ਰਿਹਾ, ਵੀ ਟੇਕ ਇਟ ਲਾਈਫ ਐਜ਼ ਯੂਜ਼ੂਅਲ। ਓਏ ਹੋਏ ਹੋਏ, ਮਤਲਬ ਸਰ ਪੈਸੇ ਨਾਲ ਆ ਜੀ, ਵੀ ਪੈਸਾ ਕਿੰਨਾ ਬਣਦਾ, ਕਿਸ ਤਰ੍ਹਾਂ ਬਣਦਾ, ਬਣਾਓ ਸਹੀ ਪੈਸਾ ਬਣਾਓ। ਹਾਂ, ਥੈਂਕ ਯੂ ਵੈਰੀ ਮਚ, ਥੈਂਕ ਯੂ। 200 ਫੋਨ ਹੈ, 780-435-2727, ਵਟਸਐਪ 0-435-2762। ਤੁਸੀਂ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਸਕਦੇ ਹੋ, ਔਰ ਆਪਣੇ ਵਿਚਾਰ ਜਿਹੜੇ ਆ ਸਾਰੇ ਸਰੋਤਿਆਂ ਦੇ ਨਾਲ ਸਾਂਝੇ ਕਰ ਸਕਦੇ ਹੋ। ਕਾਫੀ ਲੋਕ ਫੇਸਬੁੱਕ ਤੇ ਦੇਖ ਰਹੇ ਹੈ, ਸੁਣ ਰਹੇ, ਅਮਨ ਚਹਿਲ ਮੇਰੇ ਖਿਆਲ ਕੈਲੀਫੋਰਨੀਆ ਤੋਂ ਸੁਣ ਰਹੇ, ਸ਼ਾਹ ਨਫਰ ਅਸੀਮ, ਆਕਾਸ਼ ਖੰਨਾ। ਆਕਾਸ਼ ਖੰਨਾ, ਤੁਸੀਂ ਮੈਨੂੰ ਨੰਬਰ ਪੁੱਛ ਰਹੇ ਹੋ ਕਿ ਕਿਹੜੇ ਨੰਬਰ ਤੇ ਕਾਲ ਕਰਨਾ? ਨੰਬਰ ਇਨ ਕੈਨੇਡਾ ਇਜ਼ 780 ਏਰੀਆ ਕੋਡ, 780 ਏਰੀਆ ਕੋਡ, 435-2762 ਨੰਬਰ ਹੈ, 780-435-2762। ਇਸ ਨੰਬਰ ਤੇ ਤੁਸੀਂ 2-3 ਮਿੰਟ ਬਾਅਦ ਤੁਸੀਂ ਕਾਲ ਕਰ ਸਕਦੇ ਹੋ। ਆਈ ਹੋਪ ਯੂ ਇਨ ਕੈਨੇਡਾ, ਬਟ ਇਫ ਨਾਟ ਦੈਨ ਏਰੀਆ ਕੋਡ ਲਾ ਕੇ ਤੁਸੀਂ ਕਰ ਸਕਦੇ ਹੋ। 2 ਮਿੰਟ ਰੁਕ ਜਾਓ, ਮੇਰੇ ਖਿਆਲ ਕਿ ਸੰਗਤ ਸਾਹਿਬ ਹੈ ਨਹੀਂ ਇੱਥੇ, ਜਸਟ ਵੇਟ ਫੋਰ 2-3 ਮਿੰਟਸ, ਫੋਨ ਆ ਰਿਹਾ ਸੰਗਤ ਸਾਹਿਬ, ਦੇਖਿਓ ਜਰਾ ਫੋਨ ਆ ਰਿਹਾ ਸ਼ਾਇਦ ਉਹਨਾਂ ਦਾ, ਆਕਾਸ਼ ਖੰਨਾ ਦਾ, ਦੇਖਦੇ ਹਾਂ ਸਰ ਆਕਾਸ਼ ਖੰਨਾ ਬੋਲ ਰਹੇ, ਕੌਣ ਬੋਲ ਰਿਹਾ? ਹੈਲੋ ਦੇਖ ਜਾ ਜੀ, ਸਤਿ ਸ਼੍ਰੀ ਅਕਾਲ। ਨਾਮ ਦੱਸੋ ਪਹਿਲਾਂ ਆਪਣਾ, ਕੌਣ ਬੋਲ ਰਿਹਾ? ਅੱਛਾ, ਮਨਪ੍ਰੀਤ ਸਿੰਘ। ਅੱਛਾ, ਐਕਸਪ੍ਰੈਸ ਐਂਟਰੀ ਦੀ ਤੁਸੀਂ ਫਾਈਲ ਲਾ ਰਹੀ, ਨੰਬਰ ਨਹੀਂ ਆਇਆ, ਮਤਲਬ ਕਿ ਨੰਬਰ ਤੇ ਤਾਂ ਹੀ ਆਏਗਾ ਨਾ ਜਦ ਤੁਹਾਡੇ ਪੁਆਇੰਟਸ ਹੋਣਗੇ। ਮਿਨੀਮਮ ਪੁਆਇੰਟਸ ਕਿੰਨੇ ਹੈ? 6 ਮਹੀਨੇ। ਅੱਛਾ, ਤਾਂ ITI ਆਉਣ ਦੇ ਬਾਅਦ, ਡਾਕੂਮੈਂਟ ਜਮ੍ਹਾਂ ਕਰਨ ਦੇ ਬਾਅਦ? ਅੱਛਾ, ਨਹੀਂ ਤੇ ਸੋ ਦਿਸ ਇਜ਼ ਔਨ ਅ ਕੇਸ ਬਾਏ ਕੇਸ ਬੇਸਿਸ। ਗਵਰਨਮੈਂਟ ਕੋਈ ਇੱਦਾਂ ਦਾ ਵਾਅਦਾ ਨਹੀਂ ਕਰ ਰਹੀ ਕਿ ਹਰੇਕ ਦਾ 6 ਮਹੀਨੇ ਵਿੱਚ ਉਹ ਕਰੇਗੀ, ਦਿਸ ਇਜ਼ ਅ ਟਾਰਗੇਟ, ਪਰ ਹਰੇਕ ਦਾ ਨਹੀਂ ਹੋਏਗਾ। ਵੈਰੀਫਿਕੇਸ਼ਨ ਵਿੱਚ ਟਾਈਮ ਲੱਗਦਾ ਹਰ ਚੀਜ਼ ਦਾ, ਐਕਸਪੀਰੀਅੰਸ ਵੈਰੀਫਾਈ ਕਰਨਾ, ਫਿਰ ਤੁਹਾਡੇ ਐਜੂਕੇਸ਼ਨ ਨੂੰ ਰੈਟੀਫਾਈ ਕਰਨਾ, ਫਿਰ ਇੰਗਲਿਸ਼ ਹੈ, ਤੁਹਾਡੇ ਜਿਹੜੇ ਫੈਕਟਸ ਹੈ, ਇਨਐਡਮਿਸਿਬਿਲਟੀ ਹੈ, ਕ੍ਰਿਮੀਨਲ ਇਨਐਡਮਿਸਿਬਿਲਟੀ ਹੈ, ਪੁਲਿਸ ਚੈੱਕ, ਮੈਡੀਕਲ ਚੈੱਕ ਵਗੈਰਾ, ਤੁਹਾਡੀ ਪੁਰਾਣੀ ਇਮੀਗ੍ਰੇਸ਼ਨ ਹਿਸਟਰੀ, ਟਰੈਵਲ ਹਿਸਟਰੀ, ਸਾਰੇ ਨੂੰ ਕੋਰੋਬਰੇਟ ਕਰਕੇ, ਸਾਰੇ ਨੂੰ ਵੈਰੀਫਾਈ ਕਰਕੇ, ਕ੍ਰੋਸ ਚੈੱਕ ਕਰਕੇ, ਇਟ ਟੇਕਸ ਟਾਈਮ। ਹਰੇਕ ਦੀ ਹਿਸਟਰੀ ਸੇਮ ਨਹੀਂ ਹੋ ਸਕਦੀ, ਹਰੇਕ ਦੀ ਹਿਸਟਰੀ ਕਲੀਅਰ ਨਹੀਂ ਹੋ ਸਕਦੀ, ਇਟ ਇਜ਼ ਆਲਸੋ ਔਨ ਦ ਕੇਸ ਬਾਏ ਕੇਸ ਬੇਸਿਸ। ਇਹ ਤੇ ਗੱਲ ਉਹ ਹੋਈ ਕਿ ਬਈ ਇੱਕ ਦਵਾਈ ਇੱਕ ਪੇਸ਼ੈਂਟ ਨੂੰ ਸੂਟ ਕਰ ਗਈ, ਦੂਸਰੇ ਨੂੰ ਕਿਉਂ ਨਹੀਂ ਸੂਟ ਕਰ ਰਹੀ। ਸੋ ਦੇਰ ਇਜ਼ ਨੋ ਵੇ ਟੂ ਫਾਈਂਡ ਆਊਟ ਕਿ ਕਿਹਨੂੰ ਕਿਸ ਤਰ੍ਹਾਂ ਦਾ ਟਾਈਮ ਲੱਗੇਗਾ, ਕੀ ਹੋਏਗਾ। ਇਟ ਇਜ਼ ਅ ਮੈਟਰ ਆਫ ਯੂ ਨੋ ਐਵਰੀ ਸਪੈਸੀਫਿਕ ਇਨਵੈਸਟੀਗੇਸ਼ਨ। ਬਾਕੀ ਜੇਕਰ ਤੁਸੀਂ ਜ਼ਿਆਦਾ ਹੀ ਵਰਿਡ ਹੋ, ਅਗਰ ਜੇ ਤੁਹਾਡੇ ਬੈਕਗਰਾਉਂਡ ਵਿੱਚ ਇੱਦਾਂ ਦੀ ਕੋਈ ਖਾਸ, ਕੋਈ ਪਿਕਿਊਲੀਅਰ ਹੈ, ਕੋਈ ਅਨਯੂਜਲ ਕੋਈ ਫੈਕਟ ਹੈ, ਸਰਕਮਸਟਾਂਸਿਸ ਹੈ, ਤੁਸੀਂ GCMS ਨੋਟਸ ਆਪਣੇ ਅਪਲਾਈ ਕਰ ਲਓ, ਉਹਦੇ ਥਰੂ ਤੁਹਾਨੂੰ ਸ਼ਾਇਦ ਪਤਾ ਲੱਗ ਜਾਏਗਾ ਕਿ ਅੰਦਰ ਕੀ ਚੱਲ ਰਿਹਾ, ਥੋੜ੍ਹਾ ਬਹੁਤ, ਨਾਟ ਕੰਪਲੀਟਲੀ, ਪਰ ਉਹਨੂੰ ਅਪਲਾਈ ਕਰੋਗੇ, $5 ਫੀਸ ਹੈ, ਅਤੇ ਆਫਟਰ 4 ਵੀਕਸ ਤੁਹਾਨੂੰ ਰਿਪੋਰਟ ਆ ਜਾਏਗੀ, ਉਹ ਤੁਸੀਂ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ। 780-435-2762
ਹੈਲੋ ਵੈਸ਼ਨਵ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੋਲੋ ਬੋਲੋ ਸਰ ਜੀ ਆਪਣਾ ਸਵਾਲ ਸਵਾਲ ਬੋਲੋ ਇੱਕ ਸੈਕਿੰਡ ਮੈਂ ਇਹਨੂੰ There's a small delay, but that's okay. I can hear your question. Radio band ko udhar na na sune, fir aapko telephone ke through sune wo. Apna radio band kar do apna. Okay, I've got your name. Apna sawal bolo. Sir, mera naam Akash hai. Sir, mera sawal ye hai ki sir, I'm currently in Australia. Haan ji, okay. सर मैंने अभी बैचलर्स इन अकाउंटिंग करी है तो मैं अल्बर्टा के लिए सोच रहा था कि तो मैं सर ये जानना चाहता था कि वहाँ पे सर सिर्फ डिप्लोमा ये सिर्फ मास्टर डिग्री के बाद सर 3 साल का पोस्ट स्टडी वर्क वीजा मिलता है या आफ्टर डिप्लोमा आल्सो वी कैन अप्लाई फॉर इट बात आपने बहुत अच्छी पूछी थोड़ा समझने वाली बात यह है कि चाहे आप अल्बर्टा करो चाहे ओंटारियो करो चाहे किसी भी प्रोविंस में करो आपको वर्क परमिट मिलेगा बेस्ड ऑन योर स्टडी लेंथ अगर आप 2 साल का प्रोग्राम करते हो चाहे डिप्लोमा हो चाहे डिग्री हो तो आपको 3 साल का पोस्ट ग्रेजुएट वर्क परमिट मिलेगा ये जरूरी नहीं कि अल्बर्टा में खास ही मिलेगा हर जगह पूरे कनाडा में ऐसा ही है low population growth, so they just push the migration, so they just give permanent residencies very easily. So is there any states in Australia, in Canada, in any province or as they call? नहीं ऐसा नहीं है ऐसा नहीं है कि यहाँ पर कुछ states में कुछ provinces में low migration है तो जल्दी हो जाएगी हर एक province का एक अपना एक nomination system है जैसे Australia में होता है और उसमें कुछ occupations उसमें main है कुछ में नहीं है और कहीं पर इंडस्ट्रीज कुछ है कहीं पर इंडस्ट्री कुछ और है तो ऐसा है इससे कोई फर्क नहीं पड़ता मेरा ख्याल है कि अगर आप ऑस्ट्रेलिया से अप्लाई करते हो आपको प्रोविंस नहीं चूज करो आप ये चूज करो कि आपका एक ऑक्यूपेशन क्या है प्रोफेशन क्या है उसके हिसाब से कोर्स अपना अच्छी यूनिवर्सिटी सिलेक्ट करके आप जहां अच्छी यूनिवर्सिटी आपको एडमिशन देती है वहां जाओ तो सर ये प्रोसेस Sir, can I contact you some other time or send you all the documents or like take personal consultation from you, sir? Yeah, you can call me tomorrow. My phone number is directly is 780-707-4831. Sir, 780-707-4831. 4831. That's right. Sir, I have seen Okay, thank you. Thank you. Sangha saab, mere khayal Australia to call karde si ke kede province vich vadhiya unna scope lagda hai ki kithe apan jana kyunki jithe migration de chances zyada hai. So, kyunki Australia vich is tarah da hai kuch provinces jehde state kehnde hai utthe kuch low migration rate hai and they promote actually but is tarah da Canada nahi hai they can go to any province and they will qualify for PNB in that respective province hello deshnya ji sat sri akal haan ji haan ji sunne question tade question di udik kar rahe hain assi ਸੰਗਤ ਸਾਹਿਬ ਕੀ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਵਲੰਟੀਅਰ ਤੌਰ ਤੇ ਕੰਮ ਕਰ ਸਕਦੇ ਆ ਹਾਂ ਵਲੰਟੀਅਰ ਤੌਰ ਤੇ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਸਮਝ ਵਾਲੀ ਜਿਹੜੀ ਚੀਜ਼ ਹੈ ਉਹ ਵਰਕ ਦੀ ਡੈਫੀਨੇਸ਼ਨ ਹੈ ਵਰਕ ਮਤਲਬ ਕੀ ਹੈ ਵਰਕ ਮਤਲਬ ਇਹ ਹੈ ਕਿ ਜਿੱਥੇ ਕੁਝ ਮਿਲ ਰਿਹਾ ਹੈ ਐਕਸਚੇਂਜ ਹੋ ਰਹੀ ਜੇ ਤੁਸੀਂ ਕੰਮ ਕਰਦੇ ਤੁਹਾਨੂੰ ਪੈਸਾ ਮਿਲਦਾ ਕੁਛ ਹੈ ਮੇਰੇ ਕੋਲ ਇੱਕ ਕੇਸ ਆਇਆ ਸੀ ਉਹਦੇ ਬਾਰੇ ਕਾਲਰ ਸਾਹਿਬ ਹੈ ਨਾ ਇੱਥੇ ਜਾਂ ਰੇਡੀਓ ਸੁਣ ਰਹੇ ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਇੱਕ ਕੇਸ ਮੇਰੇ ਕੋਲ ਆਇਆ ਸੀ ਕਿ ਜਿੱਥੇ ਇੱਕ ਇਜ਼ਰਾਈਲ ਤੋਂ ਇੱਕ ਆਇਆ ਸੀ ਉਹਨਾਂ ਕੋਲ ਦੇ ਡੋਨਟ ਹੈਵ ਟੂ ਹੈਵ ਵੀਜ਼ਾ ਮਤਲਬ ਉਹ ਬਗੈਰ ਉਹਦੇ ਕਰ ਸਕਦੇ ਆ ਇਜ਼ਰਾਈਲ ਤੋਂ ਆਇਆ ਬੰਦਾ ਉਹ ਕਾਰਪੈਂਟਰ ਸੀ ਆਪਣੀ ਕੰਟਰੀ ਇੱਥੇ ਜਿਹਨਾਂ ਕੋਲ ਆਇਆ ਤੇ ਉਹ ਕਿਸੇ ਨੇ ਕਿਹਾ ਉਹਨਾਂ ਕਿ ਵੀ ਸਾਡੇ ਉੱਥੇ ਜੀ ਘਰ ਬਣ ਰਿਹਾ ਜੀ ਉੱਥੇ ਤੁਸੀਂ ਕਰ ਲਓ ਆਏ 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 ਹੋ ਤੇ ਕੰਮ ਹੀ ਕਰ ਲਓ ਕੁਛ ਵਟ ਐਵਰ ਸੋ
ਉਹ ਚਲੇ ਗਏ ਜੀ, ਉਹਨਾਂ ਨੇ ਕਿਹਾ ਜੀ ਤੁਸੀਂ ਕੰਮ ਕਰ ਲਓ, ਇਹ ਬੰਦਾ ਆਇਆ, ਉਹਨੂੰ ਕਿਸੇ ਨੂੰ ਪਤਾ ਨਹੀਂ ਕਿ ਵੀ ਉਹ ਵਿਜ਼ਟਰ ਹੈ ਨਹੀਂ ਹੈ, ਉਹਨੇ ਕਿਹਾ ਉਹ ਕੰਮ ਤੇ ਲਾਤਾ ਜੀ। ਜਦ ਆਇਆ ਪੈਸੇ ਦੇਣ ਦਾ ਟਾਈਮ, ਤੇ ਬਾਅਦ ਚ ਪਤਾ ਲੱਗਿਆ ਕਿ ਵੀ ਤੁਹਾਡੇ ਕੋਲ ਤਾਂ ਸਿਨ ਨੰਬਰ ਨਹੀਂ ਹੈ, ਕਿਸ ਤਰ੍ਹਾਂ ਦੇਈਏ, ਤੇ ਉਹਨਾਂ ਨੂੰ ਪੈਸੇ ਦੀ ਬਦਲੇ ਨਾ ਉਹ ਦਿੱਤਾ ਕੁਛ ਮਤਲਬ ਕੋਈ ਕੂਪਨ ਵਾਲਾ, ਜਿਹੜੇ ਸ਼ੋਪਿੰਗ ਕੂਪਨ, ਗਰੋਸਰੀ ਕੂਪਨ ਟਾਈਪ ਇਸ ਤਰ੍ਹਾਂ ਦੇ ਕੁਛ ਦਿੱਤਾ, ਮਤਲਬ ਉਹਨੂੰ ਢੱਕਣ ਲਈ ਕਿ ਵੀ ਇਹ ਵੇਜਸ ਨਹੀਂ ਹੈ, ਤੁਸੀਂ ਜੇ ਖਰਚਾ ਅੱਛਾ ਕਰਨਾ ਹੈ ਤੇ ਆ ਲਓ ਜੀ ਕਾਸਕੋ ਦੇ $100 ਵਟਐਵਰ ਇਸ ਤਰ੍ਹਾਂ ਦਿੱਤਾ। ਐਨੀਵੇ ਉਹ ਲੈ ਲਿਆ ਉਹਨਾਂ ਨੇ, ਉਹ ਖੁਸ਼ ਹੋ ਗਏ ਜੀ, ਉਹ ਮਸਤੀਆਂ ਕਰਦੇ। ਪ੍ਰੋਬਲਮ ਕਿੱਥੇ ਆਈ ਕਿ ਵੀ ਕੁਛ 3-4 ਮਹੀਨੇ ਬਾਅਦ ਜੈਨੂਅਨਲੀ ਉਹਨਾਂ ਨੂੰ ਇੱਕ ਜੋਬ ਆਫਰ ਮਿਲ ਗਈ, ਕੋਈ ਪੇਂਟਿੰਗ ਕੰਟਰੈਕਟਰ ਨੇ ਜੋਬ ਆਫਰ ਦੇ ਤੀ, ਤੇ ਉਹ ਖੁਸ਼ ਹੋ ਗਏ ਜੀ, ਚਲੇ ਗਏ। ਉਹਨੇ ਕਿਹਾ ਜੀ ਆ ਲਓ ਜੀ LMI ਆਲਰੇਡੀ ਪਾਸ ਹੈ ਜੀ, ਤੁਸੀਂ ਕਰ ਲਓ। ਉਹ ਚਲੇ ਗਏ ਬਾਰਡਰ ਪੋਰਟ ਆਫ ਐਂਟਰੀ, ਕਿਉਂਕਿ ਇਜ਼ਰਾਈਲੀ ਪਾਸਪੋਰਟ ਸੀ, ਉਹ ਜਾ ਸਕਦੇ ਸੀ ਪੋਰਟ ਆਫ ਐਂਟਰੀ, ਉੱਥੇ ਚਲੇ ਗਏ। ਉਹ ਤੇ ਬੜੇ ਸਿਆਣੇ ਲੋਕ ਨੇ, ਬੜੇ ਉਹ ਦੇਖ ਕੇ ਅੱਖਾਂ ਦੇਖ ਕੇ ਤੁਹਾਨੂੰ ਸਮਝ ਆਉਂਦਾ ਵੀ ਕਹਾਣੀ ਕੀ ਹੈ। ਉਹਨਾਂ ਨੇ ਕਿਹਾ ਉਹ ਬੈਸਟ ਗੁੱਡ ਹੈਵ ਅ ਸੀਟ ਐਂਡ ਆਈਲ ਟਾਕ ਟੂ ਯੂ। ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਹਾਡਾ LMI ਦਿਖਾਓ, ਉਹ ਦਿਖਾਓ, ਉਹ ਦੇਖਿਆ ਸਾਰਾ, ਉਹ ਕਿਹਾ ਵੀ ਠੀਕ ਹੈ ਜੋਬ ਉਹ ਠੀਕ ਹੈ। ਪਤਾ ਨੀ ਕਿਸ ਤਰ੍ਹਾਂ ਉਹਨਾਂ ਦੇ ਦੇਖਦੇ ਦੇਖਦੇ ਉਹਨਾਂ ਦੇ ਜਿਹੜੇ ਜਿਹੜੇ ਹੱਥਾਂ 'ਚ ਨਾ ਕੋਈ ਇੱਥੇ ਕੋਈ ਪੇਂਟ ਦੇ ਨਿਸ਼ਾਨ ਵਾਲਾ ਉਹਨਾਂ ਨੂੰ ਨਜ਼ਰ ਆ ਗਏ, ਲੱਗਿਆ ਕਿ ਵੀ ਪੇਂਟ ਪੁੰਟ ਲੱਗਿਆ ਹੋਣਾ, ਇਹ ਸ਼ਾਇਦ ਹੋ ਸਕਦਾ ਕਿ ਅਗਲੇ ਪਿਛਲੇ ਦਿਨ ਹੀ ਕੰਮ ਕਰਕੇ ਆ ਰਿਹਾ, ਸ਼ਾਇਦ ਹੋ ਸਕਦਾ ਕਿ ਇਲੀਗਲ ਉੱਥੇ, ਉਹ ਪੇਂਟ ਦੇ ਨਿਸ਼ਾਨ ਨਜ਼ਰ ਆ ਗਏ। ਤੇ CBSA ਆਫਿਸ, ਇਹ ਮੇਰੇ ਕੋਲ ਲਾਈਵ ਐਗਜ਼ਾਮਪਲ ਹੈ, ਮੇਰੇ ਕੋਲ ਐਕਚੁਅਲੀ ਕੇਸ ਆਇਆ ਸੀ। ਤੇ ਉਹਨਾਂ ਉਹਨਾਂ ਨੂੰ ਕਿਹਾ ਕਿ ਮਿਸਟਰ ਫਲਾਨਾ ਫਲਾਨਾ ਕਿ ਬਈ ਵੇਅਰ ਆਰ ਯੂ ਕਮਿੰਗ ਫਰੋਮ? ਉਹ ਕਹਿੰਦਾ ਨਹੀਂ ਆ ਇਸ ਤਰ੍ਹਾਂ, ਆਮ ਇੰਗਲਿਸ਼ ਨੂੰ ਬੋਲ ਕੇ ਆਮ ਕਮਿੰਗ ਫਰੋਮ ਯੇ ਫਲਾਨਾ ਫਲਾਨਾ। ਓਕੇ ਕਰ ਠੀਕ ਹੈ ਸਰ, ਸੁਣਦਾ ਹੈ। ਉਹ ਕਹਿੰਦਾ ਕਿ ਹਾਊ ਡਿਡ ਯੂ ਕਮ? ਉਹ ਕਹਿੰਦਾ ਮੇਰੀ ਕਾਰ ਹੈ ਜੀ, ਉਹ ਬਾਰਡਰ ਦੀ ਗੱਲ ਹੈ ਜਿਹੜੇ US ਬਾਰਡਰ ਤੇ, ਮੇਰੀ ਕਾਰ ਹੈ ਜੀ ਉੱਥੇ, ਕਾਰ ਪਾਰਕਡ ਹੈ। ਤੇ ਉਹ ਕਹਿੰਦੇ ਲੈਟਸ ਗੋ ਟੂ ਯੋਰ ਕਾਰ। ਸੰਗਤ ਸਾਹਿਬ ਇਹ 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 ਰੀਅਲ ਰੀਅਲ ਕਹਾਣੀ ਹੈ। ਉਹ ਕਾਰ ਚਲੇ ਗਏ, ਜਦ ਕਾਰ ਗਏ ਤਾਂ ਉਹਨਾਂ ਕਿਹਾ ਕੈਨ ਯੂ ਓਪਨ ਦ ਕਾਰ ਪਲੀਜ਼? ਤੇ ਉਹਨਾਂ ਨੇ ਕਾਰ ਖੋਲਿਆ, ਤੁਸੀਂ ਮੰਨੋਗੇ ਨੀ, ਅੰਦਰ ਪੇਂਟ ਤੇ ਬਰੱਸ਼ ਪਏ ਸੀ। ਉੱਥੇ ਉਹਨਾਂ ਨੂੰ ਸਾਰਾ ਕਨਫਰਮ ਹੋ ਗਿਆ ਕਿ ਬੰਦਾ ਇਹ ਕੰਮ ਕਰ ਰਿਹਾ। ਅੱਛਾ, ਫਿਰ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਤੁਹਾਡੇ ਕੋਲ ਫੋਨ ਹੈ, ਉਹਨੇ ਕਿਹਾ ਕਿ ਕਹਿੰਦਾ ਸੀ ਯੋਰ ਫੋਨ ਪਲੀਜ਼? ਤੁਸੀਂ ਮਨਾ ਨਹੀਂ ਕਰ ਸਕਦੇ ਕਿ ਫੋਨ ਇਜ਼, ਯੂ ਨੋ, ਯੂ ਹੈਵ ਟੂ ਇੰਸਪੈਕਸ਼ਨ ਫੋਰ ਇਨਵੈਸਟੀਗੇਸ਼ਨ। ਫੋਨ ਦੇਖਿਆ, ਉਹ ਜਿੱਦਾਂ ਹੀ ਉਹਨਾਂ ਨੇ ਫੋਨ ਖੋਲਿਆ, ਪਾ ਕਹਿੰਦਾ ਓਪਨ ਦ ਪਾਸਵਰਡ, ਇਹਨੂੰ ਪਾਸਵਰਡ ਖੋਲ ਕੇ ਖੋਲਿਆ। ਉਹ ਜਿੱਦਾਂ ਹੀ ਖੋਲਿਆ, ਪਹਿਲਾਂ ਹੀ ਉਹਦੇ ਵਿੱਚ ਸੈਲਫੀਆਂ ਫੁਲਫੀਆਂ ਸੀ, ਉਹ ਜਿਹੜਾ ਪੇਂਟਿੰਗ ਕਰਦੇ ਕੋਈ ਸੈਲਫੀ, ਕੋਈ ਫਲਾਨਾ ਕਿ ਉਹ ਲੁੱਕ ਐਟ ਨਾਈਸ ਜੋਬ ਔਰ ਸਮਥਿੰਗ, ਉਹ ਟ੍ਰੈਪ ਹੋ ਗਏ। ਉਹਨੇ ਕਿਹਾ ਲੈਟਸ ਵਾਕ ਇਨਸਾਈਡ ਦ ਬਿਲਡਿੰਗ, ਸਰ ਆਰ ਯੂ ਵਰਕਿੰਗ? ਅਗਰ ਜੇ ਕਾਲਰ ਸਾਹਿਬ ਲਾਈਨ ਤੇ ਹੈ, ਉਹਨਾਂ ਨੂੰ ਮੈਂ ਸੁਨੇਹਾ ਦੇ ਰਿਹਾ ਕਿ ਦੁਨੀਆਂ ਵਿੱਚ ਆਪਾਂ ਕਿਸੇ ਨੂੰ ਅਗਰ ਧੋਖਾ ਦਿੰਦੇ ਹਾਂ, ਜ਼ਿਆਦਾ ਟਾਈਮ ਤੱਕ ਆਪਾਂ ਨਾ ਆਪਣੇ ਆਪ ਨੂੰ, ਨਾ ਕੁਦਰਤ ਨੂੰ, ਨਾ ਪਰਮਾਤਮਾ ਨੂੰ ਧੋਖਾ ਨਹੀਂ ਦੇ ਸਕਦੇ ਹਾਂ। ਨਹੀਂ, ਇੱਕ ਸੈਕਿੰਡ, ਮੈਂ ਆਪਣਾ ਕੇਸ ਪੂਰਾ ਕਰਦਿਆਂ। ਉਹ ਟ੍ਰੈਪ ਹੋ ਗਏ, ਕੁਛ ਦੇਰ ਬਾਅਦ 10-15 ਮਿੰਟ ਉਹ ਮੰਨ ਗਿਆ, ਉਹ ਸਰ ਆਈ ਵਾਸ ਵਰਕਿੰਗ, ਉਹ ਸਮ ਮਾਈ ਫਰੈਂਡ ਸੇ ਪੇਂਟ ਹੇਅਰ, ਪੇਂਟ ਦੈਟ, ਠੀਕ ਹੈ, ਹੋ ਗਿਆ। ਮਜ਼ੇ ਦੀ ਗੱਲ ਹੈ ਕਿ ਉਹਨਾਂ ਨੇ CBA ਅਫਸਰ ਨੂੰ ਪੁੱਛ ਹੀ ਲਿਆ, ਵਾਈ ਆਰ ਯੂ ਪੇਂਟਿੰਗ ਫੋਰ ਫਰੀ? ਨੋ, ਆਈ ਐਮ ਪੇਂਟਿੰਗ ਫੋਰ ਫਰੀ। ਕੁਛ ਦੇਰ ਬਾਅਦ ਉਹਨਾਂ ਦੇ ਇਹ ਵੀ ਬਖਤਾ, ਓ ਆਈ ਗੋਟ ਦ ਕਾਰਡ ਫੋਰ ਕਾਸਕੋ, ਆਈ ਵਾਂਟ ਟੂ ਬਾਏ ਗਿਫਟ ਫੋਰ ਮਾਈ ਵਾਈਫ ਇਨ ਇਜ਼ਰਾਇਲ, ਫਲਾਨਾ ਫਲਾਨਾ। ਬਸ ਉਹਨਾਂ ਨੇ ਡੈਫੀਨੇਸ਼ਨ ਖੋਲ ਕੇ ਦਿਖਾਇਆ, ਇਨਕਮ ਟੈਕਸ ਦੇ ਵੈਬਸਾਈਟ ਖੋਲੀ, ਉਹਨਾਂ ਕਿਹਾ ਅਗਰ ਤੁਸੀਂ ਕੰਮ ਦੇ ਬਦਲੇ ਕੁਛ ਲਿਆ ਹੈ, ਦੈਟ ਇਜ਼ ਕਾਲਡ ਵਰਕ, ਇਹ ਤੁਸੀਂ ਕੰਮ ਕਰਦੇ ਫੜੇ ਹੋ ਗਏ ਹੋ, ਯੂ ਆਰ ਇਨ ਵਾਇਲੇਸ਼ਨ ਆਫ ਸੈਕਸ਼ਨ 41A, ਰਿਮੂਵਲ ਨੋਟਿਸ, ਗੋ ਬੈਕ ਟੂ ਇਜ਼ਰਾਇਲ ਵਿਦ ਇਨ 7 ਡੇਜ਼ ਆਊਟ। ਮੈਂ ਆਸ ਕਰਦਾ ਕਿ ਜਿਹੜੇ ਕਾਲਰ ਸਾਹਿਬ ਪੁੱਛ ਰਹੇ, ਉਹਨਾਂ ਨੂੰ ਪਤਾ ਲੱਗਿਆ ਹੋਗਾ ਕਿ ਵਾਲੰਟਰੀ ਵਰਕ ਕੀ ਹੁੰਦਾ ਹੈ, ਨਾਨ ਵਰਕ ਕੀ ਹੁੰਦਾ ਹੈ। ਇਹ ਆਪਾਂ ਐਕਚੁਅਲੀ ਜਿਹੜੇ ਵਾਲੰਟੀਅਰ ਵਰਕ ਹੈ ਨਾ, ਕਈ ਵਾਰ ਤੁਸੀਂ ਨਾਨ ਪ੍ਰੋਫਿਟ ਜਾਂ ਕਿਸੇ ਹੋਰ ਥਾਂ ਤੁਸੀਂ ਆਪਣਾ ਰਿਸੈਪਸ਼ਨ ਤੇ ਕੰਮ ਕਰ ਲਿਆ ਜੀ, ਇੱਥੇ ਕੁਛ ਕੂਪਨ ਵੱਟਦੇ ਸਮਥਿੰਗ, ਇਟ ਇਜ਼ ਅ ਵੈਰੀ ਡੇਂਜਰਸ ਟ੍ਰੈਂਡ। ਕਈ ਵਾਰ ਸਾਨੂੰ ਆਪ ਨੀ ਪਤਾ ਲੱਗਦਾ ਕਿ ਵੀ ਤੁਸੀਂ ਉਹ ਜੋ ਵਾਲੰਟੀਅਰ ਵਰਕ ਤੋਂ ਸ਼ੁਰੂ ਹੋਏਗਾ, ਉਹ ਕੁਛ ਨਾ ਕੁਛ ਲੈਣਾ ਦੇਣਾ, ਆਦਾਨ ਪ੍ਰਦਾਨ ਸ਼ੁਰੂ ਹੋ ਜਾਏਗਾ। ਇਟ ਵਿਲ ਬੀ ਅ ਵੈਰੀ ਬਾਰਡਰ ਲਾਈਨ ਕੇਸ ਕਿ ਵੀ ਤੁਸੀਂ ਕੰਮ ਕਰ ਰਹੇ ਕਰਨਾ, ਖੁਦਾ ਨਾ ਖਾਸਤਾ ਤੁਹਾਡੇ ਕਿਸੇ ਦੁਸ਼ਮਣ ਨੇ ਇਮੀਗ੍ਰੇਸ਼ਨ ਰਿਪੋਰਟ ਕਰਦਾ ਜੀ ਫਲਾਨਾ ਬੰਦਾ ਇੱਥੇ ਇੱਕ ਕੰਮ ਕਰ ਰਿਹਾ, ਬੈਠਾ ਇਸ ਕੰਮ ਕਰ ਰਿਹਾ। ਇਟ ਕੁਡ ਬੀ ਅ ਵੈਰੀ ਚੈਲੇਂਜਿੰਗ ਥਿੰਗ ਟੂ ਫਾਈਂਡ ਆਊਟ ਕਿ ਵੀ ਦਿਸ ਇਜ਼ ਰੀਅਲ ਵਰਕ ਔਰ ਦਿਸ ਇਜ਼ ਨਾਟ ਵਰਕ, ਬਿਕੋਜ਼ ਨਾਓ ਯੂ ਆਰ ਇੰਟਰਫੇਅਰਿੰਗ ਇਨ ਲੇਬਰ ਮਾਰਕੀਟਸ। ਸੋ ਆਈ ਵੁੱਡ ਰੈਕਮੈਂਡ ਕਿ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੋ, ਵਾਲੰਟੀਅਰ ਕੰਮ ਵੀ ਨਾ ਕਰੋ। ਸੋ ਜੇ ਤੁਹਾਡਾ ਮਤਲਬ ਹੈ ਵੀ ਜੇ ਵਾਲੰਟੀਅਰ ਕੰਮ ਕਰਕੇ ਜੇ ਕਿਸੇ ਨੂੰ ਕੋਈ ਉਹਦੇ ਇਵਜ਼ਾਨਾ ਮਿਲ ਰਿਹਾ ਉਹਦੇ ਬਦਲੇ, ਦੈਟ ਇਜ਼ ਕਾਲਡ ਵਰਕ, ਉਹ ਕੰਮ ਦੇ ਵਿੱਚ ਆ ਗਿਆ। ਹਾਂ, ਉਹ ਵਾਲੰਟੀਅਰ ਸਰਵਿਸ ਨਾ ਹੋਈ। ਹਾਂ, ਫਿਰ ਸਰਵਿਸ ਫਿਰ ਵਾਲੰਟੀਅਰ ਨਹੀਂ। ਵਾਲੰਟੀਅਰ ਤਾਂ 100% ਵਾਲੰਟੀਅਰ ਤੇ ਕੋਈ ਇੰਨਾ ਸੁੱਚਾ ਹੈ ਹੀ ਨਹੀਂ ਹੈ ਜਿਹੜਾ 100% ਵਾਲੰਟੀਅਰ ਕਰ ਰਿਹਾ।
they are always expecting something to get. I would rather have them sit at home, watch TV, and do something else rather than volunteer. Okay, good. I expect that. ਵੈਸੇ ਹੁਣ ਆਪਾਂ ਜੇ ਦੇਖੀਏ ਜੀ ਇੱਥੇ ਉਹ ਜਿਹੜੀ ਪ੍ਰੈਜ਼ੀਡੈਂਟ ਜਿਮੀ ਕਾਰਟਰ ਹੋਣਾ ਵਾਲੀ ਇੱਕ ਆਰਗੇਨਾਈਜੇਸ਼ਨ ਆ ਕਿਹੜੀ ਅੱਛਾ ਜਿਹੜੀ ਉਹ ਘਰ ਬਣਾਉਂਦੀ ਹੈ ਸਰ ਜੀ ਵਾਲੰਟੀਅਰ ਹੋਣਗੇ ਉਹ ਤੇ ਯੂਐਸ ਸਿਟੀਜ਼ਨ ਹੋਣਗੇ ਜਿਹੜੇ ਲੋਕਲ ਰੈਸੀਡੈਂਟ ਹੈ ਨਹੀਂ ਵਾਲੰਟੀਅਰ ਦੇਖੋ ਇਸ ਤਰ੍ਹਾਂ ਵੀ ਪਲੇਟਫਾਰਮ ਹਿਊਮੈਨਿਟੀ ਦੇ ਨਾਂ ਤੇ ਹੋਏਗਾ ਆਪਾਂ ਦੇਖੋ ਇਸ ਤਰ੍ਹਾਂ ਆਈ ਹੈਵ ਟੂ ਕਲੀਅਰ ਡੀਮਾਰਕੇਟ ਦਾ ਡਿ
ਯਾਰ ਉਹ ਫਿਰ ਗੱਲ ਹੈ ਵਾਟ ਯੂ ਮੀਨ ਐਕਸਪੀਰੀਅੰਸ ਐਕਸਪੀਰੀਅੰਸ ਇਹ ਹੈ ਲੋਕਾਂ ਦੇ ਨਾਲ ਮਿਲ ਗਣ ਦਾ ਮਿਲੋ ਮਿਲੋ ਖੂਬ ਮਿਲੋ ਖੂਬ ਕਰੋ ਠੀਕ ਹੈ ਕਿ ਬਈ ਉਹ ਵੀ ਜਾ ਕੇ ਦੱਸੇਗਾ ਕਿ ਵੀ ਮੈਂ ਕੈਨੇਡਾ ਕੰਮ ਕਰਕੇ ਆਇਆ ਜੀ 6 ਮਹੀਨੇ ਦੌਰਾਨ ਮੈਂ ਕੁਝ ਕੰਮ ਕਰਕੇ ਆਇਆ ਵਾਲੰਟੀਅਰ ਉਹ ਵੀ ਵਾਲੰਟੀਅਰ ਮਿਹਰਬਾਨੀ ਕਰੋ ਸਾਹਿਬ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਸਮਾਂ ਸਮਾਂ ਹੋ ਚੱਲਿਆ ਮੇਰੇ ਖਿਆਲ ਦੋ ਮਿੰਟ ਹੋ ਗਏ 9:02 ਤੇ ਆਪਾਂ ਹੁਣ ਇਜਾਜ਼ਤ ਲੈਣੀ ਹੈ ਸਾਰੇ ਦੋਸਤਾਂ ਤੋਂ ਤੇ ਫਿਰ ਅਗਲੇ ਹਫ਼ਤੇ ਇਸੇ ਟਾਈਮ ਆਪਾਂ ਫਿਰ ਉਮੀਦ ਕਰਦੇ ਹਾਂ ਤੁਸੀਂ ਹਾਜ਼ਰ ਹੋ ਗਏ ਵੀ ਵਿਲ ਟਾਕ ਅਗੇਨ ਫਾਰ ਇਮੀਗ੍ਰੇਸ਼ਨ ਸ਼ਾਮ ਦੋਸਤੋ ਤੁਹਾਡੇ ਕੋਈ ਸਵਾਲ ਹੋਏ ਇਮੀਗ੍ਰੇਸ਼ਨ ਬਾਰੇ ਜ਼ਰੂਰ ਤੁਸੀਂ ਨਾਲੇ ਜਦ ਤੱਕ ਭਾਰਤ ਦੀ ਸਰਕਾਰ ਬਦਲ ਜਾਣੀ ਆ ਹੋ ਸਕਦਾ ਲੋਕਾਂ ਦਾ ਟ੍ਰੈਂਡ ਹੀ ਬਦਲ ਜਾਏ ਹੋਏ 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 ਤੁਸੀਂ ਹੋਏ ਹੋਏ ਕਹਿੰਦੇ ਜੀ ਮਤਲਬ ਟ੍ਰੈਂਡ ਮਾਈਗ੍ਰੇਸ਼ਨ ਟ੍ਰੈਂਡ ਹੀ ਬਦਲ ਜਾਏ ਅੱਛਾ ਬਦਲ ਸਕਦਾ ਜੇ ਉੱਥੇ ਬੁਲਟ ਟ੍ਰੇਨਾਂ ਚੱਲ ਪਈਆਂ ਸਮਾਰਟ ਸਿਟੀ ਬਣ ਗਏ ਖੈਰ ਬਣਨੇ ਤੋਂ ਪਿਛਲੀ ਟਰਮ ਚ ਵੀ ਸੀਗੇ ਗੰਗਾ ਜਲ ਜਿਹੜਾ ਪਵਿੱਤਰ ਹੋ ਗਿਆ ਐਨ ਸਾਫ਼ ਹੋ ਗਈ ਤੇ ਫਿਰ ਕਿਹੜਾ ਆਉਣਾ ਚਾਹੇਗਾ ਜੀ ਉੱਥੇ ਇਹ ਤੇ ਹੈ ਇਹ ਤੇ ਹੈ ਚਲੋ ਕੱਲ ਪਤਾ ਅਗਲੇ ਹਫ਼ਤੇ ਤਾਂ ਪਤਾ ਕਲੀਅਰ ਹੋ ਜਾਏਗਾ ਸਾਰਾ ਅਗਲੇ ਹਫ਼ਤੇ ਤੱਕ ਤਾਂ ਬਿਲਕੁਲ ਹੀ ਕਲੀਅਰ ਹੋ ਜਾਣਾ ਅੱਜ ਰਾਤ ਨੂੰ ਲੋਕਾਂ ਨੇ ਮੈਨੂੰ ਲੱਗਦਾ ਜਾਗਣਾ ਹਜੇ ਜਾਣਨ ਲਈ ਹੁਣ ਦੇਖੋ ਤੁਸੀਂ ਉੱਥੋਂ ਵੈਨਕੂਵਰ ਤੋਂ ਕਿਵੇਂ ਲੱਗੇ ਨੇ ਹਾਂਜੀ ਹਾਂਜੀ ਰੈਡ ਐਫਐਮ ਦੀ ਟੀਮ ਜਿਹੜੀ ਉਹ ਸਾਰੇ ਅੱਜ ਇਸੇ ਕੰਮ ਤੇ ਬੈਠੇ ਨੇ ਹਾਂ ਲਓ ਜਾਣ ਤੋਂ ਪਹਿਲਾਂ ਇੱਕ ਕਾਲਰ ਲੈ ਲਈਏ ਹਾਂਜੀ ਹੈਲੋ ਦੇਖ ਲਿਆ ਜੀ ਸਤਿ ਸ੍ਰੀ ਅਕਾਲ ਨਹੀਂ ਗੱਲ ਏਦਾਂ ਜੀ ਤੁਸੀਂ ਕੁਦਰਤੀ ਨਾ ਲਾਇਆ ਕਰੋ ਇਹ ਤੇ ਹੈਇਆ ਹੀ ਕਰ ਲਓ ਵੀ ਤਕਾਲਾਂ ਨੂੰ ਸੁਣਨਾ ਹੈ ਰੇਡੀਓ ਤੁਹਾਨੂੰ ਚੱਜ ਦੀ ਗੱਲ ਹੀ ਦੱਸਾਂਗੇ ਹਾਂਜੀ ਇਹ ਅੱਜ ਕੱਲ ਹੁਣ ਜ਼ਿਆਦਾ ਉੱਥੇ ਹਿੰਦੁਸਤਾਨ ਚ ਸੇਵਾ ਕਰ ਰਹੇ ਆ ਵਾਲੰਟੀਅਰ ਵਾਲੰਟੀਅਰ ਕਰ ਰਹੇ ਹੈ ਇੰਡੀਆ ਵਿੱਚ ਵਾਲੰਟੀਅਰ ਕਰ ਰਹੇ ਹੈ ਨਹੀਂ ਨਹੀਂ ਇੱਥੇ ਹੀ ਆ ਜੀ ਹੁਣ ਤਾਂ ਹਾਂਜੀ ਇਸੇ ਟਾਈਮ ਬੁੱਧਵਾਰ ਨੂੰ ਮਤਲਬ 7:30 ਵਜੇ ਹਾਂਜੀ ਥੈਂਕ ਯੂ ਲਓ ਫਿਰ ਠੀਕ ਹੈ ਜੀ ਇਹ ਆ ਗਿਆ ਅਗਲੇ ਬੁੱਧਵਾਰ ਨੂੰ ਫਿਰ ਮੁਲਾਕਾਤ ਕਰਾਂਗੇ ਥੈਂਕ ਯੂ ਰੱਬ ਰੱਖਾ ਤੁਸੀਂ ਦਰਸ ਲੈਂਦਾ ਜੀ ਉਹ ਜਿਹੜਾ ਆਪਣੀ ਫੇਸਬੁੱਕ ਤੇ ਦੱਸ ਦਿਓ ਵੀ ਅਗਲੇ ਬੁੱਧਵਾਰ ਨੂੰ ਰੇਡੀਓ ਸਟੇਸ਼ਨ ਤੇ ਹੋਣਾ ਤੇ ਆਹ ਮਸਲੇ ਡਿਸਕਸ ਠੀਕ ਹੈ ਠੀਕ ਹੈ ਜੀ ਲੋਕਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਠੀਕ ਹੈ ਜੀ ਫਿਰ ਹੁਣ ਤੁਹਾਡੇ ਲਈ ਖਬਰਾਂ ਪੇਸ਼ ਕਰਾਂਗੇ ਅਸੀਂ ਲੈਨੇ ਆ ਗਿਆ ਰੱਬ ਰੱਖਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ